सुकाहौ टल गुर सेविय अहनिस सहज सुभाए। दर्शन परसे गुरु के जन्म मरण दुख जाए। होवै सिफत खसामदी नूर अर सौह कुर सौह चट्ठिया। तुद डिठे सच्चे पातशाह मल जन्म जन्म दी कट्टिया। सज्जन सच्चा पातशाह सिर साहां दै साहो। जिस पास बैठियां सोहिया सबना दा वेसाहो। बाणी गुरु गुरु है बाणी विच बाणी अमृत सारे। गुरबाणी कह सेवक जन मानै परतख गुरु निसतारे। सतनाम श्री वाहिगुरु साहिब जी। श्लोक भगत कबीर जीओ के एक ओंकार सतगुर प्रसाद। कबीर मेरी सिमरनी रसना ऊपर राम। आद जुगादि सगल भगत ताको सुख विश्राम। कबीर मेरी सिमरनी रसना ऊपर राम। आद जुगादि सगल भगत ताको सुख विश्राम। वाहिगुरु जी का खालसा वाहिगुरु जी की फतेह। सतगुरु दी साजी नवाजी होई। गुरु रूप गुरु खालसा साध संगत जीओ। सतगुरां दी अपार कृपा रहमंत बख्शिश दा सदका शाम दे सुंदर दीवान सजा करके सतगुरु जी दे पावन पवित्र स्थान ते सतगुरु दे दर्शन दी दारे आते गुरु की बाणी दा नितनेम आते शब्द कीर्तन गुरमुख प्यारियां दी रसना द्वारा सरवण करके वड्डा पहारी लाभ प्राप्त कीता है। सो भागां वाले हाँ जिन्हां नूं सतगुरु जी ने सतसंगत करन दा गुरु की बाणी दे कीर्तन दा कथा सरवण करन दा इस भाग समगरी बनवाज ने बख्शिश कीता है। सतगुरु जी दी इह अपार कृपा रहमत दा सदका है। सो खालसा जी पिछले वरे भी टी सीरीज कंपनी वालिया ने सहस कीर्ति दे पावन श्लोकां दी कथा रिकॉर्डिंग कीती सी देशां विदेशां दी संगतां दे कहण तों। सो वह कथा इत्थे रिकॉर्ड होई सी चौ बोले गाथा आदिक दी बाणी। इस वारी सत्ते बलवंडे दी वार अते भगत कबीर साहब फरीद साहब दे श्लोकां दी कथा रिकॉर्डिंग वास्ते संगतां दी मंग दे मुताबक बेनती आरंभ करन लगे हां। सतगुरु रहमत बख्शिश करन चौजी प्रीतम है। सो भगत कबीर साहब जी कांशी दे विच खालसा जी रह करके वाहिगुरू परमेश्वर दी पाव भगती सिमरन करन वालियां दे और गरीब नवाज सच्चे पातशाह गुरु नानक साहब सच्चे पातशाह जी जिन्हां नूं मिले सन पंचकोसी तो कबीर साहब जी वापस आ रहे सन। सतगुरु गरीब नवाज उधर नूं जा रहे सन गुरु नानक साहब। उस वेले खालसा जी गुरु नानक साहब नाल चर्चा विचार होई दर्शन करके निहाल होए।
ਸੋ ਕਬੀਰ ਸਾਹਿਬ ਦੀ ਇਹ ਅੰਮ੍ਰਿਤ ਰੂਪ ਬਾਣੀ 243 ਦੇ ਕਰੀਬ ਕਰੀਬ ਇਹ ਸਲੋਕ ਨੇ, ਜਿਨ੍ਹਾਂ ਵਿੱਚ ਵੱਖ ਵੱਖ ਖਾਲਸਾ ਜੀ ਇਹ ਪਰਿਆਇ ਪ੍ਰਸੰਗ ਹਨ, ਵੱਖੋ ਵੱਖਰੇ ਸਿਧਾਂਤ ਹਨ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਇਹ ਭਗਤਾਂ ਦੀ ਬਾਣੀ ਨੂੰ ਜੀਓ ਆਇਆਂ ਕਹਿ ਕੇ ਸਤਿਕਾਰ ਅਤੇ ਮਾਣ ਕਿਰਪਾ ਕਰਕੇ ਬਖਸ਼ਿਆ ਹੈ। ਸੋ ਸਤਿਗੁਰੂ ਗਰੀਬ ਨਿਵਾਜ ਜੀ ਭਗਤ ਰਸਨਾਂ ਦੁਆਰਾ ਅੰਮ੍ਰਿਤਮਈ ਪਵਿੱਤਰ ਬਚਨ ਕਿਰਪਾ ਕਰਕੇ ਫਰਮਾ ਰਹੇ ਹਨ। ਆਪਣੇ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਖਾਲਸਾ ਜੀ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਭਗਤ ਕਬੀਰ ਜੀਓ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸਲੋਕ ਹਨ ਭਗਤ ਕਬੀਰ ਸਾਹਿਬ ਜੀ ਦੇ ਸਤਿਗੁਰੂ ਕਿਰਪਾ ਕਰਕੇ ਫਰਮਾਉਂਦੇ ਹਨ। ਜੀਓ ਕੇ ਇਹ ਸਤਿਕਾਰ ਮਾਣ ਵਾਲੇ ਪਵਿੱਤਰ ਸ਼ਬਦ ਹਨ, ਬਚਨ ਹਨ। ਸੋ ਇਹ ਸਲੋਕ ਭਗਤ ਕਬੀਰ ਸਾਹਿਬ ਜੀ ਦੇ ਫਰਮਾਏ ਹੋਏ ਹਨ। ਮੰਗਲਾਚਰਨ ਕਰਦੇ ਨੇ ਸਤਿਗੁਰੂ ਜੀ, ਖਾਲਸਾ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ। ਓਅੰਕਾਰ ਉਚਾਰਨੇ ਮਾਤਰ ਜੋ ਰੱਖਿਆ ਕਰਨ ਯੋਗ ਹੈ। ਸੋ ਓਅੰਕਾਰ ਦੀ ਧੁਨ ਦੁਆਰਾ ਹੀ ਪਰਮੇਸ਼ਰ ਨੇ ਸਾਰੇ ਸੰਸਾਰ ਦਾ ਪਸਾਰਾ ਪਸਰਿਆ ਹੋਇਆ ਹੈ। ਪ੍ਰਥਮੈ ਓਅੰਕਾਰ ਧੁਨ ਕਹਾ, ਸੋ ਧੁਨ ਪੂਰ ਜਗਤ ਮੋਹ ਰਹਾ। ਓਅੰਕਾਰ ਦੀ ਧੁਨ ਦੁਆਰਾ ਹੀ ਰਾਤ ਅਤੇ ਦਿਨ ਪਰਮੇਸ਼ਰ ਨੇ ਪੈਦਾ ਕੀਤੇ ਹੋਏ ਨੇ। ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੇ, ਓਅੰਕਾਰ ਦੀ ਧੁਨ ਦੁਆਰਾ ਹੀ ਪਰਮੇਸ਼ਰ ਨੇ ਸਾਰਾ ਇਹ ਸੰਸਾਰ ਪਸਰਿਆ ਹੋਇਆ ਹੈ। ਏਕ ਕਵਾਵੈ ਤੇ ਸਭ ਹੋਆ, ਇੱਕੋ ਹੀ ਕਵਾਓ ਬਚਨ ਕੀਤਾ ਅਤੇ ਸਾਰਾ ਸੰਸਾਰ ਬ੍ਰਹਿਮੰਡ ਕਿਰਪਾ ਕਰਕੇ ਰਚਿਆ ਹੈ। ਓਅੰਕਾਰ ਦੀ ਧੁਨ ਦੁਆਰਾ ਹੀ ਖਾਲਸਾ ਜੀ ਬ੍ਰਹਮਾ ਆਦਿਕ, ਸ਼ਿਵ ਜੀ, ਵਿਸ਼ਨੂੰ ਆਦਿਕ ਇਹ ਪੈਦਾ ਕੀਤੇ ਹੋਏ ਹਨ। ਸੋ ਓਅੰਕਾਰ ਬ੍ਰਹਮਾ ਉਤਪਾਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਪਹਿ, ਓਅੰਕਾਰ ਵੇਦ ਨਿਰਮੈ। ਸੋ ਐਸੀ ਓਅੰਕਾਰ ਦੀ ਧੁਨੀ ਹੈ। 63 ਪ੍ਰਕਾਰ ਦਾ ਖਾਲਸਾ ਜੀ ਮਤ ਭੇਰ ਸਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦੂਰ ਕੀਤੇ ਅਤੇ ਸ਼ੁੱਧ ਉਚਾਰਨ ਇੱਕ ਏਕਾ ਲਾ ਕੇ ਹਜ਼ੂਰ ਨੇ ਇੱਕ ਓਅੰਕਾਰ, ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ ਜਿਸ ਵਰਗਾ ਹੋਰ ਕੋਈ ਨਹੀਂ। ਸੋ ਓਅੰਕਾਰ ਉਚਾਰਨੇ ਮਾਤਰ ਰੱਖਿਆ ਕਰਨ ਯੋਗ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਤਨਾਮ ਸਤ ਦਾ ਹੈ, ਗੁਰਨਾਮ ਚੇਤਨ ਦਾ ਹੈ, ਪ੍ਰਸਾਦ ਨਾਮ ਆਨੰਦ ਦਾ ਹੈ। ਉਹ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ। 4 ਪ੍ਰਕਾਰ ਦੇ ਖਾਲਸਾ ਜੀ ਮੰਗਲਾ ਚਰਨ ਸਤਿਗੁਰੂ ਗ੍ਰੰਥ ਸਾਹਿਬ ਦੇ ਅੰਦਰ ਗਰੀਬ ਨਿਵਾਜ ਸਤਿਗੁਰਾਂ ਨੇ ਵਰਤੇ ਨੇ। 4 ਤਰ੍ਹਾਂ ਦੇ ਮੰਗਲਾ ਚਰਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਇਹ 523 ਵਾਰ ਖਾਲਸਾ ਜੀ ਇਹ ਮੰਗਲਾ ਚਰਨ ਗਰੀਬ ਨਿਵਾਜ ਨੇ ਵਰਤਿਆ ਹੈ। ਇੱਕ ਮੰਗਲਾ ਚਰਨ ਹੈ ਜਿਹੜਾ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਹੈ, ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ 2 ਵਾਰ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ 'ਚ ਬਚਨ ਵਰਤੇ ਨੇ। ਇੱਕ ਤਾਂ ਸ੍ਰੀ ਰਾਗ ਦੇ ਅੰਦਰ 4 ਪਾਤਸ਼ਾਹ ਜੀ ਦੀ ਬਾਣੀ ਆਉਂਦੀ ਹੈ, ਸ੍ਰੀ ਰਾਗ ਮਹੱਲਾ 4 ਵਣਜਾਰਾ, 81 ਅੰਗ ਦੇ ਉੱਪਰ ਹੈ। ਉੱਥੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਵਰਤੇ, ਇਹ ਮੰਗਲਾ ਚਰਨ ਵਰਤਿਆ। ਫਿਰ 544 ਅੰਗ 'ਤੇ 5ਵੇਂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹੋ ਹੀ ਮੰਗਲਾ ਚਰਨ ਕੀਤਾ ਗੁਰਬਾਣੀ ਦੇ ਅੰਦਰ। 2 ਵਾਰ ਗੁਰੂ ਗ੍ਰੰਥ ਸਾਹਿਬ 'ਚ ਮੰਗਲਾ ਚਰਨ ਹਜ਼ੂਰ ਨੇ ਫਰਮਾਇਆ ਹੈ। ਇੱਕ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹੈ, ਇਹ ਮੰਗਲਾ ਚਰਨ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ 9 ਵਾਰ ਹਜ਼ੂਰ ਨੇ ਗੁਰਬਾਣੀ 'ਚ ਕਿਰਪਾ ਕਰਕੇ ਫਰਮਾਇਆ ਹੈ। ਸੋ ਇੱਕ ਵਾਰ ਤਾਂ ਮਾਝ ਦੀ ਵਾਰ ਵਿੱਚ, ਫਿਰ ਗੌੜੀ ਰਾਗ ਵਿੱਚ 2 ਵਾਰਾਂ ਗੌੜੀ ਦੀਆਂ ਅਸ਼ਟਪਦੀਆਂ ਵਿੱਚ, 3 ਵਾਰੀ ਗੌੜੀ ਦੀਆਂ ਅਸ਼ਟਪਦੀਆਂ ਵਿੱਚ ਹੈ, ਅਤੇ ਇਸੇ ਤਰ੍ਹਾਂ ਖਾਲਸਾ ਜੀ ਫਿਰ 3 ਵਾਰੀ ਭਗਤ ਬਾਣੀ ਦੇ ਵਿੱਚ ਹੈ, 7 ਵਾਰੀ ਗੌੜੀ ਰਾਗ ਵਿੱਚ ਹੈ, 1 ਵਾਰ ਮਾਝ ਦੀ ਵਾਰ ਵਿੱਚ ਹੈ, ਅਤੇ ਫਿਰ ਬਿਲਾਵਲ ਦੇ ਵਿੱਚ ਹੈ। ਇਉਂ ਕਰਕੇ 9 ਵਾਰ ਹਜ਼ੂਰ ਨੇ ਇਹ ਮੰਗਲਾ ਚਰਨ ਕੀਤਾ ਹੈ।
ਸੋ ਇਸੇ ਤਰ੍ਹਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਹੰਗਰ ਪ੍ਰਸਾਦ ਹੈ ਇਹ ਖਾਲਸਾ ਜੀ 33 ਵਾਰ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ 'ਚ ਹਜ਼ੂਰ ਨੇ ਵਰਤਿਆ ਹੈ। ਐਸੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਹਨ। ਸੋ 523 ਵਾਰ ਮੰਗਲਾਚਰਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ੁਰ ਓਅੰਕਾਰ ਉਚਾਰਨੇ ਮਤ ਰੱਖਿਆ ਕਰਨ ਯੋਗ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਕਬੀਰ ਮੇਰੀ ਸਿਮਰਨੀ ਕਬੀਰ ਸਾਹਿਬ ਖਾਲਸਾ ਜੀ ਕਾਂਸ਼ੀਪੁਰੀ ਵਿੱਚ ਨਿਵਾਸ ਰੱਖ ਰਹੇ ਸਨ। ਸੋ ਇੱਕ ਭਗਤ ਜੀ ਦੇ ਕੋਲ ਪੰਡਿਤ ਆਇਆ, ਕਹਿਣ ਲੱਗਾ ਹੇ ਕਬੀਰ ਤੈਨੂੰ ਮੈਂ ਮਾਲਾ ਦੇਣਾ ਅਤੇ ਤੂੰ ਮਾਲਾ ਫੇਰਿਆ ਕਰ। ਭਾਵ ਸੀ ਕਿ ਮੈਂ ਤੈਨੂੰ ਮਾਲਾ ਦੇਵਾਂਗਾ, ਤੂੰ ਮੇਰਾ ਚੇਲਾ ਬਣ ਜਾਵੇਂਗਾ ਅਤੇ ਮੈਂ ਤੇਰਾ ਗੁਰੂ ਹੋ ਜਾਵਾਂਗਾ। ਸੋ ਇਹੋ ਜਿਹੀ ਬੜੀ ਪ੍ਰਪਾਟੀ ਹੁੰਦੀ ਸੀ ਪਿਛਲੇ ਸਮੇਂ 'ਚ, ਚੇਲੇ ਬਣਾਉਣ ਦਾ ਯਤਨ ਹੁੰਦਾ ਰਹਿੰਦਾ ਸੀ ਵੀ ਫਲਾਣਾ ਮੇਰਾ ਚੇਲਾ ਬਣ ਜਾਵੇ, ਦੂਜਾ ਮੇਰਾ ਚੇਲਾ ਬਣ ਜਾਵੇ, ਮੈਥੋਂ ਗੁਰਦੀਖਿਆ ਲੈ ਲਵੇ, ਮੈਥੋਂ ਮਾਲਾ ਲੈ ਲਵੇ। ਕਬੀਰ ਸਾਹਿਬ ਨੂੰ ਵੀ ਪੰਡਿਤ ਕਹਿਣ ਲੱਗਾ, ਮਹਾਰਾਜ ਕਬੀਰ ਸਾਹਿਬ ਆ ਮੇਰੇ ਕੋਲੋਂ ਮਾਲਾ ਲੈ ਲਓ, ਇਹ ਮਾਲਾ ਫੇਰਿਆ ਕਰੋ। ਉਸ ਵੇਲੇ ਕਬੀਰ ਸਾਹਿਬ ਨੂੰ ਉਪਦੇਸ਼ ਦਿੰਦੇ ਹਨ, ਕਬੀਰ ਮੇਰੀ ਸਿਮਰਨੀ। ਕਬੀਰ ਸਾਹਿਬ ਕਹਿੰਦੇ ਹੇ ਭਾਈ ਜਿਹੜੀ ਮੇਰੀ ਸਿਮਰਨੀ ਹੈ ਨਾ, ਮਾਲਾ ਜਿਹੜੀ ਮੇਰੀ ਮੈਂ ਸਿਮਰਦਾ ਹਾਂ, ਰਸਨਾ ਉੱਪਰ ਰਾਮ ਔਰ ਰਸਨਾ ਦੇ ਉੱਪਰ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਰਾਮ ਵਸਿਆ ਹੋਇਆ, ਇਹੀ ਮੇਰੀ ਮਾਲਾ ਹੈ। ਲੋਕਾਂ ਨੂੰ ਫੇਰ ਫੇਰ ਕੇ ਕੀ ਵਿਖਾਉਣੀ ਹੈ, ਮਣਕੇ ਅਤੇ ਮਣਕਾ ਸਿੱਟੀ ਜਾਣਾ, ਮਨ ਦਾ ਟਿਕਾ ਨਹੀਂ, ਭਾਵੇਂ ਮੂੰਹੋਂ ਕੋਈ ਗਾਲਾਂ ਕੱਢੀ ਜਾਵੇ, ਕੋਈ ਹੋਰ ਬੋਲੀ ਜਾਵੇ, ਮਣਕਾ ਰੁਟੀਨ 'ਚ ਹੀ ਚੱਲੀ ਜਾਂਦਾ ਹੈ। ਸੋ ਇਹ ਮਾਲਾ ਨਹੀਂ, ਰਸਨਾ ਉੱਪਰ ਰਾਮ ਹੈ। ਰਸਨਾ ਦੇ ਉੱਪਰ ਜਿਹੜਾ ਰਾਮ ਪਰਮੰਤੀ ਰਾਮ ਪਰਮੇਸ਼ਰ ਵਸਿਆ ਹੋਇਆ ਹੈ, ਇਹ ਮਾਲਾ ਹੈ। ਰਸਨਾ ਉੱਪਰ ਰਾਮ ਹੈ, ਰਸਨਾ ਜਿਹੜੀ ਰਸਾਂ ਕਸਾਂ ਤੋਂ ਉੱਪਰ ਹੋ ਗਈ ਹੈ ਨਾ, ਹੁਣ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਭਜਨ ਵਿੱਚ ਜੁੱਟ ਗਈ ਹੈ, ਲੱਗ ਗਈ ਹੈ। ਕੋਈ ਰਸਾਂ ਦੀ, ਕੋਈ ਖਾਣ ਦੀ, ਕੋਈ ਪਹਿਨਣ ਦੀ, ਕੋਈ ਭੋਗਣ ਦੀ, ਕੋਈ ਹੰਡਾਉਣ ਦੀ, ਕੋਈ ਮਨ 'ਚ ਇੱਛਾ, ਕੋਈ ਫੁਰਨਾ ਹੀ ਨਹੀਂ ਰਹਿ ਗਿਆ, ਇਹ ਮਾਲਾ ਫੇਰਨਾ ਕਰਦੇ ਹਾਂ। ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਜਿਹੜਾ ਹਰ ਵੇਲੇ ਰਸਨਾ ਦੇ ਉੱਪਰ ਰਮੰਤੀ ਰਾਮ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ, ਭਗਤ ਹੇ ਭਾਈ ਜਿਹੜੇ ਆਦਿ ਤੋਂ ਲੈ ਕਰਕੇ ਯੁੱਗਾਂ ਦੇ ਵਿੱਚ ਜਿੰਨੇ ਭਗਤ ਹੋਏ ਨੇ, ਆਰੰਭ ਵਿੱਚ ਸ਼ੁਰੂ ਤੋਂ ਲੈ ਕੇ ਬ੍ਰਹਮਾ ਵਰਗੇ 10,000 ਵਾਰ ਉਹਨੇ ਪਰਮੇਸ਼ਰ ਦੀ ਤਪੱਸਿਆ ਕੀਤੀ, ਬੰਦਗੀ ਕੀਤੀ ਸੀ, ਫਿਰ ਉਹਨੂੰ ਸ੍ਰਿਸ਼ਟੀ ਰਚਣ ਦਾ ਖਾਲਸਾ ਜੀ ਹੁਕਮ ਹੋਇਆ ਸੀ। ਬ੍ਰਹਮਾ ਤਾਪਕਾਰ 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 ਆਕਾਸ਼ਵਾਣੀ ਹੋਈ ਸੀ। ਜਦੋਂ ਖਾਲਸਾ ਜੀ ਬ੍ਰਹਮਾ ਪੈਦਾ ਹੋਇਆ, ਚਫੇਰੇ ਵੇਖਿਆ ਸਾਰੇ ਥਾਵਾਂ 'ਤੇ ਪਾਣੀ ਪਾਣੀ ਹੈ, ਬੜਾ ਹੰਕਾਰ ਦੇ ਸਹਿਤ ਹੋ ਗਿਆ ਵੀ ਮੈਨੂੰ ਪੈਦਾ ਕਰਨ ਵਾਲੀ ਕੋਈ ਸ਼ਕਤੀ ਨਹੀਂ। ਉਸ ਵੇਲੇ ਆਕਾਸ਼ਵਾਣੀ ਹੋਈ, ਬ੍ਰਹਮਾ ਮਾਣ ਨਾ ਕਰ, ਤੂੰ ਆ ਸਧਾਰਨ ਕਵਲ ਦੀ ਨਾਲੀ ਤੋਂ ਪੈਦਾ ਹੋਇਆ। ਕਹਿਣ ਲੱਗਾ ਕਵਲ ਦੀ ਨਾਲੀ ਤੋਂ, ਜੋੜ ਕੇ ਲੱਤ ਕੱਢ ਮਾਰੀ ਨਾਲੀ 'ਤੇ, ਉਹ ਨਾਲੀ ਖਾਲਸਾ ਜੀ ਟੇਢੀ ਹੋ ਗਈ, ਪਰ ਹੋਇਆ ਕੁਝ ਨਾ। ਸੋ ਵੱਡਿਆਂ ਦਾ ਸੁਭਾਅ ਹੈ, ਛੋਟਿਆਂ ਦੀ ਗਲਤੀ ਨੂੰ ਜਰ ਲੈਂਦੇ ਨੇ। ਦੂਜੀ ਵਾਰ ਫਿਰ ਲੱਤ ਕੱਢ ਮਾਰੀ, ਕੁਛ ਨਹੀਂ ਹੋਇਆ। ਜਦੋਂ ਤੀਜੀ ਵਾਰ ਲੱਤ ਮਾਰੀ, ਜਿਵੇਂ ਰੋਡ ਖੂਹ ਸਿੱਟੀ ਦਾ ਨਾ, ਇਹ ਨਾਲੀ ਕਵਲ ਦੇ ਵਿੱਚ ਪੈ ਕੇ 18 ਯੁੱਗ ਫਿਰ ਠਾਣ ਨੂੰ ਗਿਆ। ਸੋ ਉਸ ਵੇਲੇ ਪਰਮੇਸ਼ਰ ਨੂੰ ਬੇਨਤੀ ਕੀਤੀ, ਮਹਾਰਾਜ ਨਿਰੰਕਾਰ ਕਿਰਪਾ ਕਰੋ, ਮੈਨੂੰ ਕੱਢ ਲਓ, ਬੜੀ ਵੱਡੀ ਮੇਥੋਂ ਭੁੱਲ ਹੋ ਗਈ ਹੈ ਅਤੇ ਮੈਨੂੰ ਖਿਮਾ ਬਖਸ਼ੋ। ਫਿਰ ਖਾਲਸਾ ਜੀ 18 ਯੁੱਗਾਂ ਰਾਹੀਂ ਇਹਨੂੰ ਬਾਹਰ ਕੱਢਿਆ ਸੀ, 18 ਅਤੇ 18 36 ਯੁੱਗ ਖਾਲਸਾ ਜੀ ਗੁਵਾਰਤਾਈ ਦਾ ਹਨੇਰਾ ਛਾਇਆ ਰਿਹਾ ਸੀ। ਹਜ਼ੂਰ ਦੇ ਬਾਣੀ ਵਿੱਚ ਬਚਨ ਨੇ 36 ਹੀ ਯੁੱਗ ਵਰਤਿਓ, ਗੁਬਾਰ ਹੈ ਤਾੜੀ ਲਾਈ ਸਿਰਜਣਹਾਰ ਹੈ, ਧੁੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ। ਫਿਰ ਆਕਾਸ਼ਬਾਣੀ ਹੋਈ ਸੀ, ਬ੍ਰਹਮਾ ਤਾਪਕਾਰ 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 ਹੈ, 10,000 ਵਾਰ ਫਿਰ ਇਹਨੇ ਤਾਪ ਕੀਤਾ ਅਤੇ ਸ੍ਰਿਸ਼ਟੀ ਰਚਣ ਦੀ ਆਗਿਆ ਹੋਈ ਸੀ। ਆਰ ਤੋਂ ਲੈ ਕੇ ਬ੍ਰਹਮਾ ਵਰਗੇ ਜਿਹੜੇ ਤਪ ਕਰਨ ਵਾਲੇ ਹਨ, ਇਸੇ ਤਰ੍ਹਾਂ ਯੁੱਗਾਂ ਵਿੱਚ ਪੈਦਾ ਹੋਏ ਹੋਏ ਪਰਮੇਸ਼ਰ ਦੇ ਭਗਤ ਜਿਹੜੇ ਨੇ ਖਾਲਸਾ ਜੀ, ਸੋ ਇਸੇ ਧਰੂ ਵਰਗੇ, ਪ੍ਰਹਿਲਾਦ ਵਰਗੇ, ਬਲਰਾਜੇ ਵਰਗੇ, ਜਿਨ੍ਹਾਂ ਦੀ ਬੂਹੇ ਅੱਗੇ ਅਜੇ ਵੀ ਪਰਮੇਸ਼ਰ ਕਹਿੰਦੇ ਕੁਟੀਆ ਪਾ ਕੇ ਨਿਵਾਸ ਰੱਖਦਾ। ਜਦੋਂ ਬੌਣਾ ਰੂਪ ਧਾਰ ਕਰਕੇ ਬਲਰਾਜ ਨੂੰ ਛਲਣ ਵਾਸਤੇ ਆਏ ਸੀ, ਜਦੋਂ ਜੱਗ ਕਰ ਰਹੇ ਸਨ, ਬੌਣਾ ਰੂਪ ਧਾਰਿਆ, ਪੁੱਛਿਆ ਦੱਸੋ ਪੰਡਿਤ ਜੀ, ਪੰਡਿਤ ਬਣ ਕੇ ਆਏ ਸੀ ਦਕਸ਼ਣਾ ਲੈਣ ਵਾਸਤੇ,
आखिया दसो पंडित जी की मांगते हो, कहिंदे ढाई करमा धरती दे दिओ, इत्थे कुटिया पा के रिहा करांगे। कहन लगे ठीक है। सो उस वेले खालसा जी जदों कहन लगे चंगा महाराज ये दान तुहानू कीती धरती, ऐसा स्वरूप धारिया, विराट रूप धारिया, इक्के कर्म विच सारी सृष्टि मिण लई। कहन लगे दस राजा बाकी कर्म कित्थे मिणीए? कहन लगे महाराज मैं लम्मा पै जांदा, मेरे शरीर नू मिण लो। बल राजा जमीन ते लिट गया, पैर छाती ते रखिया, पताल विच तसा दिता। जदों पैर पुट के बाहर निकल लगे, महाराज इउं ना करो, तुसीं वायदा मेरे नाल कीता सी कि तेरे दरवाजे अगे कुटिया पा के बंदगी करिया करांगे, ते हुण महाराज किधर चले हो, इत्थे ही हुण निवास रखो। सो ऐसे भगत जन जिन्हां दी बाबत बचन है गुरु ग्रंथ साहिब च, अज हूँ बल के द्वार खरो, अजे भी परमेशर बलराजे दे दरवाजे ते खलोता है, उत्थे ही भगती करदे हन। ऐसे जिहड़े जुगां जुगां च भगत पैदा होए ने, ध्रुव वर्गे सतजुग विच पैदा होए, प्रहलाद वर्गे पैदा होए, जिन्हां दी बाबत भाई गुरदास साहिब दीआं वारां विच वी बचन आउंदे ने, भगत रतनावली दे, ध्रुव हसदा कर आया कर प्यार प्यो कुछड़ लीता, बाहों पकड़ी उठा लिया मन विच रोस मतरेई कीता, डुड्डों लिका मां पुछे तूं सावाणी है के सरीता, सावाणी हां जन्म दी नाम ना भगती कर मंदर रीता, किस उद्दम ते राज मिले शत्रु ते सब होवन मीता, परमेसर आराधिया जिद्दू होइए पतत पुनीता, बाहर चलिया करण तप मन वैरागी होए अतीता, नारद मुनि उपदेसिया नाम निधान अम्यो रस पीता, पिछों राजे सद्या अब चल राज करो नित नीता, हार चले गुरमुख जग जीता। प्रहलाद की बाबत भी भाई गुरदास साहब जी ने दूसरा शब्द फरमाया है पौड़ी के अंदर, सो वार लिखी है, कर हरनाक्ष दैंत दे कलर कवल भगत प्रहलाद, पढ़न पठाया चाट साल पांदे चित होआ अहलाद, सिमरै मन विच राम नाम गावै शब्द अनाहद नाद, भगत करन सब चाटड़े पांदे होए रहे विस्माद, राजे पासरू आया दोखी दैंत वधाया वाद, जल अग्नि विच कत्तिया जलै न डूबै गुर प्रसाद, कड खड़ग सद पुछिया कौन सो तेरा है उस्ताद, थम पाड़ प्रगटिया नरसिंह रूप अनूप अनाद, बेमुख पगड़ पिछाड़न संत सहाई आद जुगाद, जय जय कार करन ब्रह्माद। बलराजे की बाबत भी भाई साहब जी के बचन लिखे ने, बलराज आ घर अपने अंदर बैठा जग करावै, बावन रूपी आया चार वेद मुख पाठ सुनावै। इउं बलराज जी नूं छलन वास्ते भी आए सी, वह भी भगत सरजुग दा। सो जुगां जुगां च परमेशर दे जिहड़े आदि भगत मन्ने होए ने, त्रेते विच खालसा जी परमेशर दे भगत, सो राम जी दे खालसा जी अनन सेवक बने होए सी भगत जन, लंका दा पपीखण जिहनूं राज बख्शिया सी रावण दा भरा, जदों दर्शन करन वास्ते राम जी दे आए सन पपीखण जी, उस वेले कहा सी आए बहो लंकेश, हे लंका दे राजे आ के साडे कोल बैठो। वह भगत गिणिया होया है भीलणी वर्गियां, इस तरह ये राम जी दे भगत हनुमान वर्गे अनन सेवक मने होए ने, ये जुगां जुगां ते पैदा किए हुए स भगत जन हन, अनन सेवक आदिक। फिर खालसा जी दुआपर दे विच कृष्ण जी दे सेवक बिदर भगत वर्गे, सुदामा भगत वर्गे, बिदर भगत जिस दे बाबत गुरु ग्रंथ साहिब च बचन फरमाए ने, जदों कौरवां दा पांडवां दा झगड़ा निपटाउण वास्ते श्री कृष्ण जी गए ने, 17 दिन लगातार यतन करते रहे भी ये झगड़ा निबट जावे। जदों गए उस वेले सामने बैठा सी दुर्योधन चक्रवर्ती पातशाह, वेख करके भगवान आउंदिआं नूं सो ख्याल कीता जे मैं उठ के खड़ा होया ते लोग कहणगे भी भगवान आए, पर चक्रवर्ती पातशाह मैं ते उठ के खड़ा होया ते तां वी गल नहीं, ते जे ना उठ के खड़ा होया ते लोग कहणगे भगवान दा सत्कार नहीं रखिया, हाथी खाना वेखण वास्ते बहाना जिहा बना के परे नूं चला गया। भगवान सीधे दासी दा पुत्तर सी बिदर भगत, उहदी कुटिया विच जा निवास कीता। जदों घरे पहुँचे उहदी माँ बिदर दी दासी जिहड़ी सी ਉਹ ਭਗਵਾਨ ਨੂੰ ਕੇਲੇ ਛਕਾਉਣ ਲੱਗੀ ਤੇ ਛਿਲਕੇ ਭਗਵਾਨ ਦੇ ਅੱਗੇ ਰੱਖੀ ਜਾਵੇ, ਐਸੀ ਪਿਆਰ ਵਿੱਚ ਮਗਨ ਹੋਈ ਖਾਲਸਾ ਜੀ ਸੱਤੇ ਹੀ ਸੁੱਧਾਂ ਭੁੱਲ ਗਈਆਂ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸੋ ਪ੍ਰੇਮ ਵਿੱਚ ਐਸੀ ਮਗਨ ਹੋਈ ਗੁੱਦਾ ਤਾਂ ਬਾਹਰ ਸਿੱਟੀ ਜਾਵੇ ਤੇ ਛਿਲਕੇ ਭਗਵਾਨ ਅੱਗੇ ਰੱਖੀ ਜਾਵੇ ਤੇ ਉਹ ਹੀ ਚੁੱਪ ਕਰਕੇ ਛਕੀ ਜਾਣ।
ਬਿਦਰ ਨੇ ਵੇਖਿਆ, ਉਹਨੇ ਆਖਿਆ ਭੁੱਲ ਗਏ ਮੈਂ, ਤੂੰ ਤਾਂ ਛਿਲਕੇ ਖਵਾ ਤੇ ਭਗਵਾਨ ਨੂੰ, ਆ ਰਸੋਈ ਦਾ ਕੰਮ ਹੁਣ ਮੈਂ ਖੁਦ ਕਰਾਂਗਾ। ਜਦੋਂ ਬਾਹਰੋਂ ਸਾਗ ਪੱਤਾ ਤੋੜ ਕੇ ਲਿਆ ਕੇ ਭਗਤ ਨੇ ਰਿੰਨੀਆਂ ਬਣਾਇਆ, ਵਿੱਚ ਲੂਣ ਪਾਉਣ ਦਾ ਹੀ ਚੇਤਾ ਭੁੱਲ ਗਿਆ ਸੀ। ਅਲੂਣਾ ਸਾਗ ਰਾਤ ਖਾ ਕੇ ਬਰਾਜੇ, ਦਿਨ ਚੜ੍ਹਿਆ ਚੱਕਰਵਰਤੀ ਪਾਤਸ਼ਾਹ ਦੁਰਯੋਧਨ ਆ ਗਿਆ। ਮਹਾਰਾਜ, ਮੈਨੂੰ ਪਤਾ ਲੱਗਾ ਵੀ ਕੱਲ੍ਹ ਕੇਲਿਆਂ ਦੇ ਛਿਲਕੇ ਹੀ ਖਾਣੇ ਪਏ ਨੇ, ਰਾਤ ਅਲੂਣਾ ਸਾਗ ਖਾ ਕੇ ਸੁੱਤੇ ਹੋ, ਮੇਰੇ ਮਹਿਲਾਂ 'ਚ ਤੁਹਾਨੂੰ ਆਉਣਾ ਚਾਹੀਦਾ ਸੀ। ਮੈਂ ਚੰਗੇ ਥਾਂ 'ਤੇ ਨਿਵਾਸ ਕਰਾਉਂਦਾ, ਮਹੱਲ ਵਿੱਚ ਤੁਹਾਨੂੰ ਖੀਰ ਆਦਿਕ ਦੁੱਧ ਆਦਿਕ ਪਿਆਉਂਦਾ, ਪਦਾਰਥ ਵੰਨ ਸੁਵੰਨੇ ਤਿਆਰ ਕਰਕੇ ਛਕਾਉਂਦਾ, ਅੱਛਾ ਲੂਣਾ ਸਾਗ ਹੀ ਖਾ ਕੇ ਸੌਣਾ ਪਿਆ ਹੈ। ਉਸ ਵੇਲੇ ਜੋ ਜਵਾਬ ਦਿੱਤਾ ਸੀ ਨਾ ਭਗਵਾਨ ਨੇ, ਉਹ ਭਗਤ ਬਾਣੀ ਮਾਰੂ ਰਾਗ ਦੇ ਅੰਦਰ ਕਬੀਰ ਸਾਹਿਬ ਨੇ ਉਹ ਬਚਨ ਸਾਰੇ ਲਿਖੇ ਨੇ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਹਸਤੀ ਦੇਖ ਪਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੇ, ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੇ। ਸੋ ਉਹ ਪਰਮੇਸ਼ੁਰ ਐਸਾ ਕਿਰਪਾ ਦਾ ਕਰਨ ਹਾਰ ਹੈ, ਜਿਨ੍ਹਾਂ ਨੇ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਪੜ੍ਹੀਆਂ ਨੇ, ਉਹਨਾਂ ਨੇ ਜ਼ਰੂਰ ਇਹ ਬਚਨ ਪੜ੍ਹੇ ਹੋਣਗੇ। ਬਿਦਰ ਦੇ ਬਾਬਤ ਵੀ ਭਾਈ ਸਾਹਿਬ ਜੀ ਨੇ ਪ੍ਰਸੰਗ ਵਰਣਨ ਕੀਤਾ ਹੈ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖ, ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਹੇ ਕੇ ਸੁੱਖ, ਭੀਖ ਮੰਦਰੋਣਾ ਕਰਨ ਤਾਜ, ਸਭਾ ਸਿੰਗਾਰ ਵੱਡੇ ਮਾਨੁੱਖ, ਝੁੱਗੀ ਜਾਏ ਵਲਾਇਓਨ, ਸਭਨਾ ਦੇ ਜੀ ਅੰਦਰ ਤੁਖ। ਹੱਸ ਬੋਲੇ ਭਗਵਾਨ ਜੀ ਸੁਣਿਓ, ਰਾਜਾ ਹੋਏ ਸਨਮੁੱਖ, ਤੇਰੇ ਭਾਉ ਨਾ ਦਿਸਾਈ ਮੇਰੇ ਨਾਹੀ ਅਪਦਾ ਦੁੱਖ, ਭਾਉ ਜਵੇ ਹਾ ਬਿਦਰ ਦੇ, ਹੋਰੀ ਦੇ ਚਿਤ ਚਾਓ ਨਾ ਚੁੱਖ, ਗੋਬਿੰਦ ਭਾਉ ਭਗਤ ਦਾ ਭੁੱਖ। ਇਉਂ ਬਿਦਰ ਵਰਗੇ ਖਾਲਸਾ ਜੀ ਪਰਮੇਸ਼ੁਰ ਦੇ ਪਿਆਰੇ ਭਗਤ ਜਨ ਹੋਏ ਨੇ ਦੁਆਪਰ ਵਿੱਚ, ਸੁਦਾਮੇ ਵਰਗੇ ਹੋਏ ਜਿਨ੍ਹਾਂ ਦੀ ਗਰੀਬੀ ਸਾਰੀ ਚਾਰੇ ਪਦਾਰਥ ਦੇ ਕੇ ਚੁੱਕ ਦਿੱਤੇ ਸੀ, ਗਰੀਬੀ ਜਿਹਦੀ ਮਲੀਆ ਮੇੜ ਕਰਕੇ ਰੱਖ ਦਿੱਤੀ, ਐਸਾ ਭਗਤ ਹੋਇਆ ਹੈ ਕ੍ਰਿਸ਼ਨ ਭਗਵਾਨ ਨਾਲ। ਸੋ ਸੰਦੀਪਨ ਗੁਰੂ ਦੇ ਪਾਸ ਖਾਲਸਾ ਜੀ ਇਹ ਵਿੱਦਿਆ ਪੜ੍ਹਿਆ ਕਰਦੇ ਸੀ। ਸੋ ਇੱਕ ਦਿਨ ਜਦੋਂ ਬਾਲਣ ਲੈਣ ਵਾਸਤੇ ਮਾਤਾ ਜੀ ਨੇ ਭੇਜਿਆ, ਉਸ ਸਮੇਂ ਕ੍ਰਿਸ਼ਨ ਜੀ ਅੱਗੇ ਤੁਰ ਗਏ, ਸੁਦਾਮਾ ਮਗਰ ਰਹਿ ਗਿਆ। ਮਾਤਾ ਜੀ ਨੇ ਆਵਾਜ਼ ਮਾਰੀ, ਠਹਿਰ ਸੁਦਾਮਿਆਂ ਗੱਲ ਸੁਣ ਕੇ ਜਾਏ, ਭੱਜ ਕੇ ਕੋਲ ਆਏ, ਦੱਸੋ ਮਾਤਾ ਜੀ। ਔਰ ਉਸ ਵੇਲੇ ਦਾਣੇ ਭੁੱਜੇ ਸੀ, ਕਹਿਣ ਗਿਆ ਲੈ ਲਓ, ਤੁਸੀਂ ਜੰਗਲ 'ਚ ਬਾਲਣ ਲੈਣ ਵਾਸਤੇ ਚੱਲਿਓ, ਭੁੱਖ ਲੱਗ ਜਾਵੇਗੀ, ਆ ਦਾਣੇ ਖਾ ਲਿਓ। ਉਹ ਦਾਣੇ ਧੋਤੀ ਦੇ ਪੱਲੇ ਬੰਨ੍ਹ ਕੇ ਵਿਚਾਰਾ ਲੈ ਗਿਆ। ਉੱਥੇ ਖਾਲਸਾ ਜੀ ਲੱਕੜਾਂ ਜਿਹੜੀਆਂ ਸੀ ਇਕੱਠੀਆਂ ਕੀਤੀਆਂ, ਬਾਲਣ ਇਕੱਠਾ ਕੀਤਾ, ਜਦੋਂ ਕਿ ਜੇ ਤੁਰਨ ਦਾ ਸਮਾਂ ਆਇਆ, ਉਹਨੇ ਚ ਇਹਨੂੰ ਬੜਾ ਲਹਿੰਦੇ ਵਾਲੋ ਬੱਦਲ ਦੀ ਕਾਲੀ ਘਟਾ ਚੜ੍ਹ ਕੇ ਆ ਗਈ। ਸੋ ਸੋਚਿਆ ਵੀ ਜੇ ਹੁਣ ਰਸਤਾ ਖੁੰਝ ਜਾਵਾਂਗੇ, ਹਨੇਰਾ ਹੋ ਗਿਆ ਘਟਾ ਦੇ ਨਾਲ, ਇਹ ਘਟਾ ਅੱਗੇ ਲੰਘ ਜਾਵੇਗੀ ਅਤੇ ਫਿਰ ਅਸੀਂ ਵਾਪਸ ਚਲੇ ਜਾਵਾਂਗੇ। ਪਰ ਜਿਉਂ ਮੀਂਹ ਪੈਣ ਲੱਗਾ, ਉਹਨੇ ਚ ਇਹਨੂੰ ਹਨੇਰਾ ਹੋ ਗਿਆ, ਰਾਤ ਪੈ ਗਈ, ਸੁਦਾਮਿਆਂ ਹੁਣ ਕਿਵੇਂ ਕਰੀਏ, ਇੱਥੇ ਹੀ ਰਾਤ ਕੱਟ ਲਈਏ, ਰਸਤੇ ਦਾ ਆਪਾਂ ਨੂੰ ਪਤਾ ਨਹੀਂ, ਜੇ ਖੁੰਝ ਗਿਆ ਤਾਂ ਪਤਾ ਨਹੀਂ ਲੱਗੇਗਾ, ਸੋ ਰਾਤ ਆਪਾਂ ਨੂੰ ਇੱਥੇ ਕੱਟ ਲੈਣੀ ਚਾਹੀਦੀ ਹੈ। ਖਿਆਲ ਕੀਤਾ ਜੇ ਥੱਲੇ ਕੱਟੀ ਰਾਤ ਤਾਂ ਕੋਈ ਸ਼ੇਰ ਬਘੇੜਾ ਕੋਈ ਜੰਗਲੀ ਜਾਨਵਰ ਨਾ ਖਾ ਜਾਵੇ, ਆਪਾਂ ਇੱਕ ਦਰਖਤ ਦੇ ਬਿਰਸ਼ ਦੇ ਉੱਪਰ ਉੱਚੇ ਥਾਂ 'ਤੇ ਚੜ੍ਹ ਜਾਈਏ। ਕਹਿਣ ਲੱਗੇ ਮਹਾਰਾਜ ਠੀਕ ਹੈ। ਇੱਕ ਡਾਹਣੇ ਉੱਪਰ ਸੁਦਾਮਾ ਚੜ੍ਹ ਗਿਆ, ਦੂਜੇ ਦਾਹਮੇ 'ਤੇ ਕ੍ਰਿਸ਼ਨ ਭਗਵਾਨ ਜੀ ਬੈਠ ਗਏ। ਜਦੋਂ ਹਨੇਰਾ ਜਿਹਾ ਹੋਇਆ ਨਾ, ਭੁੱਖ ਲੱਗੀ, ਸੁਦਾਮੇ ਨੂੰ ਪੋਟਲੀ ਦੇ ਪੱਲਿਓਂ ਧੋਤੀ ਦੇ ਪੱਲਿਓਂ ਉਹ ਦਾਣੇ ਕੱਢੇ ਅਤੇ ਫੱਕਾ ਮਾਰ ਕੇ ਚੱਬਣ ਲੱਗ ਪਿਆ। ਪੁੱਛਿਆ ਸੁਦਾਮੀਆਂ ਕੀ ਖਾਣਾ ਹੈ? ਕਹਿੰਦੇ ਮਹਾਰਾਜ ਕੀ ਖਾਣਾ, ਕੋ ਹੈ ਆਪਣੇ ਕੋਲ ਖਾਣ ਵਾਸਤੇ? ਇੱਥੇ ਦੁਬਾਰਾ ਫਿਰ ਭਗਵਾਨ ਚੁੱਪ ਕਰ ਗਿਆ ਵੀ ਗੱਲ ਠੀਕ ਹੈ, ਇੱਥੇ ਖਾਣ ਵਾਸਤੇ ਕੀ ਹੋਣਾ? ਥੋੜ੍ਹਾ ਜਿਹਾ ਸਮਾਂ ਹੋਇਆ ਅਤੇ ਸੁਦਾਮੇ ਨੇ ਫਿਰ ਫੱਕਾ ਮਾਰ ਲਿਆ। ਜਦੋਂ ਉਹ ਦਾਣੇ ਚੱਬੇ, ਫਿਰ ਉਹ ਕਰੜ ਕਰੜ ਜਿਹੀ ਆਵਾਜ਼ ਆਈ। ਭਗਵਾਨ ਪੁੱਛਣ ਲੱਗੇ ਸੁਦਾਮੀਆਂ ਕੋਈ ਖਾਂਦਾ ਜਾਪਦਾ ਹੈ? ਕਹਿੰਦੇ ਮਹਾਰਾਜ ਕੀ ਖਾਣਾ ਸੀ, ਕੋਈ ਖਾਣ ਵਾਸਤੇ ਹੈ ਕੋਈ? ਸੋ ਉਸ ਵੇਲੇ ਭਗਵਾਨ ਫਿਰ ਚੁੱਪ ਰਹੇ। ਤੀਜੀ ਵਾਰ ਜਦੋਂ ਫੱਕਾ ਜਿਹਾ ਮਾਰਿਆ ਥੋੜ੍ਹੇ ਚਿਰ ਬਾਅਦ, ਭਗਵਾਨ ਕਹਿਣਗੇ ਸੁਦਾਮੀਆਂ ਕੋਈ ਖਾਂਦਾ ਜਾਪਦਾ ਹੈ? ਮੈਂ ਤੇਰੀ ਜ਼ਬਾਨ 'ਤੇ ਇਤਬਾਰ ਕਰਾਂ ਕਿ ਕੰਨਾਂ 'ਤੇ ਇਤਬਾਰ ਕਰਾਂ, ਤੂੰ ਖਾਂਦਾ ਹੈ? ਕਹਿਣ ਲੱਗੇ ਮਹਾਰਾਜ ਖਾਣਾ ਕੀ ਹੈ, ਠੰਡ ਕਹਿਰ ਦੀ ਹੈ, ਹਵਾ ਚੱਲ ਰਹੀ ਹੈ, ਠੰਡੀ ਮੀਂਹ ਪੈ ਕੇ ਹਟਿਆ, ਤੁਹਾਨੂੰ ਪਤਾ ਹੈ, ਇਸ ਕਰਕੇ ਠੰਡ ਕਰਕੇ ਦੰਦੋ ਡਿੱਕਾ ਵੱਜ ਰਿਹਾ, ਹੋਰ ਮੈਂ ਕੀ ਖਾਣਾ ਹੈ? ਕਹਿਣ ਲੱਗੇ ਜਾਓ ਇਹ ਦਲਿੱਦਰੀਆ, ਜੇ ਤੂੰ ਦਾਣੇ ਖਾਣੇ ਸੀ ਤਾਂ ਸਾਨੂੰ ਦੱਸ ਕੇ ਖਾ ਲੈਨੋ, ਵੀ ਮੈਂ ਇਕੱਲੇ ਨੂੰ ਭੁੱਖ ਲੱਗੀ, ਮੈਂ ਇਕੱਲੇ ਨਹੀਂ ਖਾਣੇ ਨੇ, ਪਰ ਮਿੱਤਰ ਤੋਂ ਮਿੱਤਰ ਛੁਪਾ ਕੇ ਖਾਂਦਾ ਚੰਗਾ ਨਹੀਂ ਲੱਗਦਾ, ਤੈਨੂੰ ਦੱਸ ਦੇਣਾ ਚਾਹੀਦਾ ਸੀ ਸਾਨੂੰ।
ਸੋ ਉਸ ਸਮੇਂ ਐਸਾ ਖਾਲਸਾ ਜੀ ਬਚਨ ਹੋਇਆ ਜਦੋਂ ਕੁਝ ਸਮੇਂ ਬਾਅਦ ਭਗਵਾਨ ਕ੍ਰਿਸ਼ਨ ਜੀ ਦੁਆਰਕਾ ਦੇ ਰਾਜੇ ਬਣ ਗਏ। ਇਹ ਸੁਦਾਮਾਪੁਰੀ 'ਚ ਸੁਦਾਮਾ ਉੱਥੇ ਰਹਿੰਦਾ, ਘਰ ਵਿੱਚ ਵਿਆਹ ਵੀ ਹੋ ਗਿਆ, ਪਰਿਵਾਰ ਹੈ, ਬੱਚੇ ਨੇ, ਪਰ ਘਰ ਵਿੱਚ ਕਹਿਰਾਂ ਦੀ ਗਰੀਬੀ ਹੈ। ਬੜੀ ਮੰਦਹਾਲੀ ਦੇ ਦਿਨ ਚੱਲਦੇ ਨੇ। ਘਰਵਾਲੀ ਨੂੰ ਇੱਕ ਦਿਨ ਦੱਸ ਬੈਠਾ ਵੀ ਦੁਆਰਕਾ ਦੇ ਜਿਹੜੇ ਰਾਜੇ ਕ੍ਰਿਸ਼ਨ ਜੀ ਹੈ, ਮੈਂ ਅਤੇ ਉਹ ਇਕੱਠੇ ਹੀ ਪੜ੍ਹਦੇ ਰਹੇ ਹੈ, ਇਕੱਠੇ ਹੀ ਗੁਰੂ ਸੰਦੀਪਨ ਪਾਸ ਅਸੀਂ ਵਿੱਦਿਆ ਹਾਸਲ ਕੀਤੀ ਹੈ। ਉਹ ਕਹਿਣ ਕਿ ਉਹ ਦੁਆਰਕਾ ਦੇ ਰਾਜੇ ਨੇ, ਉਹਨਾਂ ਦੇ ਪਾਸ ਤੈਨੂੰ ਜ਼ਰੂਰ ਜਾਣਾ ਚਾਹੀਦਾ, ਕੋਈ ਨਾ ਕੋਈ ਵਸਤੂ ਦੇ ਦੇਣਗੇ, ਆਪਣੀ ਗਰੀਬੀ ਦੂਰ ਹੋ ਜਾਵੇਗੀ, ਉਹਨਾਂ ਪਾਸ ਜਾਓ। ਕਹਿਣ ਲੱਗੇ ਜਦੋਂ ਆਮ ਬੰਦਾ ਹੁੰਦਾ ਉਦੋਂ ਗੱਲ ਹੋਰ ਹੁੰਦੀ ਹੈ, ਜਦੋਂ ਕਿਸੇ ਅਹੁਦੇ 'ਤੇ ਬੈਠ ਜਾਵੇ ਨਾ ਫਿਰ ਬੰਦੇ ਦਾ ਸੁਭਾਅ ਬਦਲ ਜਾਂਦਾ ਹੈ, ਫਿਰ ਉਹ ਕਦੋਂ ਕਿਸੇ ਨੂੰ ਮਾੜੇ ਨੂੰ ਸਿਆਣਦਾ। ਕਹਿਣ ਲੱਗੀ ਜੇ ਨਾ ਸਿਆਣੇ ਗੱਲ ਤੈਨੂੰ ਤਾਂ ਨਹੀਂ ਰੱਖ ਲੈਂਦਾ, ਜਾਓ ਉਹਨਾਂ ਨੂੰ ਮਿਲ ਕੇ ਆਵਣ। ਘਰਵਾਲੀ ਦੇ ਕਹਿਣ 'ਤੇ ਖਾਲਸਾ ਜੀ ਤਿਆਰ ਹੋ ਗਿਆ ਸੁਦਾਮਾ। ਪਰ ਹੁਣ ਜਾਣ ਵਾਸਤੇ ਮਨ 'ਚ ਸੋਚਿਆ ਵੀ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਵੀ ਖਾਲੀ ਹੱਥੀਂ ਕਿਸੇ ਦੇ ਦਰਸ਼ਨ ਕਰਨੇ ਚਾਹੀਦੇ, ਆਪਣੇ ਤੋਂ ਵੱਡੇ ਦੇ ਦਰਸ਼ਨ ਕਰਨ ਜਾਣਾ ਹੋਵੇ ਨਾ, ਭਾਵੇਂ ਰਸਤੇ 'ਚੋਂ ਖੇਤ ਵਿੱਚੋਂ ਸਰੋਂ ਦਾ ਫੁੱਲ ਹੀ ਤੋੜ ਕੇ ਲੈ ਜਾਓ, ਕਦੇ ਖਾਲੀ ਹੱਥੀਂ ਨਹੀਂ ਜਾਈਦਾ ਕਿਸੇ ਦੇ ਦਰਸ਼ਨ ਕਰਨਾ। ਕੁਝ ਨਾ ਕੁਝ ਭੇਟਾ ਜ਼ਰੂਰ ਲਿਜਾਣੀ ਚਾਹੀਦੀ ਹੈ, ਅਤੇ ਮੇਰੇ ਕੋਲ ਤਾਂ ਹੈ ਕੁਝ ਨਹੀਂ, ਕੀ ਲੈ ਕੇ ਜਾਵਾਂ। ਘਰਵਾਲੀ ਕਹਿਣ ਕਿ ਚਿੰਤਾ ਨਾ ਕਰੋ, ਇਹ ਪ੍ਰਬੰਧ ਮੈਂ ਕਰ ਲੈਂਦੀ ਹੈ। ਗੁਆਂਢੀਆਂ ਦੇ ਕੋਲ ਗਏ, ਉਹ ਬੀਬੀ ਚੌਲ ਛੱਜ 'ਚ ਪਾ ਕੇ ਛੱਡ ਰਹੀ ਸੀ, ਉਹਨੂੰ ਜਾ ਕੇ ਬੇਨਤੀ ਕੀਤੀ ਸਾਨੂੰ ਥੋੜ੍ਹੇ ਚੌਲ ਦੇ ਦਿਓ, ਮੇਰਾ ਘਰਵਾਲਾ ਸੰਦੀਪਨ ਗੁਰੂ ਦੇ ਪਾਸ ਵਿੱਦਿਆ ਪੜ੍ਹਦਾ ਰਿਹਾ, ਇਕੱਠੇ ਹੀ ਕਹਿੰਦੇ ਭਗਵਾਨ ਕ੍ਰਿਸ਼ਨ ਨਾਲ ਜਿਹੜੇ ਦੁਆਰਕਾ ਦੇ ਰਾਜੇ ਹਨ, ਤੁਸੀਂ ਮੈਨੂੰ ਚੌਲ ਦੇ ਦਿਓ, ਉਹਨੇ ਜਾਣਾ ਦਰਸ਼ਨ ਕਰਨ, ਅਤੇ ਕਹਿੰਦਾ ਖਾਲੀ ਨਹੀਂ ਹੱਥੀਂ ਜਾਈਦਾ, ਮੈਂ ਤੁਹਾਨੂੰ ਮੋੜ ਦੇਵਾਂਗੇ। ਉਹ ਕਹਿਣ ਲੱਗੇ ਵੀ ਅੱਗੇ ਵੀ ਤੁਸੀਂ ਉਧਾਰ ਲੈ ਜਾਂਦੇ ਹੋ ਪਰ ਮੋੜਦੇ ਨਹੀਂ, ਚੌਲ ਤਾਂ ਨਹੀਂ ਮੈਂ ਤੈਨੂੰ ਦਿੰਦੀ। ਅੱਗੇ ਛੱਜ ਦੇ ਅੱਗੇ ਕਣੀਆਂ ਸੀ ਛੋਟੀਆਂ ਛੋਟੀਆਂ ਬਰੀਕ ਜਿਹੀਆਂ, ਫੱਕ ਵਿੱਚ ਉਹ ਵੱਡਾ ਬੁੱਕ ਭਰ ਕੇ ਇਹਦੀ ਝੋਲੀ 'ਚ ਪਾ ਦਿੱਤਾ। ਉਹ ਲੈ ਕੇ ਘਰ ਆ ਕੇ ਛੱਜ 'ਚ ਪਾ ਕੇ ਛੱਡ ਕੇ ਸਵਾਰ ਕੇ ਇਹਦੀ ਧੋਤੀ ਦੇ ਪੱਲੇ ਖਾਲਸਾ ਜੀ ਉਹ ਬੰਨ ਦਿੱਤਾ ਸੁਦਾਮੇ ਦੇ ਘਰਵਾਲੀ ਨੇ। ਜਦੋਂ ਰਸਤੇ 'ਚ ਤੁਰਿਆ ਜਾਂਦਾ ਵੇਖਦਾ ਜਾ ਮਨ 'ਚ ਸੋਚਦਾ ਜਾਂਦਾ ਗਿਣਤੀਆਂ ਮਿਣਤੀਆਂ, ਐਵੇਂ ਬ੍ਰਾਹਮਣੀ ਦੀ ਆਖੇ ਲਾ ਕੇ ਮੂੰਹ ਚੁੱਕ ਕੇ ਤੁਰ ਪਿਆ ਹੈ, ਖੌਰੇ ਮੈਨੂੰ ਸਿਆਣੇ ਕਿ ਨਾ ਹੀ ਸਿਆਣੇ। ਜਦੋਂ ਦੁਆਰਕਾਪੁਰੀ ਵਿੱਚ ਪਹੁੰਚਿਆ ਖਾਲਸਾ ਜੀ, ਉੱਥੇ ਜਦੋਂ ਜਿੱਥੇ ਭਗਵਾਨ ਜੀ ਦਾ ਨਿਵਾਸ ਅਸਥਾਨ ਸੀ ਉਹਦੀ ਡਿਉਢੀ ਅੱਗੇ ਜਦੋਂ ਗਿਆ, ਪਹਿਰੇਦਾਰ ਬੜਾ ਸਾਵਧਾਨ ਖਲੋਤਾ ਹੈ। ਸੋ ਇਹਦੀ ਸ਼ਕਲ ਵੇਖ ਕੇ ਇਹਨੇ ਜਦੋਂ ਪੁੱਛਿਆ, ਮੈਂ ਭਗਵਾਨ ਦੇ ਦਰਸ਼ਨ ਕਰਨੇ ਨੇ, ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ। ਉਹ ਵੇਖ ਕੇ ਕਹਿਣ ਲੱਗਾ, ਨਾ ਸਿਰ 'ਤੇ ਪੱਗ, ਨਾ ਗਲ 'ਚ ਕੋਈ ਕੁੜਤਾ ਪਾਇਆ ਹੋਇਆ, ਨਾ ਪੈਰ ਕੋਈ ਜੁੱਤੀ ਪਾਈ ਹੋਈ ਮੈਲ ਦੇ ਮਾਰੇ ਹੋਏ। ਸੋ ਧੋਤੀ ਜਿਹੜੀ ਉਹਨੂੰ 20 ਥਾਂ ਤੋਂ ਟਾਂਕੇ ਲੱਗੇ ਹੋਏ ਮੈਲ ਦੀ ਮਾਰੀ ਹੋਏ। ਉਹ ਪਹਿਰੇਦਾਰ ਕਹਿਣ ਲੱਗਾ ਵੀ ਉੱਥੇ ਹੋ ਕੇ ਬੈਠ ਜਾ, ਤੂੰ ਨਹੀਂ ਭਗਵਾਨ ਨੂੰ ਮਿਲ ਸਕਦਾ ਹੈ। ਪਰ ਇਹ ਹਟ ਕੇ ਵਿਚਾਰਾ ਬੈਠ ਗਿਆ। ਥੋੜ੍ਹੇ ਸਮੇਂ ਬਾਅਦ ਫਿਰ ਬੇਨਤੀ ਕੀਤੀ ਵੀ ਮੈਨੂੰ ਭਗਵਾਨ ਦੇ ਦਰਸ਼ਨ ਕਰਵਾ ਦਿਓ, ਮਿਲਾ ਦਿਓ। ਕਹਿਣ ਲੱਗਾ, ਜੇ ਕੋਈ ਵਸਤੂ ਚਾਹੀਦੀ ਮੈਨੂੰ ਦੱਸ, ਮੈਂ ਪ੍ਰਬੰਧ ਕਰ ਦੇਵਾਂ, ਤੂੰ ਨਹੀਂ ਮਿਲ ਸਕਦਾ ਭਗਵਾਨ ਨੂੰ, ਬੈਠ ਜਾ ਪਰੇ ਹਟ ਕੇ। ਫਿਰ ਵਿਚਾਰਾ ਬੈਠ ਗਿਆ। ਤੀਜੀ ਵਾਰ ਬੇਨਤੀ ਕੀਤੀ, ਮੇਰੇ ਅੰਦਰ ਦੀ ਹਾਲਤ ਵੇਖ, ਮੈਂ ਭਗਵਾਨ ਦੇ ਨਾਲ ਇਕੱਠਾ ਹੀ ਪੜ੍ਹਦਾ ਰਿਹਾ, ਮੈਨੂੰ ਇੱਕ ਵਾਰ ਉਹਨਾਂ ਨਾਲ ਮੁਲਾਕਾਤ ਕਰਵਾਇਣ। ਪਹਿਰੇਦਾਰ ਨੇ ਸੁਣਿਆ ਅਤੇ ਭਗਵਾਨ ਦੇ ਬਚਨ ਵੀ ਯਾਦ ਆਏ, ਕਹਿੰਦੇ ਸੀ ਵੀ ਕੋਈ ਆਵੇ, ਕੋਈ ਵੱਡਾ ਆਵੇ, ਕੋਈ ਛੋਟਾ ਆਵੇ, ਮੁਲਾਕਾਤ ਜ਼ਰੂਰ ਕਰਾਉਣੀ ਹੈ। ਸੋ ਪਹਿਰੇਦਾਰ ਕਹਿਣ ਲੱਗਾ, ਇੱਥੇ ਬੈਠ ਜਾ, ਮੈਂ ਅੰਦਰ ਜਾਂਦਾ, ਮਹਿਲਾਂ 'ਚ ਜਾ ਕੇ ਬੇਨਤੀ ਕਰਦਾ ਹੈ। ਅੰਦਰ ਜਾ ਕੇ ਭਗਵਾਨ ਨੂੰ ਜਾ ਕੇ ਮਿਲਿਆ, ਆਸਣ ਦੇ ਉੱਪਰ ਬੈਠੇ ਹੋਏ, ਸਿਰ ਤੋਂ ਕੁੱਲਾ ਜਿਹਾ ਲਾਇਆ ਹੋਇਆ, ਪੀਲੇ ਬਸਤਰ ਲਾਏ ਹੋਏ, ਰਾਧਿਕਾ ਰੁਕਮਣੀ ਮੁੱਠੀ ਚਾਪੀ ਕਰ ਰਹੀਆਂ ਨੇ। ਜਾ ਕੇ ਬੇਨਤੀ ਕੀਤੀ, ਭਗਵਾਨ ਕੋਈ ਮਨੁੱਖ ਤੁਹਾਨੂੰ ਮਿਲਣ ਵਾਸਤੇ ਆਇਆ ਹੈ, ਉਹ ਤੁਹਾਡੇ ਨਾਲ ਕੋਈ ਮੁਲਾਕਾਤ ਕਰਨੀ ਚਾਹੁੰਦਾ ਹੈ। ਪੁੱਛਿਆ ਸੀ ਵੀ ਕੌਣ ਆਇਆ ਹੈ, ਕਿਹੋ ਜਿਹਾ ਕੀ ਲਿਬਾਸ ਹੈ, ਉਸ ਮਨੁੱਖ ਦਾ ਕੌਣ ਹੈ, ਜਾਤੀ ਦਾ। ਕਹਿਣ ਲੱਗੇ, ਮਹਾਰਾਜ, ਨਾ ਸੀਸ ਪੱਗਾ ਨਾ ਝੱਗਾ ਤਨ ਪੈ, ਜਨ ਜਾਨ ਅਜਾਨ ਬਸੇ ਕਈ ਗ੍ਰਾਮਾਂ, ਧੋਤੀ ਫਟੀ ਸੀ ਲਟੀ ਦੁਪਟੀ, ਨਹੀਂ ਪਾਏ ਪਰ ਹੀ ਇਹ ਆਹੇ ਨਿਸ਼ਾਨਾ, ਦੁਆਰ ਖੜਾ ਤੇ ਦੁਰਬਲਤਾ ਸਿਓ, ਦੇਖ ਰਹੇ ਹੋ ਬਸਦਾ ਅਬਿਰਾਮਾ, ਪੂਸ਼ਤ ਦੀਨ ਦਿਆਲ ਕੋ ਧਾਮਾ, ਬਤਾਵਤ ਆਪਣਾ ਨਾਮ ਸੁਦਾਮਾ। ਜਦੋਂ ਭਗਵਾਨ ਨੇ ਸੁਦਾਮੇ ਦਾ ਨਾਮ ਸੁਣਿਆ ਨਾ, ਬੇਨਤੀ ਕੀਤੀ ਸੀ ਵੀ ਨਾ ਸੀਸ ਪੱਗਾ ਨਾ ਝੱਗਾ ਤਨ ਪੈ, ਨਾ ਸਿਰ 'ਤੇ ਪੱਗ ਹੈ, ਨਾ ਝੱਗਾ ਕੁੜਤਾ ਗਲ 'ਚ ਪਾਇਆ ਹੋਇਆ, ਜਨ ਜਾਨ ਅਜਾਨ ਬਸੇ ਕਈ ਗ੍ਰਾਮਾਂ, ਕਈਆਂ ਪਿੰਡਾਂ ਦਾ ਕੁਵਸਣ ਵਾਲਾ ਟੱਪਰੀ ਵਾਸ ਜਿਹਾ ਜਾਪਦਾ ਵੀ ਅੱਜ ਹੋਰ ਅਤੇ ਭਲਕੇ ਹੋਰ ਕਿਤੇ ਰਹੇ, ਉਹ ਟੱਪਰੀ ਵਾਸ ਜਿਹਾ ਵੇਖਣ ਨੂੰ ਜਾਪਦਾ ਹੈ। ਸੋ ਜਨ ਜਾਨ ਅਜਾਨ ਬਸੇ ਕਈ ਗ੍ਰਾਮਾਂ, ਧੋਤੀ ਫਟੀ ਸੀ ਲਟੀ ਦੁਪਟੀ,
ਜਿਹੜੀ ਧੋਤੀ ਲੱਕ ਨਾਲ ਬੱਧੀ ਕਈ ਥਾਵਾਂ ਤੋਂ ਫਟੀ ਮੈਲ ਦੀ ਮਾਰੀ ਹੋਈ ਹੈ ਨਹੀਂ ਪਾਏ ਪਰ ਹੀ ਇਹ ਆਹੇ ਨਿਸ਼ਾਨਾ ਅਤੇ ਦੂਜੀ ਨਿਸ਼ਾਨੀ ਹੈ ਵੀ ਉਹਨੇ ਪੈਰੀ ਜੁੱਤੀ ਵੀ ਨਹੀਂ ਪਾਈ ਪੈਰੋਂ ਵੀ ਨੰਗਾ ਹੀ ਹੈ। ਪੁੱਛਿਆ ਉਹਦੀ ਜਾਤੀ ਕੌਣ ਹੈ ਕਿੱਥੋਂ ਆਇਆ ਤਾਂ ਪੁੱਛਿਆ ਨਹੀਂ। ਕਹਿੰਦੇ ਮਹਾਰਾਜ ਇਹ ਤਾਂ ਨਹੀਂ ਮੈਂ ਪੁੱਛ ਸਕਿਆ ਲੇਕਿਨ ਉਹਦੇ ਮੱਥੇ ਦਾ ਤਿਲ ਕੇ ਗੱਲ ਕਹਿੰਦਾ ਹੈ ਦੁਆਰ ਖੜਾ ਤੇ ਜ ਦੁਰਬਲਤਾ ਸਿਉਂ ਦੇਖ ਰਹੇ ਹੋ ਵਸਦਾ ਆ ਬਿਰਾਮਾ। ਉਹ ਮਹਾਰਾਜ ਜਾਤੀ ਦਾ ਦਿਵਜ ਬ੍ਰਾਹਮਣ ਜਾਪਦਾ ਉਹਦੇ ਮੱਥੇ ਦਾ ਤਿਲਕ ਕੱਢਿਆ ਹੋਇਆ ਪਰ ਪੂਛਤ ਦੀਨ ਦਿਆਲ ਕੋ ਧਾਮਾਂ ਬਤਾਵ ਅਤੇ ਆਪਣਾ ਨਾਮ ਸੁਦਾਮਾ। ਉਹ ਤੁਹਾਡੇ ਮਹਿਲਾਂ ਬਾਰੇ ਪੁੱਛਦਾ ਵੀ ਮੈਂ ਮੁਲਾਕਾਤ ਕਰਨੀ ਹੈ ਭਗਵਾਨ ਨਾਲ ਮਿਲਾਓ। ਸੁਦਾਮਾ ਆਪਣਾ ਨਾਮ ਦੱਸਦਾ। ਜਦ ਸੁਣਾ ਭਗਵਾਨ ਨੇ ਸੁਦਾਮਾ ਆਏ ਬਾਂਸਰੀ ਮੋਰ ਮੁਕਟ ਪੀਤ ਬਸਨ ਸਭ ਭੁੱਲ ਗਏ। ਉਸੇ ਵੇਲੇ ਚੱਲ ਪਏ ਦੱਸ ਕਿੱਥੇ ਆ ਸਾਡਾ ਮਿੱਤਰ ਸੁਦਾਮਾ। ਡਿਓੜੀ ਵਿੱਚ ਆਏ ਨੇ ਸੁਦਾਮੇ ਨੂੰ ਘੁੱਟ ਕੇ ਛਾਤੀ ਨਾਲ ਆਇਆ ਅਤੇ ਪਹਿਲੋਂ ਪਰਕਰਮਾ ਕੀਤੀਆਂ ਉਹਦੀਆਂ ਪਰਕਰਮਾ ਇਹ ਵੱਡੇ ਦਾ ਸਤਿਕਾਰ ਕਰਨਾ। ਪਹਿਲੋਂ ਪਰਕਰਮਾ ਕੀਤੀਆਂ ਖਾਲਸਾ ਜੀ ਫਿਰ ਉਹਨੇ ਗੋਡੀ ਹੱਥ ਲਾਇਆ ਅਤੇ ਛਾਤੀਆਂ ਲਾ ਕੇ ਬਾਂਹ 'ਚ ਬਾਂਹ ਪਾ ਕੇ ਮਹਿਲਾਂ 'ਚ ਲੈ ਆਏ। ਸੋ ਆ ਕਰਕੇ ਆਪਣੇ ਸਿੰਘਾਸਣ ਦੇ ਉੱਪਰ ਬਿਠਾਇਆ ਅਤੇ ਆਪ ਪੁੰਜੇ ਹੀ ਬੈਠ ਗਏ। ਜਦੋਂ ਰਾਧਿਕਾ ਰੁਕਮਣੀ ਨੂੰ ਆਗਿਆ ਕੀਤੀ ਲਿਆਓ ਪਾਣੀ ਦੀਆਂ ਗਾਗਰਾਂ ਸੀ ਮਿੱਤਰ ਦੇ ਚਰਨ ਧੋੜੇ ਨੇ ਚਰਨਾਮ੍ਰਿਤ ਲੈਣਾ ਹੈ। ਸੋ ਜਦੋਂ ਸੁਦਾਮੇ ਦੇ ਪੈਰ ਵੇਖੇ ਰਾਧਿਕਾ ਰੁਕਮਣੀ ਪਾਣੀ ਦੀਆਂ ਗਾਗਰਾਂ ਲੈਣ ਵਾਸਤੇ ਚਲੀਆਂ ਗਈਆਂ ਜਦੋਂ ਪੈਰ ਫੜ ਕੇ ਵੇਖੇ ਵਿਆਈਆਂ ਫੁੱਟੀਆਂ ਹੋਈਆਂ ਮੈਲ ਲੱਗੀ ਹੋਈ ਬੜੀ ਬੁਰੀ ਹਾਲਤ ਪੈਰਾਂ ਦੀ ਵੇਖ ਕੇ ਕਹਿਣਗੇ ਸੁਦਾਮਿਆਂ ਤੇਰੀ ਆਹ ਹਾਲਤ ਹੈ ਕੀ ਬਣਿਆ ਕੀ ਵਜ੍ਹਾ ਕੀ ਬਣ ਗਈ ਤੇਰੀ ਇਹ ਮਾਲੀ ਹਾਲਤ ਇੰਨੀ ਕਮਜ਼ੋਰ ਹੋ ਗਈ ਤੇਰੇ ਕੋਲ ਜੁੱਤੀ ਵੀ ਹੈ ਨਹੀਂ। ਤਾਂ ਉਸ ਵੇਲੇ ਖਾਲਸਾ ਜੀ ਦੇਖ ਸੁਦਾਮੇ ਕੀ ਦੀਨ ਦਸ਼ਾ ਕਰਣਾ ਕਰਕੇ ਕਰਣਾ ਨਿਧਰ ਹੋਏ ਨਹੀਂ ਪਾਤਰ ਪਾਣੀ ਕੋ ਹਾਦ ਛੋਇਓ ਬਸ ਨੈਣਨ ਕੇ ਜਲ ਸੇ ਭਗਤ ਹੋਏ। ਰਾਧਿਕਾ ਰੁਕਮਣੀ ਪਾਣੀ ਦੀਆਂ ਗਾਗਰਾਂ ਲੈ ਕੇ ਖਲੋਤੀਆਂ ਰਹੀਆਂ ਪੈਰ ਖਾਲਸਾ ਜੀ ਨੇਤਰਾਂ ਦੇ ਜਲ ਦੇ ਨਾਲ ਸੁਦਾਮੇ ਦੇ ਧੋ ਸਿੱਟੇ ਇੰਨਾ ਪਿਆਰ ਜਿਤਾਇਆ ਸੀ। ਫਿਰ ਬਰਾਬਰ ਬੈਠ ਗਏ ਸੁਦਾਮਿਆਂ ਸੁਨਾ ਆਪਾਂ ਗੁਰੂ ਸੰਦੀਪਨ ਕੋਲ ਇਕੱਠੇ ਹੀ ਵਿੱਦਿਆ ਪੜ੍ਹਦੇ ਰਹੇ। ਸੋ ਪਤਾ ਹੀ ਜਦੋਂ ਆਪਾਂ ਇਸੇ ਤਰ੍ਹਾਂ ਤੋਂ ਇਕੱਲਾ ਹੀ ਦਾਣੇ ਖਾ ਗਿਆ ਸੈਂ ਹੁਣ ਦੱਸ ਤੇਰਾ ਵਿਆਹ ਹੋ ਗਿਆ। ਕਹਿੰਦੇ ਮਹਾਰਾਜ ਹੋ ਗਿਆ ਤੁਹਾਡੀ ਦਇਆ ਮਾਇਆ ਸੁੱਖ ਨਾਲ ਬੱਚੇ ਪਰਿਵਾਰ ਹੈ। ਕਹਿੰਦੇ ਸਾਡੀ ਭਰਜਾਈ ਨੇ ਕੋਈ ਖਾਣ ਵਾਸਤੇ ਸਾਡੇ ਲਈ ਭੇਜਿਆ ਹੋਵੇਗਾ। ਹੁਣ ਸ਼ਰਮਿੰਦਾ ਹੁੰਦਾ ਕੀ ਦੱਸੇ ਵਿਚਾਰਾ ਵੀ ਇਹ ਏਡੇ ਵੱਡੇ ਰਾਜੇ ਅਤੇ ਮੈਂ ਗੰਦੀ ਜੀ ਧੋਤੀ ਪੱਲੇ ਕਣੀਆਂ ਵੱਧੀਆਂ ਚੌਲਾਂ ਦੀਆਂ ਇਹਦੀਆਂ ਖਾਣ ਵਾਸਤੇ ਪਰ ਭਗਵਾਨ ਨੇ ਆਪ ਹੀ ਧੋਤੀ ਦੇ ਪੱਲਿਓਂ ਖੋਲ ਲਈਆਂ। ਸੁਦਾਮਿਆਂ ਆ ਤੂੰ ਹੁਣ ਵੀ ਲੁਕਾਈ ਜਾਂਦਾ ਲਿਆ ਫੜਾ। ਉਹ ਦਾਣੇ ਫੱਕੇ ਮਾਰ ਕੇ ਚੱਬਣ ਲੱਗ ਪਏ। ਉਹ ਰਾਧਿਕਾ ਰੁਕਮਣੀ ਕਹਿਣ ਲੱਗੀਆਂ ਜੇ ਦਾਣੇ ਖਾਣੇ ਨੇ ਚੌਲ ਕੱਚੇ ਨਾ ਖਾਓ ਪੇਟ ਵਿੱਚ ਦਰਦ ਕਰਨਗੇ ਅਸੀਂ ਇਹ ਰਿੰਨ ਦਿੰਦੀਆਂ। ਕਹਿੰਦੇ ਨਹੀਂ ਇਹ ਸਾਡੇ ਭਗਤ ਦਾ ਪ੍ਰਸ਼ਾਦ ਹੈ। ਫੱਕੇ ਮਾਰ ਮਾਰ ਕੇ ਸਾਰੇ ਦਾਣੇ ਚੱਬ ਗਏ। ਭਗਤ ਜੀ ਕੋਈ ਸਮਾਂ ਸੁਦਾਮਾ ਜੀ ਕੋਲ ਰਹਿ ਅਖੀਰ ਬੇਨਤੀ ਕੀਤੀ ਮਹਾਰਾਜ ਮੈਨੂੰ ਆਗਿਆ ਬਖਸ਼ੋ ਮੈਂ ਵਾਪਸ ਜਾਣਾ ਚਾਹੁੰਦਾ। ਕਹਿਣਗੇ ਚੰਗਾ ਸੁਦਾਮਿਆਂ ਚੱਲ ਤੈਨੂੰ ਤੋਰ ਆਈਏ। ਸੁਦਾਮਾ ਮਨ 'ਚ ਸੋਚਦਾ ਵੀ ਸੇਵਾ ਬੜੀ ਕੀਤੀ ਪੈਰ ਵੀ ਬੜੇ ਧੋਤੇ ਮਲੇ ਸੋ ਸਤਿਕਾਰ ਮਾਣ ਬੜਾ ਕੀਤਾ ਪਰ ਜਿਸ ਕੰਮ ਵਾਸਤੇ ਆਏ ਉਹ ਤਾਂ ਦਿੱਤਾ ਲਿਆ ਕੱਖ ਵੀ ਨਹੀਂ ਗੱਲਾਂ ਬਾਤਾਂ ਬੜੀਆਂ ਸੁਣਾਈਆਂ ਪਰ ਗੱਲ ਬਣੀ ਨਹੀਂ। ਸੋ ਸੋਚਦੇ ਸੋਚਦੇ ਸੁਦਾਮਾ ਜੀ ਦੇ ਮਨ 'ਚ ਵੀ ਸ਼ਾਇਦ ਰਾਣੀਆਂ ਤੋਂ ਵੱਖਰੇ ਹੋ ਕੇ ਜੇ ਡਿਓੜ 'ਚ ਤੋਰਨ ਜਾਣਗੇ ਨਾ ਉਦੋਂ ਮੈਨੂੰ ਕੋਈ ਵਸਤੂ ਦੇਣਗੇ ਕੀਮਤੇ। ਪਰ ਭਗਵਾਨ ਜੀ ਕਹਿਣਗੇ ਚੱਲ ਸੁਦਾਮਿਆਂ ਤੈਨੂੰ ਤੋਰ ਆਈਏ। ਡਿਓੜੀ ਤੱਕ ਆਏ ਨੇ ਸੋ ਫਿਰ ਮਿਲੇ ਬੜੇ ਸਤਿਕਾਰ ਮਾਣ ਨਾਲ ਸੁਦਾਮਾ ਸੁਦਾਮਾਪੁਰੀ ਨੂੰ ਚੱਲ ਪਿਆ ਅਤੇ ਭਗਵਾਨ ਵਾਪਸ ਮਹਿਲਾਂ ਨੂੰ ਆ ਗਏ। ਰਸਤੇ 'ਚ ਸੁਦਾਮਾ ਸੋਚਾਂ ਵਿੱਚ ਸੋਚਦਾ ਜਾਂਦਾ ਆਦਰ ਮਾਣ ਬੜਾ ਕੀਤਾ ਬੜੀ ਸੇਵਾ ਕੀਤੀ ਬੜੇ ਪੈਰ ਧੋਤੇ ਪਰ ਜਿਸ ਕੰਮ ਵਾਸਤੇ ਆਇਆ ਸਾਂ ਉਹ ਤਾਂ ਮੈਨੂੰ ਦਿੱਤਾ ਕੱਖ ਨਹੀਂ ਸਗੋਂ ਜਿਹੜੇ ਚੌਲ ਸੀ ਨਾ ਮੇਰੇ ਕੋਲ ਗਰੀਬ ਕੋਲ ਜੇ ਦੇਣਾ ਲੈਣਾ ਕੱਖ ਨਹੀਂ ਸੀ ਅਤੇ ਘੱਟੋ ਘੱਟ ਮੇਰੇ ਚੌਲ ਤਾਂ ਨਾ ਖਾਂਦਾ ਉਹ ਮੈਂ ਰਿੰਨ ਕੇ ਇੱਕ ਦਿਨ ਨਿਆਣਿਆਂ ਨੂੰ ਖਵਾ ਲੈਂਦਾ। ਰਸਤੇ ਵਿੱਚ ਸੁਦਾਮਾ ਜੀ ਪੈ ਸੋਚਣ ਚੰਗੇ ਇਹ ਜ਼ਮਾਨੇ ਦੇ ਯਾਰ ਯਾਰੋ ਜਿਹੜੇ ਹਾਲ ਆਏ ਮੁੜੇ ਜਾਮਦੇ ਹਾਂ ਕਿਹੜਾ ਬਖਸ਼ ਦਿੱਤਾ ਮੈਨੂੰ ਮਾਲ ਯਾਰੋ। ਇਉਂ ਸੋਚਾਂ ਸੋਚਦਾ ਸੁਦਾਮਾ ਤੁਰਿਆ ਜਾਂਦਾ। ਜਦੋਂ ਘਰ ਵਿੱਚ ਪਹੁੰਚਾ ਚਹਿਲ ਪਹਿਲ ਹੋਈ ਹੋਈ ਅਤੇ ਸੁੰਦਰ ਮਹੱਲ ਬਣੇ ਹੋਏ ਖਾਲਸਾ ਜੀ ਕਿਸੇ ਪਦਾਰਥ ਦੀ ਕੋਈ ਤੋੜ ਘਾਟ ਨਹੀਂ ਅਤੇ ਬੱਚੇ ਸੁੱਖ ਨਾਲ ਖੇਡ ਰਹੇ ਨੇ। ਜਦੋਂ ਜਾ ਕੇ ਮਿਲਿਆ ਉਸ ਵੇਲੇ ਬੱਚੇ ਕਹਿਣਗੇ ਜਦੋਂ ਤੋਂ ਤੁਸੀਂ ਗਏ ਹੋ ਨਾ ਉਦੋਂ ਤੋਂ ਹੀ ਇਹ ਚਹਿਲ ਪਹਿਲ ਅਤੇ ਮਹੱਲ ਉਸਰ ਗਏ ਨੇ ਇਹ ਆਪਣਾ ਘਰ ਹੈ। ਚਾਰੇ ਪਦਾਰਥ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੰਕੋਚ ਕੇ ਸੁਦਾਮੇ ਦੇ ਘਰ ਵਿੱਚ ਸੁਦਾਮਾਪੁਰੀ ਭੇਜ ਦਿੱਤੇ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਸੰਗ ਵਾਰਾਂ 'ਚ ਵਰਣਨ ਕੀਤਾ ਹੈ ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਪਹੁਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ
ਪਹਿਲੋਂ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ ਚਰਨੋਦਕ ਲੈ ਪੈਰ ਧੋਏ ਸਿੰਘਾਸਣ ਉੱਤੇ ਬੈਠਾਏ ਪੁੱਛੈ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਲੈ ਕੇ ਤੰਦੁਲ ਚੱਬਿਓ ਨੂੰ ਵਿਦਾ ਕਰੇ ਅੱਗੇ ਪਹੁੰਚਾਏ ਚਾਰ ਪਦਾਰਥ ਸਕੁਚ ਪਠਾਏ ਸੰਕੋਚ ਕੇ ਚਾਰੇ ਦੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਸੁਦਾਮੇ ਦੇ ਘਰ ਭੇਜ ਕੇ ਸਾਰੀ ਗਰੀਬੀ ਦੂਰ ਕਰ ਦਿੱਤੇ ਸੀ। ਆਦਿ ਯੁਗਾਂ ਦੀ ਸਗਲ ਭਗਤ ਹੈ ਇਹ ਸਾਰੇ ਭਗਤ ਜਿਹੜੇ ਖਾਲਸਾ ਜੀ ਯੁੱਗਾਂ ਯੁੱਗਾਂ 'ਚ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਸੋ ਦੁਆ ਇਸੇ ਤਰ੍ਹਾਂ ਖਾਲਸਾ ਜੀ ਸੁਦਾਮਾ ਵਰਗੇ ਬਿਦਰ ਵਰਗੇ ਭਗਤ ਜਿਹੜੇ ਹੋਏ ਨੇ ਪਰਮੇਸ਼ਰ ਦੇ ਪਿਆਰੇ ਦੁਆਪਰ ਵਿੱਚ ਕਲਯੁੱਗ ਵਿੱਚ ਕਬੀਰ ਸਾਹਿਬ ਨਾਮਦੇਵ ਸਤਨਾ ਜੈਦੇਵ ਰਾਮਾਨੰਦ ਪਰਮਾਨੰਦ ਇਸੇ ਤਰ੍ਹਾਂ ਖਾਲਸਾ ਜੀ ਬੇਅੰਤ ਭਗਤ ਗੁਰੂ ਕੇ ਪਿਆਰੇ ਹੋਏ ਜਿਨ੍ਹਾਂ ਨੂੰ ਸਤਿਗੁਰੂ ਨੇ ਸਤਿਕਾਰ ਮਾਣ ਬਖਸ਼ਿਆ ਹੈ ਸੋ ਐਸੇ ਭਗਤਾਂ ਬਾਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਆਦਿ ਜੁਗਾਦੀ ਸਗਲ ਭਗਤ ਆਦਿ ਤੋਂ ਲੈ ਕਰਕੇ ਬ੍ਰਹਮਾ ਜੀ ਤੋਂ ਲੈ ਕਰਕੇ ਲੋਮਸ ਵਰਗੇ ਇਸੇ ਤਰ੍ਹਾਂ ਖਾਲਸਾ ਜੀ ਹੋਰ ਬੇਅੰਤ ਭਗਤ ਹੋਏ ਸੋ ਯੁੱਗਾਂ ਯੁੱਗਾਂ 'ਚ ਪਰਮੇਸ਼ਰ ਦੇ ਜਿਹੜੇ ਭਗਤ ਹਨ ਸੁਖ ਵਿਸਰਾਮ ਜਿਨ੍ਹਾਂ ਭਗਤਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਖਾਲਸਾ ਜੀ ਅਭੇਰਤਾ ਦਾ ਸੁਖ ਬਖਸ਼ ਕਰਕੇ ਸਦਾ ਵਾਸਤੇ ਵਿਸਰਾਮ ਟਿਕਾ ਦੇਣਾ ਕੀਤਾ ਹੈ। ਵਾਹਿਗੁਰੂ ਵਿੱਚ ਹੀ ਵਿਸਰਾਮ ਟਿਕਾ ਅਭੇਰਤਾ ਆਨੰਦ ਪ੍ਰਾਪਤ ਜਿਨ੍ਹਾਂ ਭਗਤਾਂ ਨੂੰ ਹੋਇਆ ਸੁਖ ਸਰੂਪ ਦੀ ਪ੍ਰਾਪਤੀ ਵਾਲੇ ਗੁਰੂ ਕੇ ਪਿਆਰੇ ਭਗਤ ਹੋਏ ਵਾਹਿਗੁਰੂ ਪਰਮੇਸ਼ਰ ਅਭੇਦ ਹੋਏ ਜਿਨ੍ਹਾਂ ਨੂੰ ਵਿਸਰਾਮ ਟਿਕਾ ਆਨੰਦ ਪਰਮੇਸ਼ਰ ਨੇ ਕਿਰਪਾ ਕਰਕੇ ਬਖਸ਼ਿਆ। ਕਬੀਰ ਮੇਰੀ ਜਾਤ ਕੋ ਉਹ ਕਾਂਸ਼ੀ ਦਾ ਪੰਡਿਤ ਕਹਿਣ ਲੱਗਾ ਫਿਰ ਜੁਲਾਇਆਂ ਵਾਲੀ ਗੱਲ ਕੀਤੀ ਨਾ ਮੈਂ ਤੈਨੂੰ ਆਖਿਆ ਮਾਲਾ ਲੈ ਲਾ ਮੇਰੇ ਕੋਲੋਂ ਅਤੇ ਤੂੰ ਅੱਗੋਂ ਹੋਰ ਸੁਣਾਉਣਾ। ਸੋ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਬੀਰ ਮੇਰੀ ਜਾਤ ਕੋ ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਹੜੀ ਮੇਰੀ ਜਾਤ ਹੈ ਨਾ ਜੁਲਾਹਾ ਜਾਤੀ ਜਿਹੜੀ ਹੈ ਸਭ ਕੋ ਹਸਨੇ ਹਾਰ ਇਸ ਜਾਤੀ ਨੂੰ ਵੇਖ ਕਰਕੇ ਸਾਰੇ ਲੋਕ ਹਾਸਾ ਮਖੌਲ ਕਰਦੇ ਰਹਿੰਦੇ ਆ ਵੀ ਇਹ ਜੁਲਾਹਿਆਂ ਦੀ ਜਾਤੀ ਹੈ ਭਾਵੇਂ ਸਾਰਿਆਂ ਦਾ ਨੰਗੇਜ ਢੱਕਦੇ ਆ ਕੱਪੜੇ ਤਿਆਰ ਕਰਦੇ ਆ ਪਰ ਇਸ ਜਾਤੀ ਦੇ ਲੋਕਾਂ ਨੂੰ ਭੋਲੇ ਹੀ ਸਮਝਿਆ ਜਾਂਦਾ ਇਸ ਕਰਕੇ ਸਭ ਕੋ ਹਸਨੇ ਹਾਰ ਸਾਰੇ ਕੋਈ ਹਾਸਾ ਮਖੌਲ ਹੀ ਕਰਦੇ ਨੇ। ਇੱਕ ਵਾਰੀ ਕਹਿੰਦੇ ਨੇ 20 ਜੁਲਾਹੇ ਇਕੱਠੇ ਹੋ ਕੇ ਕਹਿੰਦੇ ਜਾਣਾ ਹੈ ਅਤੇ ਨਦੀ ਪਾਰ ਕਰਨੀ ਹੈ ਬਰਸਾਤੀ ਨਾਲਾ ਜਦੋਂ ਮੀਂਹ ਪੈਂਦਾ ਸੀ ਉਹਨਾਂ ਦਿਨਾਂ 'ਚ ਬਰਸਾਤੀ ਨਾਲਾ ਭਰਿਆ ਵਗਦਾ ਹੁੰਦਾ ਸੀ ਪਰ ਹਾੜ ਦਾ ਮਹੀਨਾ ਸਾਉਣ 'ਚ ਅਜੇ ਬਾਰਿਸ਼ ਪੈਣੀ ਸੀ ਤਿੱਖੜ ਦੁਪਹਿਰ ਲੱਗੀ ਸੂਰਜ ਪੈਣ ਕਰਕੇ ਰੇਤਾ ਇਉਂ ਚਮਕਦੀ ਸੀ ਜਿਵੇਂ ਪਾਣੀ ਹੁੰਦਾ ਉਹ ਲੀੜੇ ਗਲਾਂ 'ਚੋਂ ਲਾਹ ਕੇ ਸਿਰ 'ਤੇ ਬੰਨ ਲੈ ਵੀਆਂ ਦੇ ਕਹਿਣ ਲੱਗੇ ਆਪਾਂ ਨਦੀ ਪਾਰ ਕਰਨੀ ਹੈ ਕਿਤੇ ਡੁੱਬ ਨਾ ਜਾਈਏ ਲੀੜੇ ਗਿੱਲੇ ਨਾ ਹੋ ਜਾਣ ਉਸ ਨਾਲੇ ਵੇਚਦੀ ਇਹ ਲੰਘਦੇ ਜਾ ਰਹੇ ਨੇ ਜਦੋਂ ਅੱਗੇ ਲੰਘੇ ਕਹਿਣ ਲੱਗੇ ਗਿਣ ਲਓ ਵੀ ਬੰਦੇ ਸਾਰੇ ਪੂਰੇ ਕੋਈ ਰੁੜ ਤਾਂ ਨਹੀਂ ਗਿਆ ਉਹ ਜਦੋਂ 20 ਸੀ ਜਿਹੜਾ ਆਪ ਗਿਣੇ ਨਾ ਦੂਜਿਆਂ ਨੂੰ ਉਹ ਆਪਣੇ ਆਪ ਨੂੰ ਗਿਣੇ ਹੀ ਨਾ ਕਹਿਣ ਲੱਗੇ 19 ਹੋ ਗਏ ਇੱਕ ਬੰਦਾ ਆਪਣੇ 'ਚੋਂ ਰੁੜ ਗਿਆ ਸੋ ਉੱਥੇ ਬੈਠ ਕੇ ਰੋਣ ਲੱਗ ਪੈ ਲੱਗੇ ਜ਼ਿਮੀਂਦਾਰ ਹਲਵਾਉਂਦਾ ਸੀ ਕਹਿਣ ਲੱਗੇ ਉਹ ਕੀ ਕਾਰਨ ਹੈ ਕਿਉਂ ਰੋਂਦੇ ਹੋ ਕਹਿੰਦੇ ਇੱਕ ਬੰਦਾ ਸਾਡਾ ਆ ਨਦੀ ਵਿੱਚ ਰੁੜ ਗਿਆ ਹੈ ਉਹਨੇ ਵੇਖ ਲਿਆ ਵੀ ਮੱਤ ਦੇ ਹੌਲੇ ਜਾਪਦੇ ਨੇ ਉਹਨੇ ਆਖਿਆ ਮੈਂ ਗਿਣਦਾ ਹੈ ਇੱਕ ਇੱਕ ਖਾਲਸਾ ਜੀ ਸੋਟਾ ਪ੍ਰਾਣੀ ਉਹਨਾਂ ਦੀਆਂ ਮੋਹਰਾਂ 'ਤੇ ਲਾਈ ਜਾਵੇ ਅਤੇ ਨਾਲ ਕਹੀ ਜਾਵੇ ਇੱਕ ਦੂਜੇ 'ਤੇ ਲਾ ਕੇ ਦੋ ਜਦੋਂ ਗਿਣੇ ਉਹ ਸਾਰੇ 20 ਕਹਿੰਦਾ 20 ਪੂਰੇ ਹੋ ਗਏ ਐਵੇਂ ਰੋਈ ਜਾਂਦੇ ਹੋ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਜਾਤ ਨੂੰ ਇਉਂ ਕਰਕੇ ਸਾਰੇ ਹੱਸਦੇ ਨੇ। ਕੋਈ ਪਠਾਨ ਸੀ ਸਹੁਰੀ ਚੱਲਿਆ ਨਾਲ ਜੁਲਾਹੇ ਨੂੰ ਲੈ ਗਿਆ ਉੱਥੇ ਜਦੋਂ ਸਹੁਰੇ ਗਏ ਉੱਥੇ ਉਹਨੇ ਆਖਿਆ ਕੋਠੇ ਦੇ ਉੱਪਰ ਗਰਮੀਆਂ ਦੇ ਦਿਨ ਸੀ ਉੱਤੇ ਮੰਜਾ ਡਹਾ ਲਿਆ ਕੋਠੇ ਦੇ ਉੱਪਰ ਕਹਿਣ ਕੇ ਪਾਣੀ ਛਿੜਕੋ ਅਤੇ ਕੋਠੇ ਦੇ ਉੱਪਰ ਹੀ ਰਾਤ ਗੁਜ਼ਾਰਾਂਗੇ। ਉਹਦਾ ਪਠਾਨ ਦੇ ਨਾਲ ਜੁਲਾਹਿਆ ਗਿਆ ਹੋਇਆ ਸੀ ਵੇਖ ਕੇ ਕਹਿਣ ਲੱਗਾ ਕਿਤੇ ਰੱਬਾ ਮੇਰਾ ਵੀ ਕਾਰਜ ਇਉਂ ਕਰਦੇ ਅਸੀਂ ਵੀ ਸਹੁਰੇ ਜਾਈਏ ਉੱਥੇ ਜਲ ਛਿੜਕੇ ਕੋਠੇ ਉੱਪਰ ਮੰਜਾ ਡਾਹਵਾਂ ਇਉਂ ਸੌਵਾਂ। ਸੋ ਇਉਂ ਮਨ 'ਚ ਵਿਚਾਰਦਾ ਹੈ ਉਹ ਸਿਆਲ ਦੇ ਦਿਨ ਸੀ ਮਾਘ ਦਾ ਮਹੀਨਾ ਸ਼ਾਦੀ ਹੋ ਗਈ ਸਹੁਰੀ ਜਦੋਂ ਗਿਆ ਉਹ ਕਹਿਣ ਲੱਗੇ ਕਿੱਥੇ ਪੈਣਾ ਕਹਿਣ ਲੱਗਾ ਕੋਠੇ 'ਤੇ ਪੈਣਾ ਪਹਿਲਾਂ ਪਾਣੀ ਛਿੜਕ ਕੇ ਆਓ ਕੋਠੇ 'ਤੇ ਚਫੇਰੇ ਅਤੇ ਫਿਰ ਉੱਥੇ ਮੇਰਾ ਮੰਜਾ ਡਾਹ ਦਿਓ ਉੱਪਰ ਰਜਾਈ ਦੀ ਵੀ ਲੋੜ ਨਹੀਂ ਚਾਦਰਾਂ ਲੈ ਕੇ ਸੌਵਾਂਗਾ। ਜਦੋਂ ਉੱਥੇ ਚਾਦਰ ਤਾਣ ਕੇ ਸੌਂ ਗਿਆ ਦਿਨ ਨੂੰ ਵੇਖਿਆ ਅਤੇ ਕਹਿਣ ਕੇ ਹੱਸ ਰਿਹਾ ਜਦੋਂ ਹਿਲਾ ਕੇ ਵੇਖਿਆ ਅਤੇ ਉਹ ਦੰਦੀਆਂ ਬਾਹਰੋਂ ਨਿਕਲਣ 'ਤੇ ਮਰਿਆ ਪਿਆ ਆਕੜਿਆ ਹੋਇਆ ਇਹੋ ਜਿਹੀ ਹਾਲਤ ਹੁੰਦੀ ਹੈ। ਕਬੀਰ ਮੇਰੀ ਯਾਦ ਕਹੋ ਸਭ ਕੋ ਹੱਸਣੇ ਹਾਰ ਦਸਮ ਪਾਤਸ਼ਾਹ ਨੇ ਖਾਲਸਾ ਜੀ ਦਸਮ ਦੇ ਚਰਿੱਤਰਾਂ ਵਿੱਚ ਇੱਕ ਬਚਨ ਲਿਖਿਆ ਹੈ। ਸੋ ਇੱਕ ਜੁਲਾਹਿਆ ਸੀ ਉਹ ਸਹੁਰੀ ਚੱਲਿਆ ਮਾਂ ਨੂੰ ਪੁੱਛਣ ਲੱਗਾ ਮਾਂ ਕੀ ਕਹਿੰਦਾ ਜਾਵਾਂ ਚੱਲਿਓ ਜੁਲਾਹੋ ਸਹੁਰੈ ਉੜਤੋ ਕਹਿਤੋ ਜਾਏ। ਮਾਂ ਕਹਿਣ ਲੱਗੀ ਉੜਦਾ ਜਾ ਕਹਿੰਦਾ ਜਾਵੀਂ ਚੱਲਿਓ ਜੁਲਾਹੋ ਸਹੁਰੈ ਦਸਮ ਪਾਤਸ਼ਾਹ ਨੇ ਬਚਨ ਲਿਖਿਆ ਚੱਲਿਓ ਜੁਲਾਹੋ ਸਹੁਰੈ ਉੜਤੋ ਕਹਿਤੋ ਜਾਏ ਉੜਦਾ ਕਹਿੰਦਾ ਹੋਇਆ ਉਹ ਤੁਰਿਆ ਜਾਂਦਾ ਹੈ। ਮਾਂ ਨੇ ਕਿਹਾ ਸੀ ਵੀ ਉੜਦਾ ਜਾ ਕਹਿੰਦਾ ਜਾਵੇ
अगे शिकारी लोग जिहड़े सी जानवर पकड़न वाले पंछियों नूं उन्होंने जाल लाए हुए सी, इह तुरिया जांदा कहिंदा उड़दा जा उड़दा जा। उन्होंने आख्या किड्डी बदशगनी करदा, उन्होंने छित्र परेड कीते। कहन लगे दसो फिर मैं की आखां, कहिंदे तूं आख भी आ फस आ फस आ फस। ये तुरिया जांदा कहिंदा आ फस आ फस आ फस। अगे चोर चोरी कर रहे सन, कहन लगे किड्डी बदशगनी है सानू, कहिंदा आ फस आ फस उन्हां चोरां ने कुटिया। कहिंदे फिर मैं दसो भला की कहां, कहन लगे तूं आख भी रख जो ते लै आओ, रख जो लै आओ, रख जो लै आओ। इउं कहिंदा तुरिया जांदा भी रख जो लै आओ, जिहदा भाव सी भी माल लुट वाला जिहड़ा रख जो ते होर चोरी करके लै आओ, रख जो ते लै आओ, रख जो ते लै आओ, करी तुरिया जांदा। सो अगे खालसा जी दो बच्चे सी बहुते बीमार, उन्हां चों इक चढ़ाई कर गया ते इक अजे जिउंदा सी, मरनाऊ पिया सी। ਉਹ ਜਿਹੜਾ ਮਰਿਆ ਬੱਚਾ ਸੀ ਉਹਨੂੰ ਉਹ ਚਿਖਾ 'ਚ ਉਹਦਾ ਸੰਸਕਾਰ ਵਾਸਤੇ ਲੈ ਕੇ ਆ ਰਹੇ ਸੀ, ਅਤੇ ਇਹ ਕੋਲ ਜਾਂਦਾ ਹੋਇਆ ਕਹਿੰਦਾ ਰੱਖ ਜੋ ਲੈ ਆਓ, ਰੱਖ ਜੋ ਲੈ ਆਓ। ਕਹਿੰਦੇ ਤਾਂ ਬੇੜਾ ਤਰੇ, ਇਹਦੇ ਭਾਵ ਆ ਵੀ ਦੂਜਾ ਵੀ ਮਰ ਜਾਵੇ ਅਤੇ ਇਹਨੂੰ ਰੱਖ ਜੋ ਅਤੇ ਦੂਜੇ ਨੂੰ ਲੈ ਆਓ। ਉਹਨਾਂ ਨੇ ਚੰਗੀ ਤਰ੍ਹਾਂ ਤੜਪਾਇਆ ਅਤੇ ਕੁੱਟਿਆ। ਕਹਿੰਦੇ ਦੱਸੋ ਫਿਰ ਮੈਂ ਕੀ ਕਰਾਂ, ਕਹਿ ਕੀ ਆਖਾਂ। ਕਹਿੰਦੇ ਤੂੰ ਆਖ ਵੀ ਬੁਰੀ ਹੋਈ, ਬੁਰੀ ਹੋਈ, ਬੁਰੀ ਹੋਈ। ਇਹ ਤੁਰਿਆ ਜਾਂਦਾ ਰਸਤੇ 'ਚ, ਕਹਿੰਦਾ ਬੁਰੀ ਹੋਈ, ਬੁਰੀ ਹੋਈ ਕਰਦਾ ਜਾਂਦਾ। ਅੱਗੋਂ ਖਾਲਸਾ ਜੀ ਕੋਈ ਸ਼ਾਹੂਕਾਰ ਸੀ, ਉਹਦੇ ਮਸਾਂ ਹੀ ਕਿਤੇ ਸੰਤਾਨ ਹੋਈ ਸੀ ਵਿਚਾਰੇ ਦੇ ਲੰਮੇ ਸਮੇਂ ਬਾਅਦ, ਉੱਦਣ ਹੀ ਉਹਦੇ ਤੜਕੇ ਪੁੱਤਰ ਜਨਮਿਆਂ ਤੇ ਕਰੀ ਜਾਂਦਾ ਬੜੀ ਬੁਰੀ ਹੋਈ, ਬੁਰੀ ਹੋਈ, ਬੁਰੀ ਹੋਈ। ਉਹਨੇ ਆਖਿਆ ਮਸਾਂ ਘਰ 'ਚ ਪੁੱਤਰ ਮਿਲਿਆ ਅਤੇ ਇਹ ਕਿੱਡਾ ਵੱਧ ਸਕਣਾ ਹੈ ਜਿਹੜਾ ਕਹਿੰਦਾ ਬੁਰੀ ਹੋਈ। ਉਹਨੇ ਛਿੱਤਰ ਪਰੇਡ ਨੌਕਰਾਂ ਤੋਂ ਕਰਵਾਈ। ਕਹਿੰਦਾ ਦੱਸੋ ਜੀ ਫਿਰ ਮੈਂ ਕੀ ਕਰਾਂ, ਕੀ ਆਖਾਂ। ਕਹਿਣ ਲੱਗਾ ਤੂੰ ਆਖ ਭਲੀ ਹੋਈ, ਭਲੀ ਹੋਈ, ਭਲੀ ਹੋਈ। ਇਹ ਤੁਰਿਆ ਜਾ ਰਿਹਾ ਰਸਤੇ ਵਿੱਚ, ਅੱਗੇ ਜ਼ਿਮੀਂਦਾਰਾਂ ਦਾ ਖਾਲਸਾ ਜੀ ਕਣਕ ਦਾ ਖੇਰ ਸੀ, ਉਹਨੂੰ ਖਲਵਾੜਾ ਸੀ, ਉਹਨੂੰ ਅੱਗ ਲੱਗ ਗਈ ਅਤੇ ਸਾਰਾ ਖਲਵਾੜਾ ਕਣਕ ਦੇ ਖੇਰ ਦਾ ਸੜ ਰਿਹਾ ਸੀ। ਇਹ ਕੋਲ ਦੀ ਤੁਰਿਆ ਜਾਂਦਾ, ਜ਼ਿਮੀਂਦਾਰ ਬੜਾ ਔਖਾ ਸੀ ਵਿਚਾਰਾ ਜਿਹਦਾ ਖਲਵਾੜਾ ਸੜ ਰਿਹਾ ਸੀ। ਇਹ ਕਹਿੰਦਾ ਭਲੀ ਹੋਈ, ਭਲੀ ਹੋਈ, ਭਲੀ ਹੋਈ, ਉਹਨਾਂ ਜੱਟਾਂ ਨੇ ਫੜ ਕੇ ਕੁੱਟਿਆ। ਇਉਂ ਕਰਕੇ ਖਾਲਸਾ ਜੀ 10,000 ਦੇ ਕਰੀਬ ਦਸਮ ਪਾਤਸ਼ਾਹ ਲਿਖਿਆ ਜੁੱਤੀਆਂ ਖਾਂਦਾ 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 ਜਦੋਂ ਸਹੁਰੇ ਪਹੁੰਚਿਆ, ਉੱਥੇ ਜ਼ਖਮਾਂ ਦੇ ਇਸੇ ਤਰ੍ਹਾਂ ਛਿੱਤਰਾਂ ਦੀ ਤਾਪ ਨਾਲ ਸਹਾਰ ਦਾ ਜੁਲਾਇਆ, ਉੱਥੇ ਮਰ ਮੁੱਕ ਗਿਆ ਸੀ। ਦਸਮ ਪਾਤਸ਼ਾਹ ਨੇ ਚਰਿੱਤਰਾਂ ਵਿੱਚ ਲਿਖਿਆ ਉੱਡਿਓ ਚਲਾ ਇਸ ਤਰ੍ਹਾਂ, ਸੋ ਇਸੇ ਤਰ੍ਹਾਂ ਚੱਲਿਓ ਜਲਾ ਹੋ ਸਹੁਰੈ ਉੜਤੋ ਕਹਿ ਤੋ ਜਾਏ। ਇਹ ਦਸਮ ਪਾਤਸ਼ਾਹ ਨੇ ਸਾਰਾ ਪ੍ਰਸੰਗ ਲਿਖਿਆ। ਸੋ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਸਭ ਕੋ ਹਸਨੇ ਹਾਰ ਕਬੀਰ ਮੇਰੀ ਜਾਤ ਕਣ, ਮੇਰੀ ਜਾਤੀ ਦੇ ਤਾਂ ਹੀ ਪੀ ਜੁਲਾਹ ਜਾਤੀ ਹੈ। ਸਭ ਕੋ ਹਸਨੇ ਹਾਰ ਸਾਰੇ ਲੋਕ ਹੀ ਹੱਸਦੇ ਨੇ, ਮਖੌਲ ਕਰਦੇ ਨੇ ਮੇਰੀ ਜਾਤੀ ਦੇ ਨੂੰ ਵੇਖ ਕੇ ਜੁਲਾਹੇ ਨੂੰ। ਬਲਿਹਾਰੀ ਇਸ ਜਾਤ ਕੋ ਪਰ ਕਬੀਰ ਸਾਹਿਬ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ ਇਸ ਜੁਲਾਹ ਜਾਤੀ ਨੂੰ ਪਾ ਕੇ ਹੀ। ਜਿਹੇ ਜਪਿਓ ਸਿਰਜਣਹਾਰ ਜੇ ਸਿਰਜਣਹਾਰ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕੀਤਾ ਤੇ ਇਹ ਜਾਤ ਕੀ ਹੈ, ਜਾਤ ਜੁਲਾਹ ਕਿਆ ਕਰੇ ਹਿਰਦੇ ਬਸੇ ਗੋਪਾਲ, ਜਾਤੀ ਪਾਤੀ ਨਾਲ ਕੀ ਹੋਵੇਗਾ। ਭਾਵੇਂ ਖਾਲਸਾ ਜੀ ਜੇ ਸੋਨੇ ਦਾ ਬਰਤਨ ਹੋਵੇ ਤਾਂ ਜ਼ਹਿਰ ਪਾ ਕੇ ਪੀ ਲਈਏ ਤਾਂ ਉਹ ਨੁਕਸਾਨ ਨਹੀਂ ਕਰੇਗਾ। ਭਾਵੇਂ ਕਿੱਡੀ ਉੱਚੀ ਜਾਤੀ ਦਾ ਹੋਵੇ, ਕੋਈ ਮਾਇਆਧਾਰੀ ਹੋਵੇ, ਕੋਈ ਛਤਰਪਤੀ ਹੋਵੇ, ਚੰਗਾ ਜਾਤੀ ਦਾ ਹੋਵੇ, ਪਰ ਜੇ ਜੀਵਨ ਐਸਾ ਨਹੀਂ ਤਾਂ ਕੀ ਹੋਵੇਗਾ, ਕੋਈ ਪ੍ਰਾਪਤੀ ਨਹੀਂ। ਸੋ ਭਗਤ ਜੀ ਕਹਿੰਦੇ ਨੇ ਮੇਰੀ ਇਹ ਜਾਤ ਜਿਹੜੀ ਹੈ ਮੈਂ ਬਲਿਹਾਰ ਜਾਵਾਂ, ਜੇ ਜਪਿਓ ਸਿਰਜਣਹਾਰ, ਜਿਸ ਜਾਤ ਨੂੰ ਪਾ ਕਰਕੇ ਜੁਲਾਹ ਜਾਤੀ ਵਿੱਚ ਪੈਦਾ ਹੋ ਕੇ ਮੈਂ ਸਿਰਜਣਹਾਰ ਮਾਲਕ ਦੀ ਬੰਦਗੀ ਕੀਤੀ ਹੈ, ਇਸ ਕਰਕੇ ਮੇਰੀ ਇਹ ਜਾਤ ਜਿਹੜੀ ਜੁਲਾਹ ਜਾਤੀ ਹੈ ਇਹ ਵੀ ਚੰਗੀ ਹੈ। ਇਸੇ ਪ੍ਰਕਾਰ ਫਿਰ ਕਬੀਰ ਮੇਰੀ ਸਿਮਰਨੀ ਕਬੀਰ ਮੇਰੀ ਜਾਤ ਕਹੋ। ਕਬੀਰ ਸਾਹਿਬ ਜੀ ਕਹਿੰਦੇ ਨੇ ਮੇਰੀ ਜਿਹੜੀ ਜਾਤ ਨਾਮ ਖਾਲਸਾ ਜੀ ਬੁੱਧੀ ਦਾ ਹੁੰਦਾ ਜਾਤੇ। ਕਬੀਰ ਸਾਹਿਬ ਜੀ ਕਹਿੰਦੇ ਨੇ ਮੇਰੀ ਜਾਤ ਕਹੋ, ਮੇਰੀ ਜਿਹੜੀ ਬੁੱਧ ਪਰਮੇਸ਼ਰ ਨੇ ਮੈਨੂੰ ਬਖਸ਼ੀ ਹੈ। ਸਭ ਕੋ ਹਸਨੇ ਹਾਰ ਔਰ ਸਾਰੇ ਲੋਕ ਹੀ ਹੱਸਦੇ ਨੇ ਤਾਂ ਜਬ ਲੱਗ ਤਾਗਾ ਬਾਹੋਂ ਬੇਹੀ ਤਬ ਲੱਗ ਵਿਸਰੈ ਰਾਮ ਸਨੇਹੀ। ਸੋ ਹੋਸ਼ੀ ਮਤ ਮੇਰੀ ਜਾਤ ਜੁਲਾਹਾ, ਸੋ ਸਾਰੇ ਮੇਰੀ ਬੁੱਧ ਨਾਮ ਨੂੰ ਵੇਖ ਕੇ ਹੱਸਦੇ ਨੇ। ਮਾਂ ਵੀ ਕਹਿੰਦੀ ਸੀ ਵੀ ਇਹ ਪੁੱਤਰ ਮਰ ਕਿਉਂ ਨਾ ਗਿਆ, ਜਿਹੜੇ ਸੰਤ ਭਗਤ ਉਹ ਘਰ ਵਿੱਚ ਆਉਂਦੇ ਨੇ ਉਹਨਾਂ ਨੂੰ ਖਾਣ ਵਾਸਤੇ ਰੋਟੀ ਦੇ ਦਿੰਦਾ ਹੈ ਅਤੇ ਸਾਨੂੰ ਚੱਬਣ ਵਾਸਤੇ ਦਾਣੇ ਦੇ ਦਿੰਦਾ ਪਿਆ, ਦਾਣੇ ਚੱਬ ਕੇ ਗੁਜ਼ਾਰਾ ਕਰ ਲਓ। ਮੂੰਡ ਪਲੋਸ ਕਮਰ ਬੰਦ ਪੋਥੀ ਹਮ ਕਹੋ ਚਾਬਣ ਉਨ ਕਹੋ ਰੋਟੀ। ਸੋ ਸੁਣੋ ਦਰਾਨੀ ਸੁਣੋ ਜਠਾਨੀ ਅਚਰਜੇਕ ਭਇਓ, ਸਾਤ ਸੂ ਤਿੰਨ ਮੁੰਡੀਏ ਖੋਏ, ਇਹ ਮੁੰਡੀਆਂ ਕਿਉਂ ਨਾ ਮੋਇਓ। ਇਹ ਮਾਂ ਵੀ ਇਹ ਗੱਲ ਕਹਿੰਦੀ ਸੀ ਮਰ ਕਿਉਂ ਨਾ ਗਿਆ। ਭਗਤ ਜੀ ਕਹਿੰਦੇ ਨੇ ਕਬੀਰ ਮੇਰੀ ਜਾਤ ਕਹੋ, ਮੇਰੀ ਜਿਹੜੀ ਜਾਤੀ ਬੁੱਧੀ ਹੈ ਨਾ, ਸਭ ਕੋ ਹੱਸਣੇ ਹਾਰ, ਸਾਰੇ ਸਿਰ ਬੁੱਧ ਨੂੰ ਵੇਖ ਕੇ ਹੱਸਦੇ ਹਨ, ਮਖੌਲ ਕਰਦੇ ਹਨ। ਬਲਿਹਾਰੀ
इस जात का मैं बलिहार जावा इस परमेश्वर की बख्शी हुई आत्म विशैनी बुद्ध नू पाके जिस करके मैं सिरजनहार मालिक वाहिगुरु परमेश्वर नू जाप कीता जपना कीता परमेश्वर की प्राप्ति होई वाहिगुरु की कृपा का पात्र बनिया है। ये जाति मैनू चंगी है ऐसी परमेश्वर ने बुद्ध दित्ती है। अकली साहिब सेवी है अकली पाई है मान अकली पढ़ के बुझी है अकली की चै दान नानक लेख है एक गल होर गल्ला शैतान है। सो ए नै बुद्ध बहु शास्त्र पढ़े ए नै बुद्ध बहु तोड़े गड़े ए नै बुद्ध बहु लोक रिहाए ए नै बुद्ध बहु देश कमाए बहुते देशों का रटन कर लेना कोई अकलमंदी है बहुते किले आकी फतेह कर लेने ये भी कोई बहुती अकलमंदी नहीं लोगों नूं रिझा लेना प्रसन्न कर लेना खालसा जी ये भी कोई बहुती अकलमंदी नहीं देश कमावन लोग रिझावन वेसवा भी प्रधान लोगों तो ताड़ियां तगाउण वजाउण वाले भी मरवा लेंदे ने ये कोई बहुती प्राप्ति नहीं बहुती विद्या का माण चुक लेना भी मैं सियाणा बड़ा मैंने तो आरक घट सियाने ने इउं भी खालसा जी परमेश्वर की प्राप्ति नहीं वह बुद्ध प्रवान है खालसा जी जिस बुद्धि नूं पा के गुरु का प्यारा वाहिगुरु की भगती करता है ता ही गुरु का सिख बेनती करता गुरु के चरणों में उत्तम मत मेरे हृदय तू आओ त्यावो गावो गुण गोविंदा अत प्रीतम मोह लागै नाओ हे सच्चे पातशाह ऐसी आत्म विशैनी बुद्ध दे दियो जिस बुद्ध नूं पा करके तेरे गुणा नूं हर वेले गाउंदा रवां हर वेले तेरी याद में जुड़िया रवां ऐसी सच्चे पातशाह सियाणप बख्श दियो जी। कबीर जग मग क्या कर है भगत कबीर साहब जी दे कोल इक आया कबीर साहब मैनू दसो भी मैं गृहस्थ जीवन अपनावां कि जां त्यागी विरागी बन के परमेश्वर की बंदगी करिया करा मैनू कोई रस्ता दसो ओनू भगत कबीर साहब जी सिक्ख्या देंदे फरमाउंदे हन कबीर डग मग क्या कर है हे भाई वाहिगुरु परमेश्वर दे मग रस्ते ते चलन तो डग मगाउंदा की करदा फिरदा सोचा सोचदा फिरदा पी केड़ा जीवन अख्तियार करा रब की बंदगी करा कि ना करा ये जको तको डग मगाउंदा फिरदा डावां डोल होया फिरदा ਕਾਹਦੇ ਲਈ ਡਾਵਾਂ ਡੋਲ ਹੋ ਰਿਹਾ ਹੈ ਕਹਾਂ ਡੁਲਾਵ ਹੈ ਜੀਓ ਤੇ ਕਿਉਂ ਆਪਣਾ ਜਿਹੜਾ ਦਿਲ ਚਿੱਤ ਹੈ ਇਹਨੂੰ ਡਲਾਉਂਦਾ ਫਿਰਦਾ ਕਿ ਭਗਤੀ ਕਰਾਂ ਕਿ ਨਾ ਕਰਾਂ ਗ੍ਰਸਤ ਜੀਵਨ ਵਿੱਚ ਰਵਾਂ ਤਿਆਗੀ ਵਿਰਾਗੀ ਬਣਾ ਕਿ ਕਿਹੋ ਜਿਹਾ ਸੁਭਾਅ ਕਿਹੋ ਜਿਹਾ ਜੀਵਨ ਬਣਾਵਾਂ ਕਿਉਂ ਕਹਾਂ ਡੁਲਾਵ ਹੈ ਜੀਓ ਕਿਉਂ ਆਪਣਾ ਜਿਹੜਾ ਜੀ ਆਤਮਾ ਇਹਨੂੰ ਕਿਉਂ ਡਲਾਉਂਦਾ ਫਿਰਦਾ ਕਿਉਂ ਭਰਮ ਵਹਿਮ ਕਰਦਾ ਹੈ ਸਰਬ ਸੁਖ ਕੋ ਨਾਇਕ ਜਿਹੜਾ ਸਰਬ ਸਾਰੇ ਸੁਖਾਂ ਦੇ ਦੇਣ ਵਾਲਾ ਨਾਇਕ ਪ੍ਰੇਰਕ ਹੈ ਨਾ ਸ਼੍ਰੋਮਣੀ ਹੈ ਮੇਰਾ ਵਾਹਿਗੁਰੂ ਪਰਮੇਸ਼ਰ ਹੈ ਨਾਇਕ ਜੋ ਸੁਆਮੀ ਹੈ ਮਾਲਕ ਵਾਹਿਗੁਰੂ ਪਰਮੇਸ਼ਰ ਰਾਮ ਨਾਮ ਰਸ ਪੀਓ ਉਸ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪੀਣਾ ਕਰ ਔਰ ਇਸੇ ਤਰ੍ਹਾਂ ਵਾਹਿਗੁਰੂ ਦੀ ਪਾਓ ਭਗਤੀ ਬੰਦਗੀ ਕਰਿਆ ਕਰ ਕਿਉਂ ਇਵੇਂ ਡਗਮਗਾਉਂਦਾ ਫਿਰਦਾ ਹੈ ਕਰਾਂ ਕਿ ਨਾ ਕਰਾਂ ਸਤਸੰਗਤ ਕਰਾਂ ਕਿ ਨਾ ਕਰਾਂ ਸੋ ਕਿਉਂ ਇਵੇਂ ਚਿੱਤ ਨੂੰ ਡਲਾਉਂਦਾ ਫਿਰਦਾ ਹੈ ਵਾਹਿਗੁਰੂ ਪਰਮੇਸ਼ਰ ਜੋ ਸਰਬ ਸੁਖਾਂ ਦੇ ਦੇਣ ਵਾਲਾ ਹੈ ਨਿਯੰਤਾ ਪ੍ਰੇਰਕ ਵਾਹਿਗੁਰੂ ਸੁਆਮੀ ਮਾਲਕ ਨਿਆਇਕ ਸ਼੍ਰੋਮਣੀ ਨਿਆਇਕ ਪ੍ਰਧਾਨ ਜਿਹੜਾ ਪਰਮੇਸ਼ਰ ਨਿਰੰਕਾਰ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਉਸ ਰਮੰਤੀ ਰਾਮ ਪਰਮੇਸ਼ਰ ਦੇ ਨਾਮ ਦਾ ਜਸ ਕਰਕੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਪੀਣਾ ਕਰ ਵਾਹਿਗੁਰੂ ਦੀ ਭਾਉ ਭਗਤੀ ਕਰਕੇ ਜਸ ਪ੍ਰਾਪਤ ਕਰ ਕਬੀਰ ਕੰਚਨ ਕੇ ਕੁੰਡਲ ਬਣੇ ਕਬੀਰ ਸਾਹਿਬ ਜੀ ਨੇ ਵੇਖਿਆ ਖਾਲਸਾ ਜੀ ਤੁਰਿਆ ਜਾਂਦਾ ਕਿ ਨੌਜਵਾਨ ਕੰਨ ਪਾੜੇ ਹੋਏ ਤੁੰਗਲ ਪਾਏ ਹੋਏ ਸੋਨੇ ਦੇ ਹੱਥ ਵਿੱਚ ਵੀ ਕੜੇ ਜੇ ਪਾਏ ਹੋਏ ਬੜਾ ਸੋਹਣਾ ਜਿਹਾ ਪਾ ਕੇ ਕਈ ਬੜਾ ਟੌਰ ਟਪੱਕਾ ਜਿਹਾ ਕੱਢਦੇ ਨੇ ਕਈਆਂ ਨੂੰ ਬੜੀ ਇਹ ਚੰਦਰੀ ਬਿਮਾਰੀ ਹੁੰਦੀ ਹੈ ਸੋਹਣਾ ਪਾ ਕੇ ਵਿਖਾਉਣਾ ਜਿਵੇਂ ਬੱਦਲ ਦੀਆਂ ਘਟਾਂ ਚੜ੍ਹ ਕੇ ਆਉਂਦੀਆਂ ਇਹੋ ਜਿਹਾ ਸੁਭਾਅ ਹੁੰਦਾ ਸੋ ਹਜ਼ੂਰ ਸੱਚੇ ਪਾਤਸ਼ਾਹ ਭਗਤ ਰਸਨਾ ਦੁਆਰਾ ਫਰਮਾਉਂਦੇ ਹਨ ਕਬੀਰ ਕੰਚਨ ਕੇ ਕੁੰਡਲ ਬਣੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕੰਚਨ ਸੋਨੇ ਦੇ ਕੁੰਡਲ ਤੁੰਗਲ ਪਾਏ ਹੋਏ ਨੇ ਕੰਨਾਂ 'ਚ ਕਿਆ ਸੋਹਣੇ ਬਣਾ ਕੇ ਉੱਪਰ ਲਾਲ ਜੜਾਓ ਉੱਤੇ ਲਾਲ ਜੜਾਓ ਖਾਲਸਾ ਜੀ ਗਹਿਣੇ ਐਸੇ ਸੁੰਦਰ ਘਾੜਤ ਘੜੀ ਹੋਈ ਹੈ ਲਾਲ ਵਿੱਚ ਮੋਤੀ ਜੜੇ ਹੋਏ ਨੇ ਸੋ ਲਾਲ ਜੜਾਓ ਰੰਗ ਦੇ ਇਹ ਜੜੇ ਹੋਏ ਜਿਹੜੇ ਗਹਿਣਿਆਂ ਵਿੱਚ ਕੜੇ ਪਾਏ ਹੋਏ ਨੇ ਬਾਂਹ 'ਤੇ ਸੋਨੇ ਦੇ ਕੰਨਾਂ 'ਚ ਕੰਨ ਪਾੜ ਕੇ ਤੁੰਗਲ ਪਾਏ ਹੋਏ ਨੇ ਸੋਨੇ ਦੇ ਦਿਸਹਿ ਦਾਦੇ ਕਾਨ ਜਿਉ ਭਗਤ ਜੀ ਕਹਿੰਦੇ ਸਾਨੂੰ ਨਹੀਂ ਇਹ ਭਾਈ ਚੰਗੇ ਲੱਗਦੇ ਸਾਨੂੰ ਤਾਂ ਇਉਂ ਹਿਸਾਬ ਦਾ ਵੀ ਸਾਰਾ ਜੰਗਲ ਜਿਵੇਂ ਸੜ ਜਾਵੇ ਨਾ ਅਤੇ ਸੜੇ ਹੋਏ ਕਾਨੇ ਜਿਹੜੇ ਜੰਗਲ ਦੇ ਹੁੰਦੇ ਨੇ ਉਹ ਵੇਖਣ ਨੂੰ ਇਉਂ ਪ੍ਰਤੀਤ ਹੁੰਦਾ ਵੀ ਕਾਨਾ ਸਹੀ ਪਿਆ ਜਦ ਉਹਦੇ ਵਿੱਚ ਹੱਥ ਮਾਰੀਏ ਤਾਂ ਵਿੱਚੋਂ ਸਵਾਹ ਹੀ ਬਣਿਆ ਹੋਇਆ ਕਾਨਾ ਊਂ ਵੇਖਣ ਨੂੰ ਜਾਪਦਾ ਵੀ ਸਹੀ ਹੈ ਕਾਨਾ ਪਰ ਜਦੋਂ ਹੱਥ ਮਾਰੀਦਾ ਉਹ ਸਾਰਾ ਸਵਾਹ ਹੀ ਹੁੰਦਾ ਸੜਿਆ ਹੀ ਪਿਆ ਹੁੰਦਾ
ਸੋ ਬਾਹਰੋਂ ਤਾਂ ਵੇਖਣ ਨੂੰ ਚੰਗਾ ਪ੍ਰਤੀਤ ਹੁੰਦਾ ਹੈ। ਦੀ ਸਹਿਦਾਦੇ ਕਾਨ ਜਿਉਂ, ਜਿਵੇਂ ਜੰਗਲ ਸੜ ਜਾਵੇ ਤਾਂ ਕਾਨੇ ਖਾਲਸਾ ਜੀ ਜਿਹੜੇ ਉੱਪਰੋਂ ਬੜੇ ਲਿਚਕਦੇ ਹੁੰਦੇ ਨੇ ਛਿੱਲ ਜੀ ਉਹਨਾਂ ਦੀ ਵਿੱਚੋਂ ਉਹ ਸੜੇ ਸਵਾਹ ਬਣੇ ਹੋਏ ਹੁੰਦੇ ਨੇ। ਸੋ ਉੱਪਰੋਂ ਬਣੇ ਤਾਂ ਲਿਚਕ ਪੁਚਕ ਸੋਨਾ ਪਾ ਕੇ ਕਿਆ ਸੋਹਣਾ ਬਣਿਆ ਫਿਰਦਾ ਹੈ, ਪਰ ਕਾਂ ਜਿਵੇਂ ਉਹ ਕਾਨਾ ਸੜਿਆ ਨਾ ਅੰਦਰੋਂ ਸਵਾਹ ਬਣਿਆ, ਅੰਦਰ ਵਿਸ਼ੇ ਵਿਕਾਰਾਂ ਦਾ ਨਾਲ ਸੜਿਆ ਦਗਧ ਹੋਇਆ ਪਿਆ ਹੈ। ਕਾਮ ਦੇ ਫੁਰਨੇ ਫੁਰ ਰਹੇ ਨੇ, ਕ੍ਰੋਧ ਆਦਿਕ, ਲੋਭ ਆਦਿਕ, ਮੋਹ ਆਦਿਕ, ਹੰਕਾਰ ਆਦਿਕ, ਇਹਦਾ ਗ੍ਰਸਿਆ ਹੋਇਆ ਜੀਵ ਫਿਰਦਾ ਰਹਿੰਦਾ। ਜਿੰਨਾ ਬਹੁਤਾ ਟੋਰ ਟਮੱਕਾ ਜਿਹਾ ਕੱਢੇਗਾ ਓਨਾ ਹੀ ਵਿਕਾਰੀ ਹੋਵੇਗਾ। ਸੋ ਇਹੋ ਜਿਹਾ ਸੁਭਾਅ ਹੁੰਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਭਗਤ ਰਸਨਾ ਦੁਆਰਾ ਫਰਮਾਉਂਦੇ ਨੇ ਭਾਈ, ਸੋ ਦੀ ਸਹਿਦਾਦੇ ਕਾਨ ਜਿਉਂ, ਉਹ ਕਾਨਾ ਜਿਵੇਂ ਹੁੰਦਾ ਨਾ ਸੜਿਆ ਹੋਇਆ, ਉੱਪਰੋਂ ਲਿਚਕਦਾ ਅਤੇ ਅੰਦਰੋਂ ਸਵਾਹ ਬਣਿਆ ਹੋਇਆ ਹੁੰਦਾ, ਇਹ ਕਾਨੇ ਵਰਗਾ। ਬਾਹਰੋਂ ਬੜਾ ਸੁੰਦਰ ਹੈ, ਸੋਨਾ ਪਾ ਕੇ ਵਿਖਾਉਂਦਾ, ਅੰਦਰੋਂ ਹਿਰਦਾ ਜਿਹੜਾ ਵਿਕਾਰਾਂ ਦੀ ਅੱਗ ਦਾ ਸਾੜਿਆ ਹੋਇਆ ਹੈ। ਜਿਨ੍ਹਾਂ ਦੇ ਮਨ ਅੰਤਾ ਕਰਨ ਵਿੱਚ ਕਦੇ ਗੁਰੂ ਕਾ ਨਾਮ ਨਹੀਂ ਵਸਿਆ, ਗੁਰੂ ਕੀ ਭਗਤੀ ਨਹੀਂ, ਕੋਈ ਸਿਮਰਨ ਅਭਿਆਸ ਨਹੀਂ, ਉਹ ਤਾਂ ਸੜੇ ਹੋਏ ਜੰਗਲ ਦੇ ਕਾਨਿਆਂ ਵਰਗੇ ਨੇ। ਖਾਲਸਾ ਜੀ ਵੇਖਣ ਨੂੰ ਬੜੇ ਸੋਹਣੇ ਹਨ। ਹਜ਼ੂਰ ਗੁਰੂ ਅਰਜਨ ਸਾਹਿਬ ਦਾ ਕਈ ਵਾਰ ਬਚਨ ਪੜ੍ਹਿਆ ਹੋਵੇਗਾ, ਅਤਿਅੰਤ ਸੁੰਦਰ ਹੋਵੇਂ ਤੂੰ, ਚੰਗੀ ਕੁਲ ਵਿੱਚ ਵੀ ਜੰਮਿਆ ਹੋਇਆ ਹੋਵੇਂ, ਸੋ ਇਸੇ ਤਰ੍ਹਾਂ ਚਤਰ ਵੀ ਹੋਵੇਂ ਤੂੰ, ਗੱਲਾਂ ਵੀ ਚਾਰ ਜਾਣਦਾ ਹੋਵੇਂ, ਵਾਕਾਂ ਦੀ ਚਤਰਾਈ ਵੀ ਆਉਂਦੀ ਹੋਵੇ, ਅਤੇ ਚਾਰ ਪੈਸੇ ਵੀ ਕੋਲ ਹੋਣ, ਤੂੰ ਧਨੀ ਵੀ ਹੋਵੇਂ ਵੱਡਾ, ਸੋ ਇਸੇ ਤਰ੍ਹਾਂ ਹੋਰ ਵੀ ਤੇਰੇ ਕੋਲ ਸਾਰੇ ਸਾਧਨ ਹੋਣ, ਮੂੰਹ ਮੱਥਾ ਵੀ ਸੋਹਣਾ ਹੋਵੇ, ਚਮੜੀ ਵੀ ਚਿੱਟੀ ਹੋਵੇ, ਬੜਾ ਆਪਣੇ ਆਪ ਨੂੰ ਸੁੰਦਰ ਸਰੂਪ ਵਾਲਾ ਗਿਣਦਾ ਹੋਵੇਂ, ਪਰ ਜੇ ਵਾਹਿਗੁਰੂ ਦੀ ਭਾਵ ਭਗਤੀ ਅਤੇ ਸਿਮਰਨ ਤੇਰੇ ਕੋਲ ਨਹੀਂ, ਤਾਂ ਸਤਿਗੁਰੂ ਕਹਿੰਦੇ ਮੁਰਦਾ ਹੈ ਮੁਰਦਾ, ਜੇ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜੇ ਪਰਮੇਸ਼ੁਰ ਨਾਲ ਪ੍ਰੀਤ ਨਹੀਂ ਤਾਂ ਕਾਹਦੀ ਸੁੰਦਰਤਾ ਹੈ, ਕਾਹਦਾ ਇਹ ਲਿਬਾਸ ਹੈ ਅਤੇ ਕਾਹਦੇ ਇਹ ਪਦਾਰਥ ਹਨ, ਕੋਈ ਲਾਭ ਕੋਈ ਪ੍ਰਾਪਤੀ ਨਹੀਂ। ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਹੈ। ਸਹਿਸ ਕੀਰਤੀ ਦੇ ਸਲੋਕਾਂ 'ਚ ਪਿਛਲੇ ਸਾਲ ਬੇਨਤੀ ਕੀਤੀ ਸੀ, ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਬੜਾ ਸੁੰਦਰ ਮਕਾਨ ਬਣਾ ਲੈਂਦੇ ਨੇ, ਮਕਾਨ ਬਣਾ ਕੇ ਫਿਰ ਗੰਦੀਆਂ ਵੇਸਵਾਵਾਂ ਦੀਆਂ ਫੋਟੋਆਂ, ਗੰਦੀਆਂ ਚਿੱਤਰਕਾਰੀਆਂ ਕੋਠੀਆਂ ਵਿੱਚ ਕਰਵਾ ਲੈਂਦੇ ਨੇ ਮਨ 'ਚ ਵਿਕਾਰਾਂ ਦੇ ਫੁਰਨੇ ਫਰਾਉਣ ਵਾਸਤੇ। ਸੋ ਹਜ਼ੂਰ ਕਹਿੰਦੇ ਇਹ ਸਾਰਾ ਮਨ ਨੂੰ ਖਾਲਸਾ ਜੀ ਵਿਕਾਰੀ ਬਣਾਉਣ ਵਾਲੀਆਂ ਸਾਰੀਆਂ ਵਸਤੂਆਂ ਹਨ। ਵਿਚਿੱਤਰ ਮੰਦਰ ਸੁਭੰਤ ਵਸਤਰਾ ਅਤਿਅੰਤ ਮਾਇਆ ਵਿਆਪਤੰ, ਹਜ਼ੂਰ ਨੇ ਇਹ ਬਚਨ ਸਹਿਸ ਕੀਰਤੀ 'ਚ ਫਰਮਾਏ ਸੀ ਗੁਰੂ ਅਰਜਨ ਸਾਹਿਬ ਜੀ ਨੇ। ਸੋ ਐਸੀ ਸੰਸਾਰ ਦੀ ਹਾਲਤ ਹੈ ਕਬੀਰ, ਐਸਾ ਏਕ ਆਦ। ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ, ਇੱਕ ਅੱਧਾ ਕੋਈ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਵਾਲਾ, ਜੋ ਜੀਵਤ ਮ੍ਰਿਤਕ ਹੋਏ, ਜੋ ਜਿਉਂਦਾ ਹੀ ਖਾਲਸਾ ਜੀ ਮ੍ਰਿਤਕ ਮਰਿਆ ਹੋਇਆ, ਆਪਣੇ ਆਪ ਨੂੰ ਸਮਝ ਲਏ ਸੰਸਾਰ ਦੇ ਵਿਕਾਰਾਂ ਵੱਲੋਂ ਮਰਿਆ ਹੋਇਆ, ਜਿਹੜਾ ਨਾ ਕੋਈ ਸੰਸਾਰ 'ਚ ਇੱਕ ਅੱਧਾ ਹੈ, ਇੱਕ ਹੈ ਬ੍ਰਹਮ ਗਿਆਨੀ ਪਰਮੇਸ਼ਰ ਦਾ ਪਿਆਰਾ ਜਿਹੜਾ ਪੂਰਾ ਹੈ, ਅਤੇ ਅੱਧਾ ਖਾਲਸਾ ਜੀ ਜਗਿਆਸੂ ਹੈ, ਜਿਹਦੇ ਹਿਰਦੇ 'ਚ ਅਜੇ ਫੁਰਨੇ ਮਿਟੇ ਨਹੀਂ, ਸੰਕਲਪ ਵਿਕਲਪ ਫੁਰਨੇ ਅਜੇ ਜਿਉਂਦੇ ਤਿਉਂ ਹੀ ਨੇ, ਪਰ ਮਨ 'ਚ ਲਾਲਸਾ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ, ਉਹਨੂੰ ਅੱਧਾ ਗਿਣਿਆ ਜਾਂਦਾ ਜਗਿਆਸੂ ਨੂੰ। ਅਤੇ ਬ੍ਰਹਮ ਗਿਆਨੀ ਜਿਹੜਾ ਜਿਹਦੇ ਫੁਰਨੇ ਕੋਈ ਹਿਰਦੇ 'ਚ ਰਹਿ ਹੀ ਕੋਈ ਨਹੀਂ, ਉਹ ਪੂਰੇ ਹਨ। ਇੱਕ ਅਤੇ ਅੱਧਾ ਕੋਈ ਇੱਕ ਗੁਰੂ ਕਾ ਪਿਆਰਾ ਹੈ, ਜੋ ਜੀਵਤ ਮ੍ਰਿਤਕ ਹੋਏ, ਜੋ ਜਿਉਂਦਾ ਹੀ ਜਿਹਨੇ ਵਾਸ਼ਨਾ ਨੂੰ ਮਾਰ ਲਿਆ ਹੈ, ਔਗਣਾਂ ਨੂੰ ਮਾਰ ਲਿਆ ਹੈ, ਵਿਕਾਰਾਂ ਨੂੰ ਮਾਰ ਲਿਆ, ਜਿਵੇਂ ਹਜ਼ੂਰ ਦੇ ਬਚਨ ਨੇ ਚੌਥੇ ਪਾਤਸ਼ਾਹ ਜੀ ਦੇ, ਗੁਰਮੁਖੀ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਲਾ ਕੇ ਗੁਰੂ ਕੇ ਪਿਆਰ ਨੇ ਔਗਣਾਂ ਵੱਲੋਂ ਵਿਕਾਰਾਂ ਵੱਲੋਂ ਬੁਰਿਆਈਆਂ ਵੱਧ ਫੈਲੀਆਂ ਕੁਰੀਤੀਆਂ ਵੱਲੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ, ਸੰਸਾਰ ਵੱਲੋਂ ਉਹ ਮਰੇ ਹੋਏ ਪ੍ਰਤੀਤ ਹੁੰਦੇ ਨੇ, ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ 'ਚ ਸਦਾ ਹੀ ਜਿਉਂਦੇ ਨੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਰ ਸੰਗ ਤਿੰਨੀ ਦਰਸ਼ਨ ਪਾਇਆ। ਸੋ ਜੋ ਜੀਵਤ ਮ੍ਰਿਤਕ ਹੋਏ, ਜਿਹੜੇ ਜਿਉਂਦੇ ਹੀ ਮਰੇ ਹੋਏ ਨੇ ਸੰਸਾਰ ਦੀਆਂ ਕੁਰੀਤੀਆਂ ਵੱਧ ਫੈਲੀਆਂ ਵੱਲੋਂ, ਨਿਰਭਉ ਸਰੂਪ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਭਗਤੀ ਕਰਕੇ ਖਾਲਸਾ ਜੀ ਵਾਹਿਗੁਰੂ ਦੇ ਗੁਣਾਂ ਨੂੰ ਰਵੈ ਉਚਾਰਨ ਕਰਦੇ ਨੇ, ਜਿਹੜੇ ਗੁਰੂ ਕੇ ਪਿਆਰੇ ਨਿਰਭਉ ਸਰੂਪ ਦੀ ਬੰਦਗੀ ਕਰਦੇ ਹਨ। ਜੈਸਾ ਸੇਵਾ ਤੈਸੋ ਹੋਵੈ, ਜਿਹੋ ਜਿਹੇ ਦੀ ਸੇਵਾ ਕਰੀਏ ਉਹੋ ਜਿਹਾ ਬਣ ਜਾਈਦਾ ਹੈ। ਸਾਰਾ ਸੰਸਾਰ ਭੈ ਵਿੱਚ ਰਹਿੰਦਾ ਹੈ, ਪਰ ਵਾਹਿਗੁਰੂ ਪਰਮੇਸ਼ਰ ਨਿਰਭਉ ਸਰੂਪ ਹੈ। ਸੋ ਖਾਲਸਾ ਜੀ ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਉਹ ਪਰਮੇਸ਼ਰ ਨੂੰ ਕਿਸੇ ਦਾ ਕੋਈ ਭੈ ਆਦਿਕ ਨਹੀਂ। ਅਤੇ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਦੇ ਨੇ ਖਾਲਸਾ ਜੀ ਪਰਮੇਸ਼ਰ ਦੇ ਪਿਆਰੇ, ਉਹ ਵੀ ਨਿਰਭਉ ਜਪੈ ਸਗਲ ਭਉ ਮਿਟੈ, ਉਹਨਾਂ ਦੇ ਨਿਰਭਉ ਦੀ ਬੰਦਗੀ ਕਰਨ ਕਰਕੇ ਸਾਰੇ ਹੀ ਡਰ ਦੂਰ ਹੋ ਜਾਂਦੇ ਨੇ ਗੁਰੂ ਕੇ ਪਿਆਰਿਆਂ ਦੇ।
ब्रह्म ज्ञानी जिहड़ा परमेश्वर का प्यारा ना तो किसी की चुगली निंदा करता है, ना किसी को पैसे देता है, तो ना पैसे लेता है। पै काहू कौ देत नैन पै मान त आन, कहो नानक सुन रे मना ज्ञानी ताहे बखान। सो ऐसे ज्ञानवान पुरश ने परमेश्वर के प्यारे। सो भगत जी फरमाते ने इस तरह, मेरे पै होए का गुण रवे, जेड़े निरपाओ हो करके वाहिगुरु परमेश्वर के गुणा का रवन उचारण करते ने गुरु के प्यारे भगत जन। जत वेखो तत सोए, जिन्हां ने जिथे वेखिया ना उथे ही उन्होंने मेरा वाहिगुरु परमेश्वर प्राप्त हो गया है। जेड़े निरपै स्वरूप वाहिगुरु के निरपै होके गुणा का उचारण करते ने, जत पेखो तत सोए, जिथे जिथे भी पेखो वेखते ने उथे मेरा वाहिगुरु परमेश्वर उन्होंने प्राप्त होंगे। दूर नहीं मेरो प्रभ प्यारा, वो मेरा प्यारा उन्होंने प्यारियों तो भगतों तो कि दूर नहीं। जिथे हर आराध्या तिथे हर मित सहाई, गुर किरपा ते हर मनवस है, होर तबिद लया ना जाई। चौथे पातशाह बचन ने सूही राग के अंदर है। सो जिथे भी कोई गुरु का प्यारा याद करता झट उथे ही पहुँच जाता है परमेश्वर। जह जह पेखो तहे हजूर, दूर कदा हो ना जाई। रव रहे सर्वत्र मैं मन सदा तिहाई, ईत ऊत नहीं बिछुड़ै सो संगी गनियै, बिन सजाए जो निमख मह सो अल्प सुख भनियै, प्रतपाले अपि आओ दे कछ ऊण ना होई, सास सास संभालता मेरा प्रभ सोई। ओ मेरा ऐसा वाहिगुरु परमेश्वर है, जिथे भी कोई याद करता तो वेखदा है। सर्व व्यापक जिमी जमान के बिखै, समस्त एक जोत है, ना काट है ना बाट है, ना काट बाट होत है, सर्व व्यापक वाहिगुरु परमेश्वर प्राप्त हो गया है। कबीर जा दिन हो मुआ, भगत कबीर साहब जी कहते ने कोई प्राणी चढ़ाई कर गया सी, और इते लोग अफसोस कर रहे सन। कबीर साहब सुन के कह लगे, कबीर जा दिन हो मुआ, जिस दिन भाई मैं अपना तमेर हम मैं अहंकार राग द्वैख झूठ फरेब छाल धोखा, जिस दिन इन्हों वालों कबीर ने मर गया से असंग हो गया से, सब कुछ छड़ दिता से संसार के इस तरह वकारां नूं औगणां नूं जिस दिन हिरदे चों मार लिया से, भाव कबीर जिस दिन इन्हों वालों मुक्त हो गया से मर गया से। पाछै भया आनंद, उहदे मरण तो बाद पाछै भया पिछे पै गए से औगण वकार, जदों दे उदों दे भया आनंद, उदों तो आनंद प्राप्त हो गया। ऐसी गुरु की कृपा हो गई, हुण तां आनंद ही आनंद है। कोई औगण वकार हिरदे च रिहा ही कोई नहीं, परमेश्वर की ऐसी कृपा हो गई है। पाशा भया जेडे औगण वकार से पिछे पैगा हो गए ने, ते हुण भया आनंद, हुण जीवन में आनंद ही आनंद प्राप्त हो गया। मोहे मिलियो प्रभ अपना, सानू भाई अपना प्रभु परमेश्वर निरंकार वाहिगुरु जेड़ा ना वह मिलिया प्राप्त हो गया। संगी भजहै गोबिंद, ते जेड़े संगी मिलापी है ना वह भी भजहै गोबिंद, वह भी गोबिंद गोबिंद हुण भजन करते ने, ऐसी कृपा हो गई है। जेड़े सतसंगत करन वाले ने सतसंगी पुरश, कबीर साहब जी कहते हैं संगी भजहै गोबिंद, वह भी गोबिंद गोबिंद का भजन करते हैं। कबीर जा दिन हौ मुआ, जिस दिन हौ मेरा मन जिहड़ा सी ना अविद्या वालों औगणा वालों विकारों वालों मर गया है, पाशा भया आनंद, उदों तो लै करके पिछे पै गए ने विकार, तो मन में आनंद प्राप्त हो गया है। सो ऐसी परमेश्वर की कृपा हुई, पाशा भया आनंद, मोहे मिलियो प्रभ अपना, हुण मैनू अपना प्रभु परमेश्वर प्राप्त हो गया, मन का टिका खेड़ा आनंद बन गया है। संगी भजा है गोबिंद, जेड़े संगी से ना इंद्रिये अखां बगाने रूप तकन वास्ते दौड़दियां सी, जबान सारा दिन निंदिया करन वास्ते तुली रहिंदी सी, कान जेड़े सी चुगली निंदा सुनन विच लगे रहिंदे सी, पैर कुसंगत वास्ते हथ खोण खिंजन वल लगे रहिंदे सी। हुण बड़ी गुरु की कृपा होई, हुण तां संगी भजा है गोबिंद, जेड़े संगी इंद्रिये ना शरीर दे परमेश्वर ने बख्शे होए, ये भी हुण गोबिंद गोबिंद दा ही सिमरन करदे ने। हुण तां वाहिगुरु की कृपा हो गई, अंतर गुर आराधना जिहवा जप गुर नाओ, नेत्री सतगुर पेखना श्रवणी सुनना गुर नाओ, सतगुर सेती रत्ते अंदर गह पाईऐ ठाओ। ऐसी परमेश्वर ने कृपा कर दिती। हुण तां कबीर सब ते हम बुरे, कबीर साहब जी कहिंदे ने भाई सारियां तो असी बुरे हां माड़े हां, हम तज भलो सब कोए, सानू छड के कबीर साहब जी कहिंदे मैनू छड के सारे भले ही ने, सारे ही चंगे ने, मैं ही सब तो माड़ा हां। यह सिखी दी करो रीत है खालसा जी, आप सिखाओ जो जानै नीचा, सौ गनियै सब ते ऊंचा, जिहड़ा अपने आप नूं नीवां जाणे ना समझवे ते गुरु की कृपा है,
ਅਤੇ ਜਿਹੜਾ ਫੂੰ ਫੂੰ ਕਰਦਾ ਫਿਰ ਸਮਝ ਲਓ ਐਵੇਂ ਆਕੜ ਹੀ ਚੁੱਕੀ ਫਿਰਦਾ, ਪੱਲੇ ਦੇ ਪੱਕਾ ਨਹੀਂ। ਸੋ ਗੁਰੂ ਕਾ ਪਿਆਰਾ ਨਿਮਰਤਾ ਦੇ ਗੁਣ ਵਾਲਾ ਹੋਵੇਗਾ। ਕਬੀਰ ਸਾਹਿਬ ਜੀ ਕਹਿੰਦੇ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੇ ਲੋਕ ਹੀ ਭਲੇ ਚੰਗੇ ਹਨ। ਜਿਹਨੇ ਐਸਾ ਕਰ ਬੁੱਝਿਆ, ਜਿਹਨਾਂ ਨੇ ਇਸ ਤਰ੍ਹਾਂ ਕਰਕੇ ਬੁੱਝ ਲਿਆ ਨਾ, ਜਾਣ ਲਿਆ ਵੀ ਸਾਰੀ ਦੁਨੀਆ ਮੇਰੇ ਨਾਲ ਚੰਗੀ ਹੈ ਤੇ ਮੈਂ ਸਾਰਿਆਂ ਨਾਲੋਂ ਮਾੜਾ ਹਾਂ। ਮੀਤ ਹਮਾਰਾ ਸੋਏ, ਉਹ ਭਾਈ ਸਾਡਾ ਮਿੱਤਰ ਹੈ, ਉਹ ਸਾਡਾ ਮਿਲਾਪੀ ਹੈ, ਉਹਦੇ ਨਾਲ ਸਾਡੀ ਸਾਂਝ ਹੈ। ਜਿਹੜਾ ਕਹਿੰਦਾ ਮੈਂ ਸਾਰਿਆਂ ਨਾਲ ਮਾੜਾ ਹੈ ਬਾਕੀ ਮੇਰੇ ਨਾਲ ਸਾਰੇ ਹੀ ਚੰਗੇ ਹਨ, ਇਸੇ ਪ੍ਰਕਾਰ ਕਬੀਰ ਸਭ ਤੇ ਹਮ ਬੁਰੇ। ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਹਮੂ ਤਮੂ ਆ ਨਾ, ਮੈਂ ਵੱਡਾ ਹੈ, ਮੈਂ ਸਿਆਣਾ, ਮੇਰੇ ਵਰਗਾ ਅਕਲਮੰਦ ਕੋਈ ਨਹੀਂ, ਜਿਹੜੇ ਸਮਝਦੇ ਨੇ ਪੰਡਿਤ, ਇਸੇ ਤਰ੍ਹਾਂ ਖਾਲਸਾ ਜੀ ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮਦਾਤੇ ਇਹ ਬੁੱਧ ਕਬ ਇਹਨਾਂ ਨਾਸੇ। ਜਿਹੜੇ ਸਮਝਦੇ ਨੇ ਹਮੂ ਤਮੂ ਦੇ ਖੇਡ ਵਿੱਚ ਹੀ ਤੁਰੇ ਰਹਿੰਦੇ ਨੇ, ਮੈਂ ਸਿਆਣਾ, ਮੈਂ ਅਕਲਮੰਦ ਹੈ, ਜਿਹੜੇ ਇੱਥੇ ਕਿ ਜੇ ਰਹਿੰਦੇ ਨੇ ਬੁਰੇ ਸੁਭਾਅ ਵਾਲੇ ਹਨ, ਜਿਹੜੇ ਹਮੂ ਤਮੂ ਆਕੜ ਹੰਕਾਰ ਵਾਲੇ ਹਨ। ਹਮ ਤਜ ਭਲੋ ਸਭ ਕੋਏ, ਜਿਨ੍ਹਾਂ ਨੇ ਹਮੂ ਤਮੂ ਵਾਲਾ ਸੁਭਾਅ ਛੱਡ ਦਿੱਤਾ ਨਾ, ਹਮ ਹੰਕਾਰ ਜਿਹੜਾ ਜਿਨ੍ਹਾਂ ਨੇ ਤਿਆਗ ਦਿੱਤਾ, ਭਲੋ ਸਭ ਕੋਏ, ਉਹ ਸਭ ਭਲੇ ਪੁਰਸ਼ ਹਨ ਪਰਮੇਸ਼ਰ ਦੇ ਪਿਆਰੇ। ਜਿਹਨੇ ਐਸਾ ਕਰ ਬੁੱਝਿਆ, ਜਿਨ੍ਹਾਂ ਨੇ ਖਾਲਸਾ ਜੀ ਹੰਕਾਰ ਦੀ ਤੋਂ ਮੁਕਤ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਸਰਬ ਵਿਆਪਕ ਜਾਣ ਕੇ, ਐਸਾ ਸਰਬ ਵਿਆਪਕ ਪਰਮੇਸ਼ਰ ਨੂੰ ਜਾਣਦਿਆਂ ਬੁੱਝ ਲਿਆ ਨਾ, ਜਾਣ ਲਿਆ ਵੀ ਜਰੇ ਜਰੇ 'ਚ ਸਮਾਇਆ ਹੋਇਆ, ਕੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸਾਰੇ ਥਾਵਾਂ 'ਤੇ ਪਰਮੇਸ਼ਰ ਰਵਿਆ ਹੋਇਆ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਸਾਰੀਆਂ ਲੱਕੜਾਂ ਵਿੱਚ ਜਿਵੇਂ ਅੱਗ ਪਰਮੇਸ਼ਰ ਨੇ ਢੱਕ ਕੇ ਰੱਖੀ ਹੋਈ ਹੈ, ਸਾਰੇ ਦੁੱਧਾਂ ਵਿੱਚ ਜਿਵੇਂ ਘਿਓ ਪਰਮੇਸ਼ਰ ਨੇ ਲੁਕਾ ਕੇ ਰੱਖਿਆ ਹੋਇਆ, ਉੱਚਾ ਹੋਵੇ ਕੁਨੀਵਾਂ ਹੋਵੇ ਸਾਰਿਆਂ ਵਿੱਚ ਆਪਣੀ ਜੋਤ ਢੱਕ ਕੇ ਰੱਖੀ ਹੋਈ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧਵ ਜੀਆ, ਐਸਾ ਉਹ ਪਰਮੇਸ਼ਰ ਜਿਨ੍ਹਾਂ ਨੇ ਜਾਣ ਲਿਆ ਬੁੱਝ ਲਿਆ ਹੈ। ਮੀਤ ਹਮਾਰਾ ਸੋਏ, ਭਗਤ ਜੀ ਕਹਿੰਦੇ ਭਾਈ ਉਹ ਸਾਡਾ ਮਿੱਤਰ ਹੈ, ਗੁਰੂ ਕਾ ਪਿਆਰਾ ਸੰਤ ਭਗਤ ਜਿਹੜਾ ਜਿਹਨੇ ਹਮੂ ਤਮੂ ਹਉਮੈ ਹੰਕਾਰ ਛੱਡ ਦਿੱਤਾ ਹੈ, ਵਾਹਿਗੁਰੂ ਪਰਮੇਸ਼ਰ ਨੂੰ ਸਾਰੇ ਥਾਵਾਂ 'ਤੇ ਬੁੱਝ ਲਿਆ, ਜਾਣ ਲਿਆ, ਉਹ ਸਾਡਾ ਮਿੱਤਰ ਹੈ, ਉਹ ਹੀ ਸਾਡਾ ਪ੍ਰੇਮੀ ਹੈ। ਕਬੀਰ ਆਈ ਮੁਝੇ ਪਹਿ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਆਈ ਸੀ ਮੁਝੇ ਪਹਿ, ਮੇਰੇ ਪਾਸ ਵੀ ਇਹ ਜਿਹੜੀ ਮਾਇਆ ਹੈ ਨਾ ਖਾਲਸਾ ਜੀ, ਇਹ ਐਸੀ ਮਾਇਆ ਛਲਣ ਵਾਸਤੇ, ਧੋਖਾ ਦੇਣ ਵਾਸਤੇ ਆਈ ਸੀ ਕਬੀਰ ਸਾਹਿਬ ਜੀ ਦੇ ਕੋਲ ਵੇ। ਸੋ ਕਈ ਵਾਰ ਕਬੀਰ ਸਾਹਿਬ ਨੂੰ ਮਿਲੀ, ਇੱਕ ਵਾਰ ਸੋ ਲਿਆ ਕੇ ਉਹਨੇ ਕੁੰਭ ਸਿਰੇ ਜਿਹੜੇ ਆ ਉਹਨੂੰ ਵੀ ਸੋਨੇ ਦੀ ਬਣਾ ਦਿੱਤਾ, ਜਿਹੜੀ ਖਾਲਸਾ ਜੀ ਦੇ ਵਿੱਚ ਉਹ ਭਿਉਂਦੇ ਸੀ ਨਲੀਆਂ ਜੀਆਂ, ਉਹ ਨਲੀਆਂ ਵੀ ਸੋਨੇ ਦੀਆਂ ਬਣਾ ਦਿੱਤੀਆਂ, ਅਤੇ ਉਹ ਜਿਹੜੀ ਕੁਨਾਲੀ ਸੀ ਜਿਹ 'ਚ ਭਿਉਈਆਂ ਹੋਈਆਂ ਸੀ ਕਬੀਰ ਸਾਹਿਬ ਨੇ ਪਤਾਣੀ ਬਣਨ ਵਾਸਤੇ, ਉਹ ਵੀ ਸਾਰੀਆਂ ਸੋਨੇ ਦੀ ਕੁਨਾਲੀ ਵੀ ਸੋਨੇ ਦੀ ਬਣਾ ਦਿੱਤੇ। ਬੜੇ ਭਾਰੀ ਇਸ ਤਰ੍ਹਾਂ ਕੁਝ ਯਤਨ ਮਾਇਆ ਕਰਦੀ ਰਹੀ ਭਗਤ ਜੀ ਨੂੰ ਛੱਡਣ ਵਾਸਤੇ, ਪਰ ਕਬੀਰ ਸਾਹਿਬ ਜੀ ਕਹਿੰਦੇ ਬੇਅੰਤ ਤਰ੍ਹਾਂ ਦੇ ਭੇਸ ਧਾਰ ਕੇ ਆਈ। ਇੱਕ ਵਾਰ ਖਾਲਸਾ ਜੀ ਭਗਵਾਨ ਦਾ, ਨਰਾਇਣ ਦਾ ਅਤੇ ਲਛਮੀ ਦਾ ਆਪਸੀ ਸੰਵਾਦ ਹੋ ਗਿਆ ਹੈ। ਲਛਮੀ ਕਹਿਣ ਲੱਗੀ ਵੀ ਮੈਂ ਵੱਡੀ ਹੈ ਅਤੇ ਮੇਰੇ ਭਗਤ ਵੀ ਵੱਡੇ ਨੇ। ਨਰਾਇਣ ਕਹਿਣ ਲੱਗਾ ਭਗਵਾਨ ਵੀ ਨਹੀਂ ਮਾਇਆ, ਮੈਂ ਵੱਡਾ ਹੈ ਅਤੇ ਮੇਰੇ ਭਗਤ ਵੀ ਵੱਡੇ ਹਨ। ਕਹਿਣ ਲੱਗੇ ਤੁਸੀਂ ਪਹਿਲੋਂ ਵਿਖਾਉਣਾ ਆਪਣਾ ਚਮਤਕਾਰ ਕਿ ਮੈਂ ਵਿਖਾਵਾਂ, ਕਹਿੰਦੇ ਤੂੰ ਵਿਖਾ ਲਾ ਲਛਮੀ। ਕਹਿਣ ਲੱਗੇ ਠੀਕ ਹੈ। ਭਗਵਾਨ ਨੇ ਬਿਰਧ ਦਾ ਰੂਪ ਧਾਰਿਆ ਹੋਇਆ ਅਤੇ ਤੁਰੇ ਜਾ ਰਹੇ ਨੇ। ਇੱਕ ਸ਼ਾਹੂਕਾਰ ਸੀ ਧਨਾੜ, ਉਹਦੇ ਘਰ ਦੇ ਅੱਗੋਂ ਦੀ ਲੰਘੇ। ਕਹਿਣ ਲੱਗੇ ਭਾਈ ਅਸੀਂ ਇੱਥੇ ਚੌੜ ਦੇ ਨੇ ਕਿ ਖਾਣੇ ਨੇ, ਕੋਈ ਸਮਾਂ ਇੱਥੇ ਆਰਾਮ ਕਰਨਾ ਚਾਹੁੰਦੇ, ਥਾਂ ਮਿਲ ਜਾਵੇਗਾ? ਕਹਿੰਦੇ ਮਹਾਤਮਾ ਜੀ ਰੱਬ ਦੇ ਪਿਆਰਿਓ, ਇੰਨੇ ਕਮਰੇ ਜਿੱਥੇ ਮਰਜ਼ੀ ਨਿਵਾਸ ਕਰੋ, ਜਿਹੜਾ ਕਮਰਾ ਤੁਹਾਨੂੰ ਪਸੰਦ ਹੈ ਰਹੋ। ਕਹਿਣ ਲੱਗੇ ਚੰਗਾ ਭਾਈ, ਆਹ ਕਮਰਾ ਸਾਨੂੰ ਪਸੰਦ ਹੈ ਅਤੇ 6 ਮਹੀਨੇ ਅਸੀਂ ਰਵਾਂਗੇ ਇੱਥੇ। ਕਹਿਣ ਲੱਗੇ ਭਾਵੇਂ ਜਿੰਨਾ ਚਿਰ ਮਰਜ਼ੀ ਰਹੋ ਜੀ, ਵਾਧੂ ਮੇਰੇ ਕਮਰੇ ਨੇ, ਜਿੰਨਾ ਚਿਰ ਮਰਜ਼ੀ। ਕਹਿੰਦੇ ਨੇ 6 ਮਹੀਨੇ ਇੱਥੇ ਠਹਿਰਾਂਗੇ। ਕਹਿਣ ਲੱਗੇ ਸਤ ਵਚਨ ਹੈ। ਸੋ ਮਾਇਆ ਖਾਲਸਾ ਜੀ ਮਗਰ ਰਾਣੀ ਦਾ ਰੂਪ ਧਾਰ ਕੇ ਸੋਨੇ ਦੇ ਰਸ ਦੇ ਉੱਪਰ ਚੜ੍ਹੀ ਹੋਈ ਅਤੇ ਉਸ ਸ਼ਾਹੂਕਾਰ ਦੇ ਦਰਵਾਜ਼ੇ ਅੱਗੇ ਆਉਣ ਖੜ੍ਹੀ ਹੋਈ। ਕਹਿਣ ਲੱਗੇ ਮੈਂ ਪਾਣੀ ਪੀਣਾ ਹੈ। ਉਹ ਭੱਜ ਕੇ ਪਾਣੀ ਦਾ ਗਲਾਸ ਲਿਆਇਆ। ਕਹਿਣ ਲੱਗੇ ਇਹਦੇ 'ਚ ਨਹੀਂ ਪੀਣਾ, ਸੋਨੇ ਦੇ ਗਲਾਸ 'ਚ ਪਾਣੀ ਪੀਣਾ ਅਤੇ ਆਹ ਫੜ ਗਲਾਸ, ਇਹ ਭਰ ਕੇ ਲਿਆਇਆ। ਉਹ ਜਦੋਂ ਸੋਨੇ ਦਾ ਗਲਾਸ ਪੱਲਿਓਂ ਦਿੱਤਾ, ਉਹ ਭਰ ਕੇ ਲੈ ਕੇ ਆਇਆ ਅਤੇ ਪਾਣੀ ਪੀ ਕੇ ਗਲਾਸ ਚਲਾਓ ਕੇ ਮਾਰਿਆ। ਕਹਿੰਦੇ ਮਹਾਰਾਜ ਸੋਨੇ ਦਾ ਕੀਮਤੀ ਗਲਾਸ ਹੈ, ਰੱਖ ਲਓ। ਕਹਿੰਦੇ ਨਹੀਂ ਨਹੀਂ, ਜਿਹੜਾ ਭਾਂਡਾ ਇੱਕ ਵਾਰ ਮੈਂ ਵਰਤ ਲਵਾਂ ਨਾ, ਦੁਬਾਰਾ ਨਹੀਂ ਕਰੇ ਵਰਤਿਆ, ਅਤੇ ਸੋਨੇ ਦੇ ਭਾਂਡੇ ਤੋਂ ਸਿਵਾਏ ਮੈਂ ਕਦੇ ਕਿਸੇ 'ਚ ਵਸਤੂ ਪਾ ਕੇ ਖਾਧੀ ਨਹੀਂ। ਉਹ ਸੇਠ ਦਾ ਮਨ ਲਲਚਾ ਆਇਆ ਵੀ ਜੇ ਕਿਤੇ 2-4 ਦਿਨ ਇੱਥੇ ਕਿਤੇ ਕਿਰਪਾ ਕਰਕੇ ਰਹਿ ਪਵੇ ਨਾ, ਅਤੇ ਇਹ ਤਾਂ ਥਾਲੀਆਂ ਗਲਾਸ ਸੋਨੇ ਦੇ ਵਾਧੂ ਕਰ ਦੇਵੇਗੀ। ਸੋ ਕਹਿ ਇਹਨੇ ਰੋਟੀ ਪਾਣੀ ਵੀ ਖਾਣਾ, ਕੌਲੀਆਂ ਥਾਲ ਵੀ ਇਹਨੇ ਵਰਤਣੇ ਨੇ। ਉਸ ਸਮੇਂ ਕਹਿਣ ਲੱਗੇ ਮਹਾਰਾਜ ਇੱਥੇ ਰਵਾ ਨਿਵਾਸ ਕਰੋ। ਕਹਿਣ ਲੱਗੇ ਨਿਵਾਸ ਤਾਂ ਕਰ ਲਵਾਂਗੀ, ਪਰ ਕਮਰਾ ਜਿਹੜਾ ਪਸੰਦ ਮੈਨੂੰ ਕੁਝ ਵਾਰਾ ਆ ਗਿਆ,
ਉਹਦੇ 'ਚ ਰਵਾਂਗੇ। ਸੋ ਵੇਖ ਕੇ ਕਹਿਣਗੇ ਉਹ ਕਮਰਾ ਖਾਲੀ ਕਰਵਾ ਦਿਓ। ਜਦੋਂ ਆਖਿਆ ਉਹ ਬਜ਼ੁਰਗ ਜਿਹੜਾ ਸੀ ਨਾ ਸੇਠ, ਉਹ ਗਿਆ ਉਸ ਕਮਰੇ 'ਚ, ਭਗਵਾਨ ਉੱਥੇ ਆਪਣੇ ਚੌਲ ਰਿੰਨ ਰਹਿ ਸਨ। ਕਹਿਣ ਲੱਗਾ ਸੰਤ ਜੀ ਬਾਹਰ ਨਿਕਲੋ, ਇਹ ਕਮਰਾ ਖਾਲੀ ਕਰ ਦਿਓ। ਕਹਿਣ ਲੱਗੇ ਭਾਈ ਤੁਸੀਂ ਕਿਹਾ ਸੀ 6 ਮਹੀਨੇ ਇੱਥੇ ਨਿਵਾਸ ਰੱਖੋ, ਕੋਈ ਗੱਲ ਨਹੀਂ ਤੁਹਾਡੇ ਹੀ ਕਮਰੇ ਨੇ, 6 ਮਹੀਨੇ ਦਾ ਤੁਹਾਡੇ ਨਾਲ ਵਾਅਦਾ ਸੀ, ਇਸ ਕਰਕੇ ਹੁਣ ਮੈਨੂੰ ਇੱਥੇ ਰਹਿਣ ਦਿਓ। ਕਹਿੰਦੇ ਨਹੀਂ ਨਹੀਂ ਸਾਧ ਕੀ ਅਤੇ ਕਬਜ਼ਾ ਕੀ, ਛੇਤੀ ਕਰੋ। ਕਹਿੰਦੇ ਚੰਗਾ ਮਹਾਰਾਜ, ਆ ਚੌਲ ਸੇਠ ਜੀ ਅਸੀਂ ਰਿੰਨ ਕੇ ਖਾ ਲਈਏ, ਫਿਰ ਕਮਰਾ ਛੱਡ ਦਿੰਦੇ ਹਾਂ। ਇੰਨੇ 'ਚ ਇਹਨੂੰ ਮਾਇਆ ਕਹਿਣਗੀ ਨਹੀਂ ਤਾਂ ਫਿਰ ਮੈਂ ਰਾਤ ਅੱਗੇ ਲੈ ਜਾਂਦੀ ਹੈ, ਜਾਂ ਤਾਂ ਕਮਰਾ ਛੇਤੀ ਖਾਲੀ ਕਰਵਾਓ। ਉਹ ਸੇਠ ਦੇ ਮੁੰਡੇ ਸੀ ਨੌਜਵਾਨ, ਉਹ ਬਾਂਹ ਤੋਂ ਫੜ ਕੇ ਜੇ ਚੌਲ ਜਿਹੜੇ ਸੀ ਨਾ ਰਿੰਨ ਰਿਹਾ ਸੀ ਭਗਵਾਨ, ਉਹ ਕਹਿਣਗੇ ਝੋਲੀ ਕਰ, ਝੋਲੀ ਵਿੱਚ ਪਾ ਕੇ ਖਾਲਸਾ ਜੋ ਗਰਮ ਗਰਮ ਪਿੱਛ ਵੀ ਪੈਰਾਂ 'ਤੇ ਪੈਂਦੀ ਜਾਵੇ। ਅਤੇ ਉਹ ਬਿਰਧ ਦਾ ਰੂਪ ਧਾਰਿਆ ਭਗਵਾਨ ਨੇ, ਅਤੇ ਉਹ ਕਮਰੇ 'ਚ ਧੱਕ ਕੇ ਬਾਹਰ ਕੱਢ ਦਿੱਤਾ। ਜਦੋਂ ਉਹ ਖਾਲਸਾ ਜੀ ਨਰਾਇਣ ਪਰਮੇਸ਼ਰ ਜਦੋਂ ਬਾਹਰ ਆ ਗਿਆ, ਉਹ ਪਿੱਛ ਚੌਲਾਂ ਦੀ ਪੈਂਦੀ ਜਾਵੇ, ਇਹ ਲਛਮੀ ਦਾ ਕੇਵਲ ਇੱਕ ਸੁੰਬਰ ਅਡੰਬਰ ਜਿਹਾ ਰਚਿਆ ਹੋਇਆ ਸੀ। ਕਹਿਣ ਲੱਗੇ ਵੇਖਿਆ ਮੇਰੇ ਭਗਤ, ਚੌਲ ਵੀ ਨਹੀਂ ਛਿਲਣ ਇਹ ਪੁੰਨ ਦਿੱਤੇ, ਚੌਲਾਂ ਦੀ ਪੇਸ਼ ਵੀ ਗਰਮ ਗਰਮ ਪੈਂਦੀ ਨਹੀਂ। ਇਹੋ ਜਿਹੇ ਮੇਰੇ ਭਗਤ ਨੇ ਜਿਹੜੇ ਮਾਇਆ ਦੇ ਲਾਲਚਵਾਸ ਹੋ ਕੇ ਤੁਹਾਨੂੰ ਘਰ ਤੋਂ ਬੂਹੇ ਤੋਂ ਬਾਹਰ ਕੱਢ ਦਿੱਤਾ ਹੈ। ਕਹਿਣ ਲੱਗੇ ਏਡੇ ਵੱਡੇ ਮੇਰੇ ਭਗਤ ਨੇ। ਨਾਰਾਇਣ ਕਹਿਣ ਲੱਗਾ ਹੁਣ ਮੇਰੇ ਭਗਤ ਵੇਖ, ਕਹਿਣ ਲੱਗੇ ਦੱਸੋ ਵੱਡਾ ਤੁਹਾਡਾ ਕਿਹੜਾ ਭਗਤ ਹੈ? ਕਹਿੰਦੇ ਕਾਂਸ਼ੀ ਵਿੱਚ ਹੈ, ਜੁਲਾਹਾ ਜਾਤੀ ਦਾ ਅਤੇ ਤਾਂ ਹੀ ਬੁਣਦਾ ਰਹਿੰਦਾ। ਕਹਿੰਦੇ ਫਿਰ ਤਾਂ ਬਹੁਤ ਗਰੀਬ ਹੈ, ਅਤੇ ਉਹ ਤਾਂ ਝਾਟੀ ਮੇਰੇ ਵਸੀਕਾਰ ਹੋ ਜਾਵੇਗਾ, ਗਰੀਬ ਤਾਂ ਝਾਟੀ ਕਾਬੂ ਆ ਜਾਂਦਾ। ਕਹਿਣ ਲੱਗੇ ਜਦੋਂ ਲਛਮੀ ਖਾਲਸਾ ਜੀ ਆਈ ਤਾਂ ਹੀ ਲੈ ਕੇ ਆਏ। ਸੋ ਕਹਿਣ ਲੱਗੇ 100 ਰੁਪਈਆ ਕਬੀਰ ਮੇਰੇ ਤੋਂ ਵੱਧ ਲੈ ਲਈ ਅਤੇ ਮੇਰੀ ਤਾਂ ਹੀ ਪਹਿਲੋਂ ਬੁਣਦੇ। ਸੋ ਕਹਿਣ ਲੱਗੇ ਬੀਬੀ ਅਸੀਂ ਵਾਰੀ ਸਿਰ ਕੰਮ ਕਰਦੇ ਹੁੰਦੇ ਹਾਂ, ਜਿਵੇਂ ਕੋਈ ਲਿਆਉਂਦਾ ਸੂਤ, ਵਾਰੀ ਸਿਰ ਹੀ ਤਾਣੀਆਂ ਬੁਣ ਕੇ ਤਿਆਰ ਕਰਕੇ ਦਿੰਦੇ ਹਾਂ। ਕਹਿਣ ਲੱਗੇ ਮੇਰੇ ਤੋਂ ਪੈਸੇ ਵੱਧ ਲੈ ਲਾ, ਆ ਕੂਚੀ ਨੇੜੇ ਕਰੀ, ਜਿਹਦੇ ਨਾਲ ਧਾਗਾ ਸੂਤ ਕਰਦੇ ਸੀ ਨਾ ਕਬੀਰ ਸਾਹਿਬ, ਉਹ ਕੂਚੀ ਲੋਹੇ ਦੀ ਸੀ, ਜਦੋਂ ਲਾਗੇ ਕੀਤੀ ਪਾਰਸ ਦੀ ਵੱਟੀ ਛੁਹਾ ਕੇ ਸੋਨੇ ਦੀ ਬਣਾ ਦਿੱਤਾ। ਕਬੀਰ ਸਾਹਿਬ ਵੇਖ ਕੇ ਕਹਿਣ ਲੱਗੇ ਮਾਇਆ ਛਲਣ ਵਾਸਤੇ ਆਈ ਹੈ, ਆਪਣੇ ਪੁੱਤਰ ਕਮਾਲੇ ਨੂੰ ਆਗਿਆ ਕੀਤੀ, ਕਮਾਲਿਆ ਇੱਥੋਂ ਛੁਰੀ ਫੜ ਕੇ ਲਿਆਈ। ਕਮਾਲਾ ਛੁਰੀ ਲੈ ਕੇ ਖਾਲਸਾ ਜੀ ਆ ਗਿਆ, ਫੜ ਕੇ ਖਾਲਸਾ ਜੀ ਕੰਨ ਵੜ ਦਿੱਤਾ ਅਤੇ ਨੱਕ ਵੜ ਦਿੱਤਾ। ਸੋ ਉਸ ਵੇਲੇ ਧੱਕੇ ਮਾਰ ਕੇ ਘਰ 'ਚੋਂ ਬਾਹਰ ਕੱਢ ਦਿੱਤਾ। ਬੜੀ ਸ਼ਰਮਸਾਰ ਹੋ ਕੇ ਲਛਮੀ ਜਦੋਂ ਭਗਵਾਨ ਦੇ ਕੋਲ ਗਈ, ਕਹਿਣ ਲੱਗੇ ਸਾਡੇ ਤਾਂ ਪੈਰਾਂ 'ਤੇ ਚੌਲਾਂ ਦੀ ਪੇਸ਼ੀ ਪਈ ਸੀ, ਤੂੰ ਨਾਸਾਂ ਕਿੱਥੇ ਗਵਾ ਆਈ ਹੈ ਅਤੇ ਕੰਨ ਕਿੱਥੇ ਛੱਡ ਆਈ ਹੈ? ਬੜੀ ਸ਼ਰਮਸਾਰ ਹੋਣਾ ਪਿਆ ਸੀ। ਆਸਾ ਰਾਗ ਦੀ ਭਗਤ ਬਾਣੀ 'ਚ ਸਾਰਾ ਪ੍ਰਸੰਗ ਖਾਲਸਾ ਜੀ ਕਬੀਰ ਸਾਹਿਬ ਜੀ ਨੇ ਵਰਣਨ ਕੀਤਾ ਹੈ। ਇਕਤ ਪੱਤਰ ਭਰ ਉਰਕਟ ਕੁਰਕਟ, ਇਕਤ ਪੱਤਰ ਭਰ ਪਾਣੀ, ਆਸ ਪਾਸ ਪੰਚ ਜੋਗੀ ਆ ਬੈਠੇ ਬੀਚ ਨਗਟ ਦੇ ਰਾਣੀ, ਨਗਟੀ ਕੋ ਠਨਗਨ ਬਾਡਾ ਡੂੰ ਕਿਨਹਿ ਬਵੇਕੀ ਕਾਟੀ ਤੂੰ, ਸਗਲ ਮਾਹੇ ਨਗਟੀ ਕਾ ਵਾਸਾ ਸਗਲ ਮਾਰ ਓਹੇਰੀ, ਸਗਲਿਆਂ ਕੀ ਹਉ ਬਹਿਣ ਭਾਨਗੀ ਜਿਨਹਿ ਬਰੀ ਤਸਚੇਰੀ, ਹਮਰੋ ਭਰਤਾ ਵੱਡੋ ਬਵੇਕੀ ਆਪੇ ਸੰਤ ਕਹਾਵੈ, ਉਹ ਹਮਾਰੇ ਮਾਥੇ ਕੈਮ ਔਰ ਹਮਰੇ ਨਿਗਟ ਨਾ ਆਵੈ, ਨੱਕ ਹੋਂ ਕਾਟੀ ਕੰਨ ਹੋਂ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਹਿੰਦੇ ਸੰਤਾਂ ਦੀ ਵੈਰਨ ਹੈ ਅਤੇ ਤਿੰਨਾਂ ਲੋਕਾਂ ਦੀ ਪਿਆਰੀ ਹੈ, ਮਗਰ ਮਗਰ ਲੋਕ ਦੌੜੇ ਫਿਰਦੇ ਨੇ। ਸੋ ਤਿੰਨਾਂ ਲੋਕਾਂ ਦੀ ਇਹ ਪਿਆਰੀ ਹੈ ਮਾਇਆ ਅਤੇ ਸੰਤਾਂ ਦੀ ਇਹ ਵੈਰਨ ਬਣੀ ਹੋਈ ਹੈ। ਗੁਰੂ ਕੇ ਪਿਆਰੇ ਨਹੀਂ ਕਦੇ ਨੇੜੇ ਆਉਣ ਦਿੰਦੇ, ਬੇਨਤੀ ਵੀ ਕਰਦੀ ਰਹਿੰਦੀ ਹੈ, ਜੋ ਤੂੰ ਕਹੇ ਸੋ ਕਾਰ ਕਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ। ਸੋ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਜਦੋਂ ਮਾਇਆ ਛਲਣ ਵਾਸਤੇ ਆਈ, ਕਬੀਰ ਆਈ ਮੁਝੈ ਪਹਿ, ਕਬੀਰ ਸਾਹਿਬ ਜੀ ਕਹਿੰਦੇ ਨੇ ਆਈ ਸੀ ਮੁਝੈ ਮੇਰੇ ਪਹਿ ਪਾਸ, ਅਨੇਕ ਕਰੇ ਕਰ ਭੇਸ, ਅਨੇਕ ਪ੍ਰਕਾਰ ਦੇ ਭੇਸ ਬਣਾਏ ਹੋਏ ਸੀ, ਭੇਖ ਲਿਬਾਸ ਬਣਾਏ ਹੋਏ ਸੀ। ਕਦੇ ਨਲਣੀ ਜਿਹੜੀ ਸੀ, ਉਹ ਜਿਹੜੀ ਕੁਨਾਲੀ ਸੀ ਖਾਲਸਾ ਜੀ, ਉਹ ਨਲੀਆਂ ਭਿਉਣ ਵਾਲੀ, ਉਹਨੂੰ ਵੀ ਸੋਨੇ ਦੀ ਬਣਾ ਦਿੱਤਾ, ਨਲੀਆਂ ਸੋਨੇ ਦੀਆਂ ਬਣਾ ਦਿੱਤੀਆਂ, ਕੁੰਭ ਸੋਨੇ ਦੀ ਬਣਾ ਦਿੱਤੇ। ਬੜੇ ਭਾਰੀ ਕੋ ਜਿਹੇ ਯਤਨ, ਭੇਖ ਲਿਬਾਸ ਬਣਾ ਕੇ ਅਨੇਕ ਵਾਰ ਆਈ ਮੇਰੇ ਪਾਸ, ਹਮ ਰਾਖੇ ਗੁਰ ਆਪਣੇ, ਅਸੀਂ ਤਾਂ ਸਾਨੂੰ ਤਾਂ ਮੈਨੂੰ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਮੇਰੇ ਸਵਾਮੀ ਰਾਮਾਨੰਦ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਰੱਖ ਲੈਣਾ ਕੀਤਾ ਹੈ, ਹਮ ਰਾਖੇ ਗੁਰ ਆਪਣੇ, ਮੈਨੂੰ ਤਾਂ ਆਪਣੇ ਸਤਿਗੁਰੂ ਨੇ ਰੱਖ ਲੈਣਾ, ਸਹਾਇਤਾ ਕੀਤੀ ਮੇਰੀ, ਉਹਨੇ ਕਿਨੋ ਆਦੇਸ਼, ਤੇ ਉਸ ਮਾਇਆ ਨੇ ਫਿਰ ਆਦੇਸ਼ ਮੱਥਾ ਟੇਕਣਾ ਪਿਆ ਵੀ ਕਬੀਰ ਤੈਨੂੰ ਤਾਂ ਮੱਥਾ ਹੀ ਟੇਕਿਆ, ਕਾਬੂ ਨਹੀਂ ਆਉਂਦਾ। ਸੋ ਐਸਾ ਆਦੇਸ਼ ਨਾਲ ਉਪਦੇਸ਼ ਦਾ ਵੀ ਹੁੰਦਾ। ਸੋ ਉਪਦੇਸ਼ ਦੇ ਕੇ ਤੋਰਿਆ ਸੀ ਮਾਇਆ, ਤੂੰ ਭਗਤਾਂ ਰੱਬ ਦੇ ਪਿਆਰਿਆਂ ਨੂੰ ਨਹੀਂ ਕਦੇ ਠੱਗ ਸਕਦੇ। ਸੋ ਐਸੀ ਖਾਲਸਾ ਜੀ ਗੁਰੂ ਕੇ ਪਿਆਰਿਆਂ ਦੇ ਪਾਸ ਆਈ ਮਾਇਆ, ਅਨੇਕ ਪ੍ਰਕਾਰ ਦੇ ਭੇਸ ਬਲਬਾਸ ਬਣਾ ਕੇ ਯਤਨ ਕੀਤੇ ਸੀ ਕਬੀਰ ਸਾਹਿਬ ਨੂੰ ਛਲਣ ਵਾਸਤੇ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਸੋ ਪਰਮੇਸ਼ਰ ਨੇ ਆਪਣੇ ਨੇ ਕਹਿੰਦੇ ਰੱਖ ਲਿਆ ਮੈਨੂੰ,
उस माया नूं नमस्कार करके जाना पिया। कबीर सोई मारिया। कबीर साहब जी वेखिया एक माई सी बच्चे नूं कुटी जावे, तैनूं मैं मार के छड्डांगी, तू आखे नहीं लगदा, गालां कढे। कबीर साहब उहदे कोल जाके पहुंच के कहण लगे, हे माई कबीर सोई मारिया। कबीर साहब जी कहिंदे ने, हे माता उह मारना चाहीदा जे मन दीआं बुराइआं ने, मन दे औगण मारने चाहीदे, न्याणे नूं की कुटी जानी है, ਬੁਰਾਈਆਂ ਔਗਣ ਮਾਰਨੇ ਚਾਹੀਦੇ ਹਨ। ਜਿਹੇ ਮੂਹੇ ਸੁਖ ਹੋਏ, ਜਿਸ ਦੇ ਔਗਣ ਵਿਕਾਰਾਂ ਦੇ ਮਰਨ ਕਰਕੇ ਮਨ ਚੜ੍ਹਦੀ ਕਲਾ ਵਿੱਚ ਹੋਵੇ ਤੇ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋ ਸਕੇ ਮਾਈ। ਸੋ ਔਗਣ ਵਿਕਾਰ ਹਿਰਦੇ ਦੇ ਜਿਹੜੇ ਨੇ ਉਹ ਮਾਰਨੇ ਚਾਹੀਦੇ ਨੇ, ਜੇ ਮੂਹੇ ਸੁਖ ਹੋਏ, ਜਿਹਦੇ ਮਰਨ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਹੋ ਸਕੇ। ਭਲੋ ਭਲੋ ਸਭ ਕੋ ਕਹੇ, ਔਰ ਸਾਰੇ ਲੋਕ ਹੀ ਭਲਾ ਹੈ, ਚੰਗਾ ਹੈ, ਚੰਗਾ ਕਰਕੇ ਸਾਰੇ ਕਹਿਣ। ਗੁਰੂ ਕੇ ਪਿਆਰੇ ਜਿਹੜੇ ਆ ਖਾਲਸਾ ਜੀ, ਕੋਈ ਨਿੰਦਕ ਲੋਕ ਭਾਵੇਂ ਨਿੰਦਿਆ ਕਰੀ ਜਾਵੇ, ਨਹੀਂ ਤਾਂ ਉਹਨਾਂ ਨੂੰ ਸਾਰੇ ਭਲਾ ਭਲਾ ਹੀ ਕਹਿੰਦੇ ਨੇ, ਵੀ ਰੱਬ ਦੇ ਪਿਆਰਿਆਂ ਦੀ ਕੌਣ ਰੀਸ ਕਰ ਸਕਦਾ ਹੈ। ਸਾਰੇ ਲੋਕ ਇਹਨੂੰ ਭਲਾ ਭਲਾ ਕਹਿੰਦੇ ਹਨ। ਬੁਰੋ ਨਾ ਮੰਨੈ ਕੋਏ, ਉਹ ਕਦੇ ਵਾਸਤੇ ਬੁਰਾ ਨਹੀਂ ਕੋਈ ਮੰਨਦਾ, ਗੁਰੂ ਕੇ ਪਿਆਰ ਨੂੰ ਸਾਰੇ ਚੰਗਾ ਕਰਕੇ ਜਾਣਦੇ ਹਨ। ਕਬੀਰ ਰਾਤੀ ਹੋਵੇ ਕਾਰੀਆ। ਕਬੀਰ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰੇ ਖਾਲਸਾ ਜੀ ਭਗਤ ਜਨ ਫਰਮਾਉਂਦੇ ਹਨ, ਕਬੀਰ ਰਾਤੀ ਹੋਵੇ ਕਾਰੀਆਂ, ਜਿਹੜੀਆਂ ਰਾਤਾਂ ਹੁੰਦੀਆਂ ਨੇ ਜਦੋਂ ਕਾਲੀਆਂ ਹੋ ਜਾਂਦੀਆਂ, ਕਾਲੀ ਰਾਤ ਮੱਸਿਆ ਦੀ, ਅੰਧਕੋਰ ਜਾਂ ਹਨੇਰਾ ਜਦੋਂ ਛਾਇਆ ਹੋਇਆ ਹੁੰਦਾ ਰਾਤ ਦਾ, ਕਾਲੇ ਉਬੇ ਜੰਤ, ਉਸ ਵੇਲੇ ਜਿਹੜੇ ਕਾਲੇ ਦਿਲਾਂ ਵਾਲੇ ਨਾ, ਕਾਲੇ ਸੁਭਾਅ ਵਾਲੇ ਉਬੇ ਖੜੇ ਹੋ ਜਾਂਦੇ ਨੇ, ਜੰਤ ਜੀਵ ਵੀ ਹੁਣ ਚੋਰੀ ਕਰਕੇ ਕਿਸੇ ਦਾ ਘਰ ਲੁੱਟਾਂਗੇ, ਸੰਨ ਲਾਉਣ ਵਾਸਤੇ, ਪਾੜ ਲਾਉਣ ਵਾਸਤੇ, ਕਾਲੇ ਜਿਹੜੇ ਕਾਲੇ ਦਿਲ ਵਾਲੇ ਆ ਨਾ, ਚੋਰ ਚੋਰੀ ਕਰਨ ਦਾ ਜਿਹਨਾਂ ਸੁਭਾਅ ਹੈ, ਉਬੇ ਜੰਤ ਉਬੇ ਖੜੇ ਹੋ ਜਾਂਦੇ, ਸਾਵਧਾਨ ਹੋ ਜਾਂਦੇ ਨੇ ਉਸੇ ਵੇਲੇ ਵੀ ਹੁਣ ਹਨੇਰਾ ਹੋ ਗਿਆ, ਹੁਣ ਚੰਦਰਮਾ ਖਤਮ ਹੋ ਗਿਆ, ਹੁਣ ਲੋਕਾਂ ਨੇ ਘਰ ਲੁੱਟਾਂ ਪੁੱਟਾਂਗੇ, ਝਾਟੀ ਹੋ ਜਾਂਦੇ ਨੇ ਤਿਆਰ ਉਹ ਜੰਤ ਜੀਵ। ਲੈ ਫਾਹੇ ਉੱਠ ਧਾਵਤੇ, ਉਹ ਫਾਹੇ ਪਾਉਣ ਵਾਸਤੇ ਰੱਸੇ ਆਦਿਕ ਲੈ ਕਰਕੇ, ਕਿਸੇ ਨੂੰ ਫਾਹੇ ਡੰਨ ਦੇਣ ਵਾਸਤੇ ਉਹ ਲੈ ਕਰਕੇ ਧਾਵਤੇ ਦੌੜਦੇ ਨੇ ਲੋਕਾਂ ਦੇ ਘਰ ਲੁੱਟਣ ਵਾਸਤੇ। ਜਾਨ ਮਾਰੇ ਭਗਵੰਤ, ਉਹ ਸੇ ਉਹ ਲੋਕ ਜਾਨ ਮਾਰੇ, ਉਹ ਜਿਹੜੇ ਨੇ ਨਾ ਪਰਮੇਸ਼ਰ ਦੇ, ਉਹ ਮਾਰੇ ਹੋਏ ਜਾਨੋ, ਪਰਮੇਸ਼ਰ ਨਿਰੰਕਾਰ ਦੇ ਮਾਰੇ ਹੋਏ ਨੇ, ਐਸੇ ਧੱਕੇ ਹੋਏ ਨੇ ਲੋਕ ਜਿਹੜੇ ਇਉਂ ਜੀਵਾਂ ਦੇ ਨਾਲ ਕਰਦੇ ਨੇ ਅਤੇ ਚੋਰੀਆਂ ਠੱਗੀਆਂ ਕਮਾਉਂਦੇ ਫਿਰਦੇ ਹਨ, ਲੋਕਾਂ ਦੇ ਘਰ ਲੁੱਟਦੇ ਫਿਰਦੇ ਫਿਰਦੇ ਨੇ। ਸੇ ਜਾਨ ਮਾਰੇ ਭਗਵੰਤ, ਸੇ ਉਹ ਜਾਣ ਲਓ ਭਾਈ, ਮਾਰੇ ਭਗਵੰਤ ਪਰਮੇਸ਼ਰ ਦੇ ਮਾਰੇ ਹੋਏ ਜੀਵ ਨੇ, ਜਿਹੜੇ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਨ ਵਾਸਤੇ ਤੁਲੇ ਰਹਿੰਦੇ ਹਨ, ਚੋਰੀਆਂ ਕਮਾਉਂਦੇ ਰਹਿੰਦੇ ਹਨ। ਇਸੇ ਪ੍ਰਕਾਰ ਕਬੀਰ ਰਾਤੀ ਹੋਵੇ ਕਾਰੀਆ। ਕਬੀਰ ਸਾਹਿਬ ਜੀ ਕਹਿੰਦੇ ਖਾਲਸਾ, ਜਿਹਨਾਂ ਦੇ ਮਨ ਦੀ ਅਵਸਥਾ ਰੂਪੀ ਰਾਤ ਕਾਲੀ ਹੋਈ ਹੋਈ ਹੈ, ਜਿਹਨਾਂ ਦੇ ਮਨ ਦੀ ਅਵਸਥਾ ਰੂਪੀ ਰਾਤ ਕਾਲੀ ਹੋ ਗਈ, ਅੰਧ ਘੋਰ ਹਿਰਦੇ 'ਚ ਜਿਹਨਾਂ ਦੇ ਮੱਚ ਗਿਆ, ਸਾਰੇ ਉਬੇ ਜੰਤ, ਉਹਨਾਂ ਲੋਕਾਂ ਦੇ ਔਗਣਾਂ ਵਿਕਾਰ ਕਰਕੇ ਕਾਲਾ ਹੋਇਆ ਹੋਇਆ ਹਿਰਦਾ ਹੈ ਉਹਨਾਂ ਜੰਤ ਜੀਵਾਂ ਦਾ, ਜਿਹੜੇ ਉਬੇ ਸਾਵਧਾਨ ਹੋਏ ਰਹਿੰਦੇ ਨੇ ਬਦ ਫੈਲੀਆਂ ਕੁਰੀਤੀਆਂ ਕਰਨ ਵਾਸਤੇ, ਮਨ ਦਾ ਕਦੇ ਟਿਕਾ ਹੀ ਨਹੀਂ ਕਰੇ, ਖੇੜਾ ਨਹੀਂ ਕਰੇ ਆਉਂਦਾ। ਲੈ ਫਾਹੇ ਉੱਠ ਧਾਵਤੇ, ਉਹ ਖਾਲਸਾ ਜੀ ਔਗਣਾਂ ਵਿਕਾਰਾਂ ਦੇ ਫਾਹੇ ਲੈ ਕਰਕੇ ਧਾਉਂਦੇ ਹੀ ਰਹਿੰਦੇ ਨੇ ਪਦਾਰਥਾਂ ਦੇ ਮਗਰ, ਵਿਕਾਰ ਭੋਗਣ ਦੇ ਮਗਰ ਹਰ ਵੇਲੇ ਦੌੜ ਲੱਗੀ ਰਹਿੰਦੀ ਹੈ। ਸੇ ਜਾਨ ਮਾਰੇ ਭਗਵੰਤ, ਉਹ ਜਾਣ ਲਓ ਭਗਵੰਤ ਪਰਮੇਸ਼ਰ ਦੇ ਮਾਰੇ ਹੋਏ ਐਸੇ ਜੀਵ ਹਨ ਖਾਲਸਾ ਜੀ, ਅਲਪਗ ਲੋਕ ਜਿਨ੍ਹਾਂ ਦੇ ਹਿਰਦੇ ਕਾਲਖ ਨਾਲ ਭਰੇ ਹੋਏ ਨੇ, ਔਰ ਵੱਧ ਫੈਲੀਆਂ ਕੁਰੀਤੀਆਂ ਕਰਨ ਵਾਲਾ ਸੁਭਾਅ ਬਣਿਆ ਹੋਇਆ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਾਣ ਲਓ ਭਾਈ, ਉਹ ਪਰਮੇਸ਼ਰ ਦੇ ਮਾਰੇ ਹੋਏ ਐਸੇ ਲੋਕ ਹਨ। ਸੋ ਐਸਾ ਪਾਵਨ ਪਵਿੱਤਰ ਉਪਦੇਸ਼ ਭਗਤ ਕਬੀਰ ਸਾਹਿਬ ਜੀ ਦੇ ਸਲੋਕ ਅੱਜ ਆਰੰਭ ਹੋਏ ਨੇ, ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ। ਸੋ ਟੀ ਸੀਰੀਜ਼ ਕੰਪਨੀ ਵਾਲੇ ਵੀਰ ਰਿਕਾਰਡਿੰਗ ਕਰ ਰਹੇ ਨੇ, ਆਪਾਂ ਸਾਰੇ ਰਲ ਮਿਲ ਕੇ ਗੁਰੂ ਕੇ ਗੁਣ ਗਾ ਸੁਣ ਰਹੇ ਹੈ, ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਪ੍ਰਦਾਨ ਕਰਨਾ। ਬਹੁਤ ਲੰਮੇ ਸਮੇਂ ਤੋਂ ਛੋਟੇ ਹੁੰਦੇ ਦਰਬਾਰ ਸਾਹਿਬ ਦੇ ਹੁੰਦਿਆਂ ਹੋਇਆਂ ਵੀ ਜਦੋਂ ਡਿਊਟੀ ਚੱਲਦੀ ਸੀ, ਕਈ ਵਾਰ ਇਸ ਅਸਥਾਨ 'ਤੇ ਆ ਕੇ ਕਥਾ ਕਰਨ ਦਾ ਸਤਿਗੁਰੂ ਨੇ ਸੁਭਾਗ ਬਖਸ਼ਿਆ, ਔਰ ਹਰ ਸਾਲ ਇੱਥੇ ਜਥਾ ਸੰਗਤ ਆਉਂਦਾ ਹੈ, ਜਦੋਂ ਤੁਸੀਂ ਯਾਦ ਕਰਦੇ ਹੋ ਉਦੋਂ ਗੁਰੂ ਕੇ ਗੁਣ ਗਾਉਣ ਵਾਸਤੇ ਰਲ ਮਿਲ ਕੇ ਸਤਿਗੁਰੂ ਇਹ ਸੁਭਾਗ ਬਖਸ਼ਦੇ ਨੇ। ਇਸ ਵਾਰੀ ਵੀ ਸਤਿਗੁਰੂ ਦੀ ਕਿਰਪਾ ਨਾਲ 3 ਦਿਨ ਦੇ ਦੀਵਾਨਾਂ ਦਾ ਪ੍ਰੋਗਰਾਮ ਪ੍ਰਬੰਧਕ ਵੀਰਾਂ ਨੇ ਉਲੀਕਿਆ ਹੋਇਆ ਹੈ। ਸਤਿਗੁਰੂ ਦਾ ਕੋਟਾਨਕੋਟ ਧੰਨਵਾਦ ਹੈ, ਗੁਰੂ ਕੀਆਂ ਸੰਗਤਾਂ ਦਾ ਧੰਨਵਾਦ ਹੈ। 14 ਤਰੀਕ ਨੂੰ ਖਾਲਸਾ ਜੀ ਕਲਮ ਬੋਲੀ ਗੁਰਦੁਆਰਾ ਵਿਖੇ ਭਾਰੀ ਅੰਮ੍ਰਿਤ ਸੰਚਾਰ ਹਰ ਸਾਲ ਦੀ ਤਰ੍ਹਾਂ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਔਰ ਵਿਸ਼ੇਸ਼ ਤੌਰ 'ਤੇ ਅੰਮ੍ਰਿਤ ਦਾ ਬਾਟਾ ਉਸ ਦਿਨ ਤਿਆਰ ਹੋ ਰਿਹਾ। ਕੋਈ ਮਾਈ, ਕੋਈ ਭਾਈ, ਕੋਈ ਸਿੰਘ ਸਿੰਘਣੀ, ਕੋਈ ਬੱਚੀ ਬੱਚਾ, ਜਿਹਨੇ ਵੀ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਹੋਇਆ, ਉਹਨਾਂ ਦੀ ਸੇਵਾ ਵਿੱਚ ਬੇਨਤੀ ਹੈ, 14 ਤਰੀਕ ਵਾਲੇ ਦਿਨ ਦੁਪਹਿਰ ਦੇ ਸਮੇਂ
अमृत छा के गुरु के जहाज ते चढ़ो, गुरु की सिखी कमाओ, चढ़ती कला होवे, सतगुरु कृपा रहमत बख्शिश करना। ये गुरु के चरणा चरदास बेनती है, भुलां चुकां दी खिमा बख्शणे जी। कबीर राती होवे कारिया, कारे उबे जंत लै फाहे उठ धावते, से जान मारे भगवंत। वाहिगुरु जी का खालसा, वाहिगुरु जी की फतेह।